ਬਹਿ ਪ੍ਰਗਟਿਓ ਅਮਰਦ ਅਗੰਬਰਾ ਬਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਹੀ ਪ੍ਰਕਾਸ਼ ਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵ ਲਹਿਓ ਸੱਜਣ ਸੱਚਾ ਪਾਤਸ਼ਾਹੋ ਸਿਰਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਜਨਮ ਜਨਮ ਕੀ ਮੈਲ ਗਏ ਗੁਰਪੁਰ ਮੇਰੀ ਰੱਖ ਲਈ ਅੰਮ੍ਰਿਤ ਨਾਮ ਹਿਰਦੇ ਮਹਿ ਦੀਨਾ ਜਨਮ ਜਨਮ ਕੀ ਮੈਲ ਗਏ ਰਹਾਉ ਨਿਵਰ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸਿਮਰ 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 ਸੁਖ ਪਾਇਆ
चरण कमल रख मन माहि ताकि शरण पर्यो नानक दास जाते ऊपर को नाहि सिमर 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 सुख पाया चरण कमल रख मन माहि ताकि शरण पर्यो नानक दास जाते ऊपर को नाहि वाहि गुरु जी का खालसा वाहि गुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਆਪਣੀ ਆਤਮ ਕਥਾ ਲਿਖਦੇ ਹਨ। ਐਸੇ ਸੰਸਾਰ ਦੇ ਪਹਿਲੇ ਮਹਾਂਪੁਰਖ ਅਵਤਾਰ ਪੈਗੰਬਰ ਕਹਿ ਲਓ ਪ੍ਰਮਾਣ ਦੇ ਵਾਸਤੇ, ਜੇ ਉਸ ਤਰ੍ਹਾਂ ਵਿਚਾਰ ਕਰੀਏ ਤੇ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ, ਉਹਨਾਂ ਵਰਗਾ ਕੋਈ ਵੀ ਨਹੀਂ, ਨਾ ਕੋ ਹੋਆ ਨਾ ਕੋ ਹੋਗ, ਉਹ ਸਰਵ ਕਲਾ ਸਮਰੱਥ ਹਨ। ਪਰ ਪ੍ਰਮਾਣ ਵਾਸਤੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਵੀ ਐਸਾ ਕਦੀ ਨਹੀਂ ਹੋਇਆ। ਆਪਣੀ ਆਤਮ ਕਥਾ ਪਿਛਲੇ ਜਨਮ ਦੀ ਅਤੇ ਸਾਰੇ ਪ੍ਰਮਾਣ ਅਤੇ ਸਬੂਤਾਂ ਦੇ ਸਹਿਤ, ਦਿਸ਼ਟਾਂਤਾਂ ਦੇ ਸਹਿਤ ਉਹ ਸਤਿਗੁਰੂ ਜੀ ਨੇ ਕਥਨ ਕੀਤੀ ਹੈ। ਇਹ ਵੀ ਕਿਹਾ ਵੀ ਸਾਡਾ ਸੰਸਾਰ 'ਤੇ ਆਉਣ ਦਾ ਜੋ ਮੁੱਖ ਪ੍ਰਯੋਜਨ ਹੈ ਉਹ ਹੈ ਧਰਮ ਚਲਾਵਨ ਸੰਤ ਉਵਾਰਨ, ਦੁਸ਼ਟ ਸਵਨ ਕੋ ਮੂਲ ਉਪਾਰਨ, ਯਾਹੀ ਕਾਜ ਤਰਾਹਮ ਜਨਮੰ, ਸਮਝ ਲਿਹੋ ਸਾਧੂ ਸਭ ਮਨਮੰਗ।
ਆਓ ਦਸ਼ਮੇਸ਼ ਪਿਤਾ ਜੀ ਨੇ ਇੱਥੋਂ ਜਾਣ ਲੱਗਿਆਂ ਜੋ ਬਚਨ ਕੀਤੇ, ਸੰਗਤਾਂ ਬਹੁਤ ਪਿਆਰ ਵਿੱਚ ਬਿਹਬਲ ਹੋ ਗਈਆਂ। ਸਤਿਗੁਰੂ ਮਹਾਰਾਜ, ਸਾਡਾ ਇਹ ਨਿਯਮ ਬਣ ਚੁੱਕਿਆ ਹੈ, ਆਪ ਜੀ ਦਾ ਦਰਸ਼ਨ ਕਰਕੇ ਹੀ ਅੰਨ ਜਲ ਸਕਦੇ ਹਾਂ। ਹੁਣ ਇਹ ਸਾਡਾ ਨਿਯਮ ਕਿਵੇਂ ਨਿਭੇਗਾ? ਤਾਂ ਸਤਿਗੁਰੂ ਜੀ ਨੇ ਫਰਮਾਇਆ, ਸਾਡੇ ਗਾਤਰੇ ਦੇ ਸਾਰੇ ਸ਼ਸਤਰ ਇੱਥੇ ਹਨ। ਸਰਵ ਮਨੋਰਥ ਪੂਰਨ ਹਾਰਾ, ਇਹ ਜੋ ਸਥਾਨ ਹੈ ਇਹ ਸਾਰੇ ਮਨੋਰਥ ਪੂਰਨ ਕਰਨ ਵਾਲਾ ਹੈ। ਜਨਮ ਭੂਮੀ ਪਟਨਾ ਹੈ ਮੇਰੀ, ਮਹਿਮਾ ਮਹਾਂ ਬਿਲੋਕਨ ਕੇਰੀ, ਜਨਮ ਸਥਾਨੀ ਦਰਸ਼ਨ ਕਰ ਹੈ, ਜਨਮ ਜਨਮ ਕੇ ਕਲਮਲ ਹਰ ਹੈ। ਜਿਹੜੇ ਸਾਡੇ ਜਨਮ ਸਥਾਨ 'ਤੇ ਆ ਕੇ ਦਰਸ਼ਨ ਕਰਨਗੇ, ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਵੱਡੇ ਤੋਂ ਵੱਡੇ ਬੱਜਰ ਪਾਪ ਵੀ ਉਹ ਮਿਟ ਜਾਣਗੇ। ਰੋਹ ਵਿਚਾਰ, ਸਤਿਗੁਰੂ ਜੀ ਨੇ ਫਰਮਾਇਆ, ਇਸੇ ਤਰ੍ਹਾਂ ਜਦੋਂ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਆ ਕੇ ਇੱਥੇ ਦਰਸ਼ਨ ਕਰੋਗੇ, ਸਾਡੇ ਪ੍ਰਤੱਖ ਦਰਸ਼ਨਾਂ ਦਾ ਫਲ ਤੁਹਾਨੂੰ ਪ੍ਰਾਪਤ ਹੋਏਗਾ। ਆਖੋ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਫਿਰ ਆਖੋ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਇਹ ਹਨ ਸਤਿਗੁਰੂ ਮਹਾਰਾਜ ਜੀ ਦੇ ਗਾਤਰੇ ਦੇ ਸਾਰੇ ਸ਼ਸਤਰ, ਆਓ ਆਪਾਂ ਦਰਸ਼ਨ ਕਰੀਏ। ਬੋਲੇ ਸੋਨਿਹਾਰ, ਇਹ ਹੈ ਸੈਫ ਜੋ ਸਤਿਗੁਰੂ ਮਹਾਰਾਜ ਜੀ ਗਾਤਰੇ ਧਾਰਨ ਕਰਿਆ ਕਰਦੇ ਸਨ। ਇਹ ਹਨ ਦੋ ਚੱਕਰ ਜੋ ਦਸਤਾਰੇ ਉੱਪਰ ਦਮਾਲੇ ਉੱਪਰ ਸਜਾਇਆ ਕਰਦੇ ਸਨ। ਇਹ ਹੈ ਚੱਕਰੀ ਜੋ ਦਸਤਾਰ ਦੇ ਹੇਠਾਂ ਕੇਸਾਂ ਦੇ ਜੂੜੇ ਵਿੱਚ ਸਜਾਇਆ ਕਰਦੇ ਸਨ। ਇਹ ਹੈ ਖੰਡਾ ਜੋ ਦਸਤਾਰੇ ਉੱਪਰ ਦਮਾਲੇ ਉੱਪਰ ਸਾਹਮਣੇ ਸਜਾਇਆ ਕਰਦੇ ਸਨ। ਇਹ ਹੈ ਚੰਦਨ ਦਾ ਕੰਘਾ ਜਿਹਦੇ ਨਾਲ ਕੇਸ ਸਾਫ ਕਰਿਆ ਕਰਦੇ ਸਨ। ਇਹ ਹੈ ਖੰਜਰ, ਦੂਜਾ ਇਹਦਾ ਨਾਂ ਬਾਗ ਨਖੀ, ਸਤਿਗੁਰੂ ਜੀ ਕਮਰ ਕਸੇ ਸਜਾਇਆ ਕਰਦੇ ਸਨ। ਇਹ ਹੈ ਕਟਾਰ, ਸਤਿਗੁਰੂ ਜੀ ਕਮਰ ਕਸੇ ਸਜਾਇਆ ਕਰਦੇ ਸਨ। ਇਹ ਹੈ ਗੁਲੇਲਾ, ਜਿਹਦੇ ਨਾਲ ਬਾਲਾ ਪ੍ਰੀਤਮ ਬਾਲ ਸਤਿਗੁਰੂ ਜੀ ਬਾਲ ਅਵਸਥਾ ਵਿੱਚ ਚੋਜ ਕਰਦੇ ਸਨ। ਅੰਦਰ ਮਾਤਾ ਜੀ ਦਾ ਖੂਹ ਹੈ, ਨਗਰ ਨਿਵਾਸੀ ਬੀਬੀਆਂ ਜਲ ਭਰਨ ਵਾਸਤੇ ਆਉਂਦੀਆਂ,
ਸਤਿਗੁਰੂ ਜੀ ਗੁਲੇਲੇ ਮਾਰ ਕੇ ਉਹਨਾਂ ਦੇ ਘੜੇ ਤੋੜ ਦਿੰਦੇ। ਜਦੋਂ ਲੋਹੇ ਪਿੱਤਲ ਦੇ ਘੜੇ ਆਉਣੇ ਸ਼ੁਰੂ ਹੋ ਗਏ ਤਾਂ ਸਤਿਗੁਰੂ ਮਹਾਰਾਜ ਜੀ ਨੇ ਲੋਹੇ ਦੇ ਤੀਰ ਬਣਾ ਲਏ। ਇਹ ਚਾਰ ਤੀਰ ਹਨ। ਇੱਕ ਬੀਬੀ ਜਲਦਾ ਘੜਾ ਲੈ ਕੇ ਜਾ ਰਹੀ ਸੀ, ਸਤਿਗੁਰੂ ਜੀ ਨੇ ਮਾਰਿਆ ਤੀਰ, ਘੜਾ ਟੁੱਟ ਗਿਆ। ਮਾਤਾ ਜੀ ਬਾਹਰ ਨਿਕਲੇ, ਕੋਲ ਗਏ, ਕਹਿਣ ਲੱਗੇ, ਲਾਲ ਜੀ ਉਹ ਰੋਂਦੀ ਹੈ, ਤੁਸੀਂ ਹੱਸਦੇ ਹੋ। ਗੁਰੂ ਜੀ ਕਹਿਣ ਲੱਗੇ, ਅਸੀਂ ਕੋਈ ਹਾਸੀ ਮਖੌਲ ਨਹੀਂ ਕਰ ਰਹੇ ਹਾਂ, ਇਹਦੇ ਘੜੇ ਵਿੱਚ ਜ਼ਹਿਰੀਲਾ ਸੱਪ ਸੀ, ਅਸਾਂ ਤੀਰ ਮਾਰ ਕੇ ਸੱਪ ਮਾਰਿਆ ਹੈ। ਜਦੋਂ ਵੇਖਿਆ ਸੱਪ ਦੀ ਸਿਰੀ ਤੀਰ ਦੀ ਮੁਖੀ ਨਾਲ ਵਿੰਨੀ ਹੋਈ, ਸੱਪ ਮਰਿਆ ਹੋਇਆ ਹੈ। ਵੇਖ ਕੇ ਸਾਰਿਆਂ ਦਾ ਸਿਰ ਸਰਧਾ ਦੇ ਨਾਲ ਝੁਕ ਗਿਆ। ਮਾਤਾ ਜੀ ਨੇ ਬਚਨ ਕੀਤਾ, ਰੋਜ਼ ਦੇ ਅਲਾਂਬੇ ਠੀਕ ਨਹੀਂ, ਹੋਵੇ ਨਾ ਖੂਹ ਦਾ ਪਾਣੀ ਹੀ ਖਾਰਾ ਹੋ ਜਾਏ। ਮਾਤਾ ਜੀ ਦੇ ਬਚਨ ਹੋਣ ਦੀ ਦੇਰ ਸੀ, ਖੂਹ ਦਾ ਪਾਣੀ ਬਿਲਕੁਲ ਖਾਰਾ ਹੋ ਗਿਆ। ਨਗਰ ਨਿਵਾਸੀਆਂ ਨੇ ਬੇਨਤੀ ਕੀਤੀ, ਇਹ ਤਾਂ ਚੰਗਾ ਨਹੀਂ, ਇਸੇ ਜਲ ਦੇ ਨਾਲ ਸਾਰੇ ਘਰ ਦੇ ਕਾਰਜ ਸਰਦੇ ਸਨ, ਬਚਨ ਕਰ ਦਿਓ, ਜਲ ਫੇਰ ਮਿੱਠਾ ਹੋ ਜਾਏ। ਮਾਤਾ ਜੀ ਨੇ ਕਿਹਾ, ਜੋ ਬਚਨ ਹੋਣਾ ਸੀ ਹੋ ਗਿਆ, ਤੁਸਾਂ ਬੇਨਤੀ ਕੀਤੀ ਹੈ, ਅਸੀਂ ਬਚਨ ਕਰਦੇ ਹਾਂ, ਅਜੇ ਨਹੀਂ ਕਾਫੀ ਸਮਾਂ ਪਾ ਕੇ। ਜਦੋਂ ਦੂਰੋਂ ਦੂਰੋਂ ਗੁਰੂ ਕੀਆਂ ਸੰਗਤਾਂ ਇਸ ਪਾਵਨ ਸਥਾਨ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਣਗੀਆਂ, ਇਹ ਜਲ ਫੇਰ ਮਿੱਠਾ ਹੋ ਜਾਏਗਾ। ਮਾਤਾ ਜੀ ਦੇ ਬਚਨ 47 ਤੋਂ ਬਾਅਦ ਪੂਰੇ ਹੋਏ। ਹੁਣ ਜਲ ਬਿਲਕੁਲ ਮਿੱਠਾ ਹੈ, ਸੰਗਤਾਂ ਅੰਮ੍ਰਿਤ ਰੂਪ ਜਾਣ ਕੇ ਚੁਲਾ ਲੈਂਦੀਆਂ ਹਨ। ਇਹ ਹਨ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਦੀਆਂ ਖੜਾਂ। ਆਓ ਆਪਾਂ ਦਰਸ਼ਨ ਕਰੀਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਦੀਆਂ ਖੜਾਂ ਚੰਦਨ ਦੀਆਂ ਬਣੀਆਂ ਹੋਈਆਂ। ਬੋਲੇ ਸੋਨਿਹਾਰ। ਇਹ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਦੀਆਂ ਖੜਾਂ ਹਾਥੀ ਦੰਦ ਦੀਆਂ ਬਣੀਆਂ ਹਨ। ਇਹ ਹੈ ਭਗਤ ਕਬੀਰ ਦੀ ਅਸਲੀ ਖੱਡੀ, ਕਾਂਸੀ ਵਿੱਚ ਗੁਰਸਿੱਖ ਪਰਿਵਾਰ ਕੋਲ ਸੀ, ਉਹਨਾਂ ਤਖਤ ਸਾਹਿਬ ਜੀ 'ਤੇ ਭੇਟ ਕਰ ਦਿੱਤੀ। ਭਗਤ ਕਬੀਰ ਦੀ ਯਾਦਗਾਰ ਬਣੀ ਰਹੇ। ਸਤਿਗੁਰੂ ਮਹਾਰਾਜ ਜੀ ਦਾ ਚੋਲਾ ਸਾਹਿਬ, ਜੋ 15 ਸਾਲ ਦੀ ਉਮਰ ਵਿੱਚ ਦਸ਼ਮੇਸ਼ ਪਿਤਾ ਜੀ ਪਹਿਨਦੇ ਸਨ, ਤਖਤ ਸਾਹਿਬ ਪਰਿਕਰਮਾ ਦੇ ਵਿੱਚ ਸੀਸੇ ਵਿੱਚ ਜੜਿਆ ਹੋਇਆ ਹੈ, ਉੱਥੇ ਸੰਗਤਾਂ ਦਰਸ਼ਨ ਕਰਦੀਆਂ ਹਨ। ਇਹ ਹਨ ਸਤਿਗੁਰੂ ਜੀ ਦੇ ਹੁਕਮਨਾਮੇ।
ਕੁਝ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਦੇ ਦੋ ਹੁਕਮਨਾਮੇ ਹਨ ਜੋ ਸਾਰੀ ਦੀ ਸਾਰੀ ਲਿਖਤ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਆਪਣੀ ਹੈ ਅਤੇ ਹੇਠਾਂ ਦਸਖਤ ਹਨ ਲਿਖਤੇ ਗੁਰੂ ਹਰਗੋਬਿੰਦ ਅਤੇ ਜਿਨ੍ਹਾਂ ਵਿੱਚ ਖਾਸ ਬਚਨ ਹੈ ਪੂਰਬ ਕੀ ਸੰਗਤ ਗੁਰੂ ਕਾ ਖਾਲਸਾ ਹੈ ਸਰਬੱਤ ਸੰਗਤ ਇੱਕ ਦਾਸ ਭਲੀ ਜੁਗਤ ਰਹਿਣਾ ਪੂਰਬ ਕੀ ਸੰਗਤ ਇਸ ਅਸਥਾਨ ਦਾ ਨਾਂ ਪਹਿਲਾਂ ਜੋਹਰੀ ਕੀ ਸੰਗਤ ਫਿਰ ਬਾਅਦ ਵਿੱਚ ਪੂਰਬ ਕੀ ਸੰਗਤ ਛੇਵੇਂ ਪਾਤਸ਼ਾਹ ਦੇ ਸਮੇਂ ਇਹ ਗੁਰੂ ਕਾ ਖਾਲਸਾ ਹੈ ਇਤਨਾ ਵੱਡਾ ਮਾਣ ਸਤਿਗੁਰੂ ਨੇ ਪਹਿਲਾਂ ਹੀ ਬਖਸ਼ਿਆ ਸਤਿਗੁਰੂ ਤਾਂ ਸਾਰੇ ਬਚਨ ਪਹਿਲਾਂ ਹੀ ਜਾਣਦੇ ਸਨ ਤਾਂ ਹੀ ਵਰ ਵੀ ਦਿੱਤਾ ਸੀ ਮਾਤਾ ਨਾਨਕੀ ਜੀ ਨੂੰ ਕਿ ਤੂੰ ਤਾਂ ਬਹੁਤ ਵੱਡਿਆਂ ਭਾਗਾਂ ਵਾਲੀ ਹੈ ਤੇਰਾ ਸਪੁੱਤਰ ਉਹ ਵੀ ਗੁਰੂ ਤੇਗ ਬਹਾਦਰ ਹੋਏਗਾ ਅਤੇ ਤੇਰਾ ਪੋਤਰਾ ਤਾਂ ਐਸਾ ਸੂਰਬੀਰ ਬਲੀ ਹੋਏਗਾ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਉੱਜਲ ਕਰੇਗਾ ਉਹਦੇ ਵੀ ਦਰਸ਼ਨ ਕਰੇਗੀ ਐਸੇ ਵਾਰ ਪਹਿਲਾਂ ਹੀ ਦਿੱਤੇ ਸਨ ਅਤੇ ਫਿਰ ਇਹ ਵੀ ਪਤਾ ਸੀ ਵੀ ਉਹਨਾਂ ਨੇ ਅਵਤਰਿਤ ਕਿੱਥੇ ਹੋਣਾ ਹੈ ਤਾਂ ਹੀ ਸਤਿਗੁਰੂ ਜੀ ਨੇ ਬਹੁਤ ਵੱਡਾ ਸਨਮਾਨ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵੀ ਮਾਨ ਦਿੱਤਾ ਆਓ ਹੁਕਮਨਾਮਿਆਂ ਦੇ ਦਰਸ਼ਨ ਕਰੀਏ ਇਹ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਆਪਣੇ ਹੱਥਾਂ ਦੇ ਨਾਲ ਅਸਾਮ ਤੋਂ ਦਸ਼ਮੇਸ਼ ਜੀ ਦੇ ਅਵਤਾਰ ਵਧਾਈ ਦੀ ਖੁਸ਼ੀ ਦਾ ਹੁਕਮਨਾਮਾ ਗੁਰੂ ਸਤ ਸਰਬੱਤ ਸੰਗਤ ਪਟਨੇ ਕੀ ਜਿਨ ਸਿੱਖ ਵਾਹਿਗੁਰੂ ਕੀਆ ਹੈ ਤਿਸਕੇ ਮਨੋਰਥ ਪੂਰੇ ਹੋਵੇਗੇ ਗੋਬਿੰਦ ਦਾਸ ਕੀ ਵਧਾਈ ਉੱਪਰ ਸੰਗਤ ਖਰਚ ਕੀਆ ਗੁਰੂ ਕੀ ਦਰਗਾਹ ਥਾਂ ਪਿਆ ਪਿੱਛੇ ਸੇਵਾ ਕੀਤੀ ਸਭ ਥਾਂ ਪਈ ਆਗੇ ਜੋ ਸੇਵਾ ਕਰੇਗਾ ਤਿਸਕਾ ਭਲਾ ਹੋਗ ਸੰਗਤ ਕੇ ਰੁਜ਼ਗਾਰ ਮੋਂ ਬਰਕਤ ਹੋਗ ਭਾਈ ਜੀ ਸਰੋ ਪਾਉ ਭੇਜਿਆ ਹੈ ਪਟਨਾ ਗੁਰੂ ਕਾ ਘਰ ਹੈ ਸੰਗਤ ਕਾ ਭਲਾ ਹੋ ਇਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੁਕਮਨਾਮਾ ਇਸੇ ਤਰ੍ਹਾਂ ਹੋਰ ਹੁਕਮਨਾਮੇ ਹਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਇਹ ਆਪਣੀ ਕਲਾ ਵਰਤ ਰਹੀ ਹੈ ਸਾਰਾ ਕੁਝ ਆਪ ਹੀ ਸਤਿਗੁਰੂ ਜੀ ਕਰ ਰਹੇ ਹਨ ਜਿਸ ਕਾ ਕਾਰਜ ਤਿਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ ਉਹ ਆਪ ਹੀ ਸਾਰੀ ਬਖਸ਼ਿਸ਼ ਕਰ ਰਹੇ ਹਨ ਅਚਾਨਕ ਤਖਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਦੇ ਪ੍ਰਧਾਨ ਵੀ ਪ੍ਰਬੰਧਕੀ ਬੋਰਡ ਵੀ ਅਤੇ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਨੇ ਆਪਣੇ ਵੱਲੋਂ ਖਾਸ ਕਰਕੇ ਅਜੇ ਨਹੀਂ ਠਹਿਰ ਮੈਨੂੰ ਅਜੇ ਕਰ ਲੈਣ ਦੋ ਨਾ ਮੈਨੂੰ ਆਪਣਾ ਕੰਮ ਬਹੁਤ ਅਜੇ ਬਹੁਤ ਕੰਮ ਰਹਿੰਦਾ ਮੇਰਾ ਸੋ ਸਤਿਗੁਰੂ ਦੀ ਬਖਸ਼ਿਸ਼ ਹੈ ਬਹੁਤ ਵੱਡਾ ਸਹਿਯੋਗ ਹੈ ਤਖਤ ਸੱਚਖੰਡ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ
ਸੋ ਰਾਤੀ ਬਾਬਾ ਕੁਲਵੰਤ ਸਿੰਘ ਜੀ ਨੇ ਫੋਨ 'ਤੇ ਕਿਹਾ ਵੀ ਮੇਰੀ ਹਾਜ਼ਰੀ ਵੀ ਲਵਾ ਦੇਣੀ ਅਤੇ ਮੇਰੇ ਵੱਲੋਂ ਮੀਰ ਜਹੇਦਾਰ ਸਿੰਘ ਸਾਹਿਬ ਗਿਆਨੀ ਜੋਤਿੰਦਰ ਸਿੰਘ ਜੀ ਉਹ ਤਾਂ ਪਹੁੰਚ ਰਹੇ ਹਨ, ਉਹਨਾਂ ਤਾਂ ਹਾਜ਼ਰੀ ਲਾਉਣੀ ਹੀ ਹੈ, ਉਹਨਾਂ ਦਾ ਵੀ ਬਹੁਤ ਪਿਆਰ ਹੈ। ਇਸੇ ਤਰ੍ਹਾਂ ਸਤਿਗੁਰੂ ਦੀ ਕਿਰਪਾ ਦਾ ਸਦਕਾ ਜਿਤਨੀਆਂ ਸਾਡੀਆਂ ਸੰਪਰਦਾਵਾਂ ਹਨ, ਟਕਸਾਲ ਤਾਂ ਇੱਕ ਹੀ ਹੈ, ਉਹ ਹੈ ਦਮਦਮੀ ਟਕਸਾਲ, ਇੱਕੋ ਹੀ ਹੈ ਜੋ ਬਾਬਾ ਦੀਪ ਸਿੰਘ ਜੀ ਨੇ ਚਲਾਈ ਹੈ। ਅਤੇ ਉਸ ਟਕਸਾਲ ਦੇ ਨਕਲ ਭਾਵੇਂ ਕੋਈ ਜਿੰਨੀ ਮਰਜ਼ੀ ਕਰਦੇ ਫਿਰੇ, ਪਰ ਨਕਲ ਤਾਂ ਨਕਲ ਹੁੰਦੀ ਹੈ, ਅਸਲ ਤਾਂ ਅਸਲ ਹੈ, ਮੁੱਢ ਤਾਂ ਮੁੱਢ ਹੀ ਹੈ। ਸੁਰਹ ਵਿਚਾਰ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ, ਜਿਨ੍ਹਾਂ ਵੱਲੋਂ ਬਹੁਤ ਵੱਡੇ ਲੰਗਰ ਦੀ, ਅਤੇ ਮਹਾਂਪੁਰਸ਼ ਦੱਸਦੇ ਸਨ ਵੀ ਲੰਗਰ 25 ਜਾਂ 24 ਦਸੰਬਰ ਤੋਂ ਸ਼ੁਰੂ ਹੈ ਕਰੀਬਨ, ਅਤੇ ਹਰ ਰੋਜ਼ ਲੰਗਰ ਦੇ ਵਿੱਚ ਕਿਸੇ ਦਿਨ 50,000, ਕਿਸੇ ਦਿਨ 60,000 ਪ੍ਰਸ਼ਾਦਾ ਸੰਗਤ ਛਕਦੀ ਹੈ। ਇੱਕ ਲੰਗਰ ਇੱਥੇ ਅਤੇ ਨਾਲ ਨਾਸ਼ਤੇ ਦਾ ਲੰਗਰ ਹੈ ਸੰਤ ਪ੍ਰਦੀਪ ਸਿੰਘ ਜੀ ਅੰਮ੍ਰਿਤਧਾਰੀ ਹਨ, ਦਾਸ ਨੂੰ ਥੋੜ੍ਹਾ ਭੁਲੇਖਾ ਸੀ ਪਰ ਬਾਬਾ ਜੀ ਨੇ ਦੱਸਿਆ ਉਹਨਾਂ ਨੇ ਸਰੀਸਾ ਵੀ ਗਾਤਰੇ ਹੈ ਅਤੇ ਤਿਆਰ ਬਰਤਿਆਰ ਅੰਮ੍ਰਿਤਧਾਰੀ ਸਿੰਘ ਹਨ। ਉਹਨਾਂ ਨੂੰ ਆਮ ਕਰਕੇ ਸੰਤ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਕਿਹਾ ਜਾਂਦਾ ਹੈ। ਉਹਨਾਂ ਵੱਲੋਂ ਨਾਸ਼ਤੇ ਦਾ ਲੰਗਰ ਚੱਲ ਰਿਹਾ ਹੈ ਕੰਗਨ ਘਾਟ 'ਤੇ, ਗੋਬਿੰਦ ਘਾਟ 'ਤੇ ਬਹੁਤ ਵੱਡੇ ਦੋ ਲੰਗਰ ਚੱਲ ਰਹੇ ਹਨ, ਇੱਕ ਪੰਥ ਰਤਨ ਭਾਈ ਸਾਹਿਬ ਬਾਬਾ ਮਹਿੰਦਰ ਸਿੰਘ ਜੀ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ UK, ਜਿਨ੍ਹਾਂ ਨੇ ਤਖ਼ਤ ਸਾਹਿਬ ਦੇ ਅੰਦਰ ਦਾ ਸਾਰਾ ਸੁੰਦਰੀਕਰਨ ਦੇਖੋ ਬਹੁਤ ਸੁੰਦਰ ਬਹੁਤ ਸੋਹਣੇ ਢੰਗ ਦੇ ਨਾਲ, ਸਤਿਗੁਰੂ ਜੀ ਦਾ ਹਰੀ ਮੰਦਰ ਪਿਛਲਾ ਹਿੱਸਾ, ਅਗਲਾ ਹਿੱਸਾ ਤਖ਼ਤ, ਦੋਹਾਂ ਦੀ ਕਿਤਨੀ ਸੁੰਦਰਤਾ, ਸੋਨੇ ਦੇ ਨਾਲ ਕਢਾਈ, ਫਿਰ ਦਰਬਾਰ ਸਾਹਿਬ ਦੇ ਅੰਦਰ ਦੀ ਸੇਵਾ, ਫਿਰ ਪਾਰਕਿੰਗ ਦੀ ਸੇਵਾ, ਇਮਾਰਤ ਦੀ ਸੇਵਾ, ਮਾਰਬਲ ਦੀ ਅਜੇ ਵੀ ਚੱਲ ਰਹੀ, ਅਜੇ 20 ਤੱਕ ਚੱਲਣੀ ਹੈ, ਅਜੇ ਬਹੁਤ ਵੱਡੀਆਂ ਉਹਨਾਂ ਦੀਆਂ ਸੇਵਾਵਾਂ ਹਨ। ਆਨੰਦਗੜ੍ਹ ਕਿਲ੍ਹੇ ਵਾਲੇ ਬਾਬਾ ਲਾਭ ਸਿੰਘ ਜੀ, ਉਹਨਾਂ ਦੇ ਨਾਲ ਸਹਿਯੋਗ, ਦੋਹਾਂ ਵੱਲੋਂ ਵੱਡਾ ਲੰਗਰ ਚੱਲ ਰਿਹਾ ਹੈ। ਉਹਨਾਂ ਦੱਸਿਆ ਵੀ ਇੱਥੇ ਵੀ ਰੋਜ਼ 50,000 ਤੋਂ ਵੱਧ ਸੰਗਤ ਲੰਗਰ ਛਕਦੀ ਹੈ। ਅਤੇ ਦੂਸਰਾ ਵੱਡਾ ਲੰਗਰ ਜੋ ਭਾਈ ਦਇਆ ਸਿੰਘ ਜੀ ਦੀ ਸੰਪਰਦਾ, ਰਾੜਾ ਸਾਹਿਬ ਸੰਪਰਦਾਇ ਦੇ ਮੁਖੀ ਮਹਾਂਪੁਰਖ ਸੰਤ ਬਾਬਾ ਬਲਜਿੰਦਰ ਸਿੰਘ ਜੀ, ਉਹਨਾਂ ਵੱਲੋਂ ਚੱਲ ਰਿਹਾ, ਬਹੁਤ ਵੱਡੇ ਪੱਧਰ 'ਤੇ ਸੰਗਤਾਂ ਉੱਥੇ ਵੀ ਲੰਗਰ ਛਕ ਰਹੀਆਂ ਹਨ। ਇਹ ਤਾਂ ਹੈ ਤਖ਼ਤ ਸਾਹਿਬ 'ਤੇ, ਇਸੇ ਤਰ੍ਹਾਂ ਹੀ ਬਾਈਪਾਸ 'ਤੇ ਵੀ ਲੰਗਰ ਚੱਲ ਰਹੇ ਹਨ ਅਤੇ ਗਾਂਧੀ ਮੈਦਾਨ ਵੀ ਦੋ ਵੱਡੇ ਲੰਗਰ ਚੱਲ ਰਹੇ ਹਨ। ਅਤੇ ਸੇਵਾ ਪੰਥੀ ਸੰਪਰਦਾਇ ਵੱਲੋਂ, ਸੇਵਾ ਪੰਥੀ ਸੰਪਰਦਾਇ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਜੀ ਅਤੇ ਮਹੰਤ ਕਾਨ ਸਿੰਘ ਜੀ ਗੁਣਿਆਣਾ ਮੰਡੀ, ਉਹਨਾਂ ਵੱਲੋਂ ਵੀ, ਸੋ ਜਿਹੜੇ ਖਾਸ ਕਰਕੇ ਜੋ ਪ੍ਰਚਾਰਕ ਹਨ, ਵਿਦਵਾਨ ਹਨ, ਰਾਗੀ ਜਥੇ, ਉਹਨਾਂ ਵਾਸਤੇ ਉਹ ਲੰਗਰ ਦੀ ਸੇਵਾ ਬੜੀ ਚੜ੍ਹਦੀ ਕਲਾ ਨਾਲ ਨਿਭਾ ਰਹੇ ਹਨ। ਉੱਥੇ ਦਲ ਪੰਥ, ਪੰਥ ਸ਼੍ਰੋਮਣੀ ਅਕਾਲੀ ਦਲ,
ਸਰੋਹ ਵਿਚਾਰ ਪੰਥ ਸ਼੍ਰੋਮਣੀ ਪੰਥ ਅਕਾਲੀ ਦਲ ਬੁੱਢਾ ਦਲ ਪੰਜਵਾਂ ਤਖਤ ਚੱਲਦਾ ਵੀਰ 96 ਕਰੋੜੀ। ਸੋ ਸਾਧ ਸੰਗਤ ਜੀ, ਨੀਂਦਰਾ ਹੈ ਬੜੇ ਦਿਨਾਂ ਦਾ, ਭੁੱਲ ਹੋ ਜਾਂਦੀ ਹੈ ਕਿਉਂਕਿ ਇਹ ਗੁਰੂ ਜੀ ਆਪ ਹੀ ਚਲਾਈ ਜਾ ਰਹੇ ਹਨ, ਦਿਮਾਗ ਤਾਂ ਸੁੱਤਾ ਹੋਇਆ ਹੈ। ਹੁਣ 25 ਤਰੀਕ ਤੋਂ ਲੈ ਕੇ ਦਿਨ ਰਾਤ ਅਤੇ ਆਪ ਜੀ, ਇਹ ਗੁਰੂ ਦੀ ਕੋਈ ਆਪਣੀ ਕਲਾ ਹੈ, ਉਹ ਆਪ ਹੀ ਆਪਣੀ ਸੇਵਾ ਨਿਭਾ ਰਹੇ। ਬਸ ਇਸ਼ਨਾਨ ਕਰਨ ਦਾ ਟਾਈਮ ਮਿਲਦਾ ਹੈ ਰਾਤ ਨੂੰ, ਉਹ ਵੀ ਕਿਤੇ 2:30 ਵਜੇ ਮਿਲ ਗਿਆ, ਕਿਤੇ 2 ਵਜੇ ਮਿਲ ਗਿਆ, ਜੇ 12 ਵਜੇ ਮਿਲਿਆ ਤਾਂ ਉਦੋਂ ਇਸ਼ਨਾਨ ਕਰ ਲਿਆ। ਬਸ ਉਦੋਂ ਇਹ ਸਤਿਗੁਰੂ ਆਪਣੀ ਉਹ ਬਖਸ਼ਿਸ਼ ਕਰਕੇ ਆਪਣੀ ਸੇਵਾ ਕਰਵਾ ਰਹੇ ਹਨ। ਸੋ ਭੁੱਲ ਹੋ ਜਾਂਦੀ, ਕਈ ਵਾਰ ਸਤਿਕਾਰ ਵਿੱਚ ਸ਼ਬਦ ਨਹੀਂ ਵਰਤੇ ਜਾਂਦੇ, ਕਈ ਵਾਰ ਕਿਸੇ ਮਹਾਂਪੁਰਖ ਦਾ ਨਾਂ ਲੈਣੋਂ ਰਿਹਾ ਜਾਂਦਾ ਹੈ, ਮਗਰੋਂ ਪਛਤਾਵਾ ਹੁੰਦਾ ਹੈ ਵੀ ਮੈਥੋਂ ਇਹ ਰਹਿ ਕਿਵੇਂ ਗਿਆ। ਪਰ ਦਸ਼ਮੇਸ਼ ਪਿਤਾ ਦੇ ਦਰ ਦਾ ਕੁੱਤਾ ਜਾਣ ਕੇ ਮਾਫ਼ ਕਰ ਦੇਣਾ। ਸਤਿਗੁਰੂ ਨੇ ਬੜੀਆਂ ਸੇਵਾਵਾਂ ਬਖਸ਼ੀਆਂ ਹਨ ਆਪਣੇ ਪੰਥ ਨੂੰ, ਦਲ ਪੰਥ ਨੂੰ ਬੜੀਆਂ ਸੇਵਾਵਾਂ ਬਖਸ਼ੀਆਂ ਹਨ। ਉਹਨਾਂ ਵੱਲੋਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦਲ ਪੰਥ ਵਿਧੀ ਚੰਦ ਜੀ ਵੱਲੋਂ, ਪਹਿਲਾਂ ਤਾਂ ਅਸੀਂ ਵੀ ਖੰਡਾ ਸੋਨੇ ਦਾ ਲਾਵਾਂਗੇ, ਫਿਰ ਕਹਿੰਦੇ ਵੀ ਲੱਗਦਾ ਪਾਈਪ ਥੋੜ੍ਹੇ ਬਿਰਧ ਹਨ, ਬਹੁਤ ਵਧੀਆ ਸਟੇਨਲੈਸ ਸਟੀਲ ਦੇ ਨਵੇਂ ਪਾਈਪ, ਨਵਾਂ ਖੰਡਾ ਜੋ ਹੈ ਉਹ ਸੋਨੇ ਦਾ ਉੱਪਰ ਚਲਾ ਦਿੱਤਾ, ਸਾਰੇ ਪੈਪ ਵੀ ਵਧੀਆ ਬਦਲੀ ਕਰ ਦਿੱਤੇ। ਉੱਧਰ ਸਾਹਮਣੇ ਜੋ ਨਿਸ਼ਾਨ ਸਾਹਿਬ ਹੈ ਉੱਥੇ ਸੋਨੇ ਦਾ ਤੀਰ ਚਲਾ ਦਿੱਤਾ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਵੱਲੋਂ, ਦਲ ਪੰਥ ਵਿਧੀ ਚੰਦ ਜੀ ਵੱਲੋਂ ਜਿੱਥੇ ਲੰਗਰਾਂ ਦੀ ਸੇਵਾ 12 ਦਸੰਬਰ ਤੋਂ ਚੱਲ ਰਹੀ ਹੈ, ਸੋ ਉੱਥੇ ਅੱਜ ਸੋਨੇ ਦੇ 2 ਚੌਰ ਉਹਨਾਂ ਦੀ ਵੀ ਸੇਵਾ ਹੋਈ ਹੈ। ਸੋ ਇਹਨਾਂ ਵੇਰਵਾ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਇਹ ਸਾਰਾ ਹੀ ਦੁਨੀਆ ਦੇ ਅੰਦਰ ਦੂਰਦਰਸ਼ਨ ਤੋਂ ਵੀ, ਚੜ੍ਹਦੀ ਕਲਾ ਟਾਈਮ TV ਤੋਂ ਵੀ ਅਤੇ ਸਿੱਖ ਚੈਨਲ ਵੱਲੋਂ ਤਾਂ ਬਹੁਤ ਵੱਡਾ ਉਹਨਾਂ ਦਾ ਉਪਰਾਲਾ ਹੈ, 24 ਘੰਟੇ ਉਹਨਾਂ ਨੇ ਚਲਾਇਆ ਹੋਇਆ ਹੈ, ਸਿੱਖ ਚੈਨਲ ਅਤੇ ਅਕਾਲ ਚੈਨਲ ਨੇ 24 ਘੰਟੇ, ਅਤੇ ਗੁਰਬਾਣੀ TV 'ਤੇ ਵੀ ਲਗਾਤਾਰ ਚੱਲ ਰਿਹਾ ਹੈ। ਹੋਰ ਆਪਣੇ ਤੌਰ 'ਤੇ DD ਬਿਹਾਰ ਹੈ, ਹੋਰ ਵੀ ਕਈ ਚੈਨਲ ਜਿਹੜੇ ਹਨ ਉਹ ਪ੍ਰਸਾਰਣ ਕਰ ਰਹੇ, ਸਾਰੇ ਸੰਸਾਰ ਨੂੰ ਦਿਖਾ ਰਹੇ ਹਨ। ਸੋ ਮਹਾਂਪੁਰਖ ਨਿਰਮਲ ਸੰਪ੍ਰਦਾਇ ਦੇ ਮੁਖੀ ਸ਼੍ਰੀ ਮਹੰਤ ਗਿਆਨਦੇਵ ਸਿੰਘ ਜੀ, ਆਪਣੀ ਸਾਰੀ ਜਥੇਬੰਦੀ ਦੇ ਸਮੇਤ ਪਹੁੰਚੇ ਹੋਏ ਹਨ। ਬਾਬਾ ਤੇਜਾ ਸਿੰਘ ਜੀ ਜੋ ਜਨਰਲ ਸੈਕਟਰੀ ਹਨ ਇਹ ਜਥੇਬੰਦੀ ਦੇ ਨਿਰਮਲ ਸੰਪ੍ਰਦਾਇ ਦੇ, ਹੋਰ ਵੀ ਮਹਾਂਪੁਰਖ ਅਤੇ ਉਦਾਸੀ ਸੰਪ੍ਰਦਾਇ ਵੱਲੋਂ ਬਾਬਾ ਗੁਰਵਿੰਦਰ ਸਿੰਘ ਜੀ, ਬਹਿਮ ਖਾ ਮਾਂਡੀ ਉਦਾਸੀ ਸੰਪ੍ਰਦਾਇ ਵੱਲੋਂ ਪਹੁੰਚੇ ਹੋਏ ਹਨ, ਅਤੇ ਨਿਰਮਲ ਸੰਪ੍ਰਦਾਇ ਦੇ 2 ਹੀਰੇ ਪੈਦਾ ਕੀਤੇ ਹਨ ਮਹਾਂਪੁਰਖਾਂ ਨੇ, ਸ਼੍ਰੀ ਮਹੰਤ ਸਾਹਿਬ ਨੇ, ਉਹ ਹਨ ਗਿਆਨੀ ਦਰਸ਼ਨ ਸਿੰਘ ਜੀ ਸ਼ਾਸਤਰੀ, ਗਿਆਨੀ ਜਸਵਿੰਦਰ ਸਿੰਘ ਜੀ ਸ਼ਾਸਤਰੀ। ਸੋ ਸਤਿਗੁਰੂ ਦੀ ਰਹਿਮਤ ਹੈ, ਵਿੱਦਿਆ ਦੀ ਇਹ ਟਕਸਾਲ ਹੈ ਇਹ ਵੀ, ਅਤੇ ਦਮਦਮੀ ਟਕਸਾਲ ਜੋ ਕਲਗੀਧਰ ਪਾਤਸ਼ਾਹ ਨੇ ਆਪ ਕਾਇਮ ਕੀਤੀ, ਬਾਬਾ ਦੀਪ ਸਿੰਘ ਜੀ ਤੋਂ ਅੱਗੇ ਚੱਲੀ, ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ, ਸਾਬਕਾ ਜਹੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਖਾਲਸਾ,
ਉਹ ਵੀ ਮਹਾਂਪੁਰਖਾਂ ਦੇ ਨਾਲ ਹਾਜ਼ਰੀ ਪਾ ਰਹੇ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਮਹਾਂਪੁਰਖ ਉਹ ਵੀ ਹਾਜ਼ਰੀ ਪਾ ਰਹੇ ਹਨ। ਸੋ ਮਹੰਤ ਕਾਨ ਸਿੰਘ ਜੀ ਸੇਵਾ ਪੰਥੀ, ਸੋ ਮਿੱਥੋਂ ਨਾਂ ਰਹਿ ਜਾਣੇ, ਬਾਬਾ ਜੀ ਨੂੰ ਬਹੁਤ ਵਧੀਆ ਨਾਂ ਯਾਦ ਰਹਿੰਦੇ ਹਨ, ਕਿਉਂਕਿ ਇਸ ਸੰਤ ਸਮਾਜ ਦੇ ਪ੍ਰਧਾਨ ਹਨ ਅਤੇ ਸਾਰੇ ਮਹਾਂਪੁਰਖਾਂ ਨੂੰ ਬਹੁਤ ਚੰਗੀ ਤਰ੍ਹਾਂ ਇਹ ਜਾਣਦੇ ਹਨ। ਸੋ ਹੁਣ ਇਹਨਾਂ ਨੇ ਸੰਦੇਸ਼, ਇਸ ਤੋਂ ਪਹਿਲਾਂ ਕਿਉਂਕਿ ਐਡਾ ਵੱਡਾ ਸੰਗਤ ਦਾ ਇਕੱਠ ਇਹ ਪਹਿਲੀ ਵਾਰ ਹੋਇਆ ਹੈ ਸਾਡੇ ਇਤਿਹਾਸ ਵਿੱਚ, ਇਤਨਾ ਵੱਡਾ ਇਕੱਠ ਜਿਹਦੇ ਵਿੱਚ 20 ਲੱਖ ਤੋਂ ਵੱਧ ਤਾਂ ਜਿਹੜੇ ਸਿੱਖ ਨਹੀਂ ਹਨ ਉਹਨਾਂ ਨੇ ਮੱਥਾ ਟੇਕਿਆ। ਇਹ ਅੰਦਾਜ਼ਾ ਹੀ ਹੈ। ਤੇ ਦਾਸ ਨੇ ਗੱਲ ਕੀਤੀ ਸੀ ਜਿਹੜੇ ਕੋਈ ਇੰਟੈਲੀਜੈਂਟ ਬਿਊਰੋ ਵਾਲੇ ਜਾਂ ਹੋਰ, ਉਹ ਕਹਿਣ ਲੱਗੇ ਨਹੀਂ ਬਾਬਾ ਜੀ ਇਸੇ ਕਹੀਂ ਜ਼ਿਆਦਾ ਹੈ, ਆਪ ਖਾਲੀ ਬਿਹਾਰ ਕੀ ਬਾਤ ਕਰਤੇ ਹੈ ਤੋ ਪੂਰੇ ਹਿੰਦੂ ਲੋਕ ਆ ਗਏ ਹੈ ਗੁਰੂ ਗੋਬਿੰਦ ਸਿੰਘ ਜੀ ਕਾ ਸ਼ੁਕਰਾਨਾ ਕਰਨੇ ਕੇ ਲੀਏ, ਔਰ ਸਭ ਕੇ ਮਨ ਮੇਂ ਯਹੀ ਬਾਤ ਹੈ ਕਿ ਆਜ ਫਿਰ ਉਸ ਸਮੇਂ ਵੀ ਜਬ ਗੁਰੂ ਗੋਬਿੰਦ ਸਿੰਘ ਜੀ ਕਾ ਯਹਾਂ ਪ੍ਰਕਾਸ਼ ਹੁਆ ਥਾ ਔਰ ਵੋ ਤਾਂ ਹਮਨੇ ਨਹੀਂ ਦੇਖਾ, ਪਰ ਆਜ ਪੂਰੇ ਬਿਹਾਰ ਮੇਂ ਬਹਾਰ ਆ ਗਈ ਹੈ। ਅਤੇ ਸੇਵਾ ਦਾ ਜਿਹੜਾ ਸਿਹਰਾ ਹੈ, ਸਨਮਾਨ ਹੈ, ਉਹ ਸਾਡੇ CM ਨਿਤੀਸ਼ ਕੁਮਾਰ ਜੀ ਲੈ ਗਏ ਹਨ, ਉਹਨਾਂ ਦੇ ਸਹਿਯੋਗੀ ਬਿਹਾਰ ਟੂਰਿਜ਼ਮ ਵਿਭਾਗ, ਹੋਰ ਸਾਰੇ। ਸੋ ਇਹ ਸਤਿਗੁਰੂ ਦੀ ਆਪਣੀ ਹੀ ਕਲਾ ਹੈ। ਸੋ ਸਾਰੇ ਮਹਾਂਪੁਰਖ, ਬਾਬਾ ਮੇਜਰ ਸਿੰਘ ਜੀ ਬੈਠੇ ਹੋਏ ਹਨ, ਅਭਿਆਸੀ ਅਜੈਬ ਸਿੰਘ ਜੀ, ਸਰਦਾਰ ਪਰਮਜੀਤ ਸਿੰਘ ਜੀ ਖਾਲਸਾ, ਸੋ ਉਹ ਮਹਾਂਪੁਰਖਾਂ ਨੂੰ ਹੀ ਬੇਨਤੀ ਕਰਾਂਗੇ। ਸੋ ਕਹਿਣ ਤੋਂ ਪਾਇਆ ਐਡੇ ਵੱਡੇ ਇਕੱਠ ਦੇ ਵਿੱਚ ਸਾਰੇ ਜਥੇਬੰਦੀਆਂ ਦੇ ਨਾਲ ਸਲਾਹ ਮਸ਼ਵਰਾ ਕੀਤਾ। ਬਹੁਤ ਸਮੇਂ ਤੋਂ ਸਲਾਹਾਂ ਮਸ਼ਵਰੇ ਤਾਂ ਚੱਲੀ ਜਾਂਦੇ ਹਨ, ਸਭ ਨਾਲ ਵਿਚਾਰ ਕਰਕੇ ਸਹਿਮਤੀ ਲੈ ਕਰਕੇ ਇੱਕ ਵਿਸ਼ੇਸ਼ ਜੋ ਆਦੇਸ਼ ਹੈ ਉਹ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ 5 ਪਿਆਰੇ ਸਿੰਘ ਸਾਹਿਬਾਨ ਵੱਲੋਂ 1 ਮਿੰਟ ਵਾਸਤੇ ਥੋੜ੍ਹੀਆਂ ਹੀ ਪੰਕਤੀਆਂ ਹਨ। ਸੋ ਸੰਗਤਾਂ 1 ਮਿੰਟ ਸ਼ਾਂਤ ਹੋ ਜਾਣ, 5 ਕੁ ਮਿੰਟ ਬੈਠ ਜਾਓ। ਇਹ ਸਮੁੱਚੇ ਖਾਲਸਾ ਪੰਥ ਦੇ ਮਹਾਨ ਇਕੱਠ ਨੂੰ ਸੰਬੋਧਨ ਵੀ ਹੈ ਅਤੇ ਪੰਥ ਦਾ ਇਕੱਠ ਸਦਾ ਚੜ੍ਹਦੀ ਕਲਾ ਵਿੱਚ ਰਹੇ
ਪੰਥ ਵਿੱਚ ਸਦਾ ਏਕਤਾ ਇਤਫਾਕ ਰਹੇ। ਇਹ ਜੋ ਸਾਰੇ ਹੀ ਦਸ਼ਮੇਸ਼ ਪਿਤਾ ਨੂੰ ਸਮਰਪਿਤ ਹਨ, ਉਹਨਾਂ ਸਾਰਿਆਂ ਦੀ ਇਹ ਭਾਵਨਾ ਹੈ ਅਤੇ ਇਸ ਨੂੰ ਆਪਨੇ ਲਾਗੂ ਕਰਨਾ ਵੀ ਹੈ ਅਤੇ ਕਰਾਉਣਾ ਵੀ ਹੈ। ਆਓ ਆਪਾਂ ਸਾਰੇ ਹੀ ਧਿਆਨ ਦੇ ਨਾਲ ਇੱਕ ਮਿੰਟ ਵਾਸਤੇ ਸਰਵਣ ਕਰੀਏ। ਅੱਜ ਮਿਤੀ 5 ਜਨਵਰੀ, ਦਿਨ ਵੀਰਵਾਰ, ਪੌਸ ਦੀ 7ਵੀਂ, ਸੰਬਤ ਨਾਨਕ ਸਾਹਿਬ 548, ਸੰਨ 2017 ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਵਿਖੇ 5 ਪਿਆਰੇ ਸਿੰਘ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ ਹੋਈ। ਸਾਹਿਬ ਏ ਕਮਾਲ ਅੰਮ੍ਰਿਤ ਕੇ ਦਾਤੇ, ਖਾਲਸੇ ਨੂੰ ਰਹਿਤ ਮਰਿਆਦਾ, ਪੰਥਕ ਸਿੱਖੀ ਸਿਧਾਂਤ, ਸਰਬ ਸ਼ਕਤੀਆਂ ਬਖਸ਼ਣਹਾਰ, ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਾਵਨ 350ਵਾਂ ਅਵਤਾਰ ਧਾਰਨ ਪ੍ਰਕਾਸ਼ ਉਤਸਵ ਗੁਰਪੁਰਬ, ਪੌਸ ਦੀ 7ਵੀਂ, 5 ਜਨਵਰੀ 2017, ਖਾਲਸਾ ਪੰਥ ਦੇ ਮੂਲ ਮੁੱਢ ਅਸਥਾਨ ਜਿੱਥੇ 10ਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਵਤਾਰ ਧਾਰਿਆ, ਆਪਣਾ ਆਪ ਪ੍ਰਗਟ ਕੀਤਾ। ਸ਼ਹਿਰ ਵਿਖੇ ਭਵ ਲਇਓ। ਪਿਛਲੇ ਕੁਝ ਸਮੇਂ ਤੋਂ ਗੁਰੂ ਘਰ ਦੇ ਦੋਖੀ ਅਤੇ ਪੰਥ ਦੋਖੀਆਂ ਵੱਲੋਂ ਸਮੇਂ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ੍ਰੀ ਮੁਖਵਾਕ ਬਾਣੀ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਅਤੇ ਅੰਮ੍ਰਿਤ ਸੰਚਾਰ ਦੀ ਮਰਿਆਦਾ ਅਤੇ ਅੰਮ੍ਰਿਤ ਦੀਆਂ 5 ਬਾਣੀਆਂ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ, ਆਨੰਦ ਸਾਹਿਬ ਅਤੇ ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਖਾਲਸਾ ਪੰਥ ਦੀਆਂ ਗੁਰੂ ਕਾਲ ਤੋਂ ਚੱਲ ਰਹੀਆਂ ਪਰੰਪਰਾਵਾਂ, ਇਹਨਾਂ ਸਭ ਨੂੰ ਨਿਸ਼ਾਨਾ ਬਣਾ ਕੇ ਲਿਖਤੀ ਰੂਪ ਵਿੱਚ ਵੀ ਅਤੇ ਪ੍ਰਚਾਰ ਰਾਹੀਂ ਵੀ ਸੰਕੇ ਪੈਦਾ ਕਰਕੇ ਨੁਕਤਾਚੀਨੀ ਕਰਦਿਆਂ ਘਟੀਆ ਕਿਸਮ ਦੀ ਸ਼ਬਦਾਵਲੀ ਦੁਆਰਾ ਦੁਬਧਾ ਪਾਉਣ ਲਈ ਲਗਾਤਾਰ ਕੁਝ ਯਤਨ ਅਤੇ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੱਜ ਸਾਰੇ ਸੰਸਾਰ ਦੇ ਗੁਰਸਿੱਖਾਂ ਖਾਲਸਾ ਪੰਥ ਦੇ ਇਸ ਭਾਰੀ ਇਕੱਠ ਵਿੱਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਵੱਲੋਂ ਹੁਕਮਨਾਮਾ ਜਾਰੀ ਕੀਤਾ ਜਾਂਦਾ ਹੈ ਕਿ 1 ਓਂਕਾਰ ਤੋਂ ਲੈ ਕੇ 18-10-20 ਤੱਕ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੰਪੂਰਨ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਅੰਮ੍ਰਿਤ ਸੰਚਾਰ ਦੀ ਮਰਿਆਦਾ, 5 ਬਾਣੀਆਂ, ਗੁਰ ਇਤਿਹਾਸ, ਸਿੱਖ ਇਤਿਹਾਸ, ਗੁਰੂ ਕਾਲ ਤੋਂ ਚੱਲ ਰਹੀਆਂ ਪਰੰਪਰਾਵਾਂ ਉੱਤੇ ਕਿਸੇ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਸ਼ੰਕਾ, ਨੁਕਤਾਚੀਨੀ, ਘਟੀਆ ਕਿਸਮ ਦੀ ਸ਼ਬਦਾਵਲੀ ਅਤੇ ਦੁਬਧਾ ਪਾਉਣ ਅਤੇ ਲਿਖਤੀ ਜਾਂ ਪ੍ਰਚਾਰ ਰਾਹੀਂ ਇਹੋ ਜਿਹੀਆਂ ਸਾਜ਼ਿਸ਼ਾਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਮਿਸਲਾਂ ਦੇ ਸਮੇਂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਆ ਰਿਹਾ ਹੈ। ਹੁਣ ਵੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਨਿਹੰਗ ਸਿੰਘ ਜਥੇਬੰਦੀਆਂ ਵਿੱਚ ਪੁਰਾਤਨ ਜੋ ਮਰਿਆਦਾ ਕਾਇਮ ਹੈ, ਦਸਮ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਦੀ ਮਰਿਆਦਾ ਉਸੇ ਤਰ੍ਹਾਂ ਕਾਇਮ ਹੈ। ਗੁਰੂ ਘਰ ਦੇ ਦੋਖੀ ਅਤੇ ਪੰਥ ਦੋਖੀਆਂ ਨੂੰ ਸਮੂਹ ਖਾਲਸਾ ਪੰਥ ਅਤੇ ਸਿੱਖ ਸੰਗਤਾਂ ਮੂੰਹ ਨਾ ਲਾਉਣ ਅਤੇ ਇਹੋ ਜਿਹੇ ਵਿਅਕਤੀਆਂ ਦਾ ਹਰ ਤਰ੍ਹਾਂ ਕਰਕੇ ਬਾਈਕਾਟ ਕੀਤਾ ਜਾਵੇ। ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਪੂਰਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਜੀ ਦੀ ਬਾਣੀ ਜਾਣਦਿਆਂ ਸੰਪੂਰਨ ਭਾਵਨਾ ਰੱਖੀ ਜਾਵੇ। ਖੰਡੇ ਬਾਟੇ ਦੇ ਅੰਮ੍ਰਿਤ ਸੰਚਾਰ ਦੀ ਮਰਿਆਦਾ, ਪੰਜ ਬਾਣੀਆਂ, ਗੁਰੂ ਕਾਲ ਤੋਂ ਚੱਲ ਰਹੀਆਂ ਪਰੰਪਰਾਵਾਂ 'ਤੇ ਹਰ ਸਿੱਖ ਡਟ ਕੇ ਪਹਿਰਾ ਦੇਵੇ। ਇਹ ਖਾਲਸਾ ਪੰਥ ਦੇ ਮੂਲ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦਾ ਹੁਕਮਨਾਮਾ ਹੈ। ਜੋ ਮੰਨੇਗਾ ਉਸਦਾ ਦੋ ਜਹਾਨੀ ਭਲਾ ਹੋਗ, ਗੁਰੂ ਬਾਹੁੜੀ ਕਰੇਗਾ ਸਤ ਕਰ ਮੰਨਣਾ। ਪੰਜ ਪਿਆਰੇ ਸਿੰਘ ਸਾਹਿਬਾਨ ਪਹਿਲਾ ਦਾਸ ਦਾ, ਇਕਬਾਲ ਸਿੰਘ ਖਾਲਸਾ, ਭਾਈ ਰਜਿੰਦਰ ਸਿੰਘ ਹੈਡ ਗ੍ਰੰਥੀ, ਬਲਦੇਵ ਸਿੰਘ ਸੀਨੀਅਰ ਮੀਤ ਗ੍ਰੰਥੀ, ਦਲੀਪ ਸਿੰਘ ਮੀਤ ਗ੍ਰੰਥੀ, ਗੁਰਦਿਆਲ ਸਿੰਘ ਗ੍ਰੰਥੀ, ਸੋ ਸਾਰੀਆਂ ਸੰਗਤਾਂ ਸਮੁੱਚੇ ਖਾਲਸਾ ਪੰਥ, ਸਮੁੱਚੀ ਸਿੱਖ ਕੌਮ ਇੱਥੇ ਇਕੱਤਰ ਹੋਈ ਹੈ। ਸੋ ਇਹ ਜੋ ਦਸਮੇਸ਼ ਪਿਤਾ ਦੀ ਪ੍ਰੇਰਣਾ ਦੇ ਅਨੁਸਾਰ ਇੱਥੋਂ ਆਦੇਸ਼ ਜਾਰੀ ਹੋਇਆ ਹੈ, ਸੰਗਤਾਂ ਨੇ ਡਟ ਕੇ ਪਹਿਰਾ ਦੇਣਾ। ਦਸਮੇਸ਼ ਪਿਤਾ ਸਦਾ ਹੀ ਆਪ ਨੂੰ ਖੁਸ਼ੀਆਂ ਬਖਸ਼ਣ। ਆਹ ਹੁਣ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ, ਉਹ ਆਪ ਜੀ ਨੂੰ
हेलो हाँ जी वाहिगुरु तख्त श्री हजूर साहिब जी दे जथेदार सिंह साहिब संत बाबा कुलवंत सिंह जी और मीत जथेदार सिंह साहिब बाबा जोत इंद्र सिंह जी तख्त सचखंड बोर्ड साहिब जी दे प्रधान सरदार तारा सिंह जी अते सारी प्रबंधक कमेटी वालों सिंह साहिब जथेदार ज्ञानी इकबाल सिंह जी तख्त श्री पटना साहिब जी का विशेष सन्मान किया जा रहा है। सारी संगत गज के जकारा गजावे बोले सो निहाल। अच्छा मैं ना लेता ਵਧਾਈਆਂ ਤੁਹਾਨੂੰ ਬਹੁਤ ਮਹਾਰਾਜ ਮਹਾਰਾਜ ਸੰਤ ਬਲਜਿੰਦਰ ਸੋਨਾ ਨੂੰ ਉਰੇ ਕਰ ਲੋ ਇੱਥੇ ਖਲੋ ਜੋ ਇੱਥੇ ਅਮਰ ਸੰਚਾਰ ਤੋਂ ਸਾਲ ਪਹਿਲਾਂ ਦਾ ਬਿਠਾ ਦਿਓ ਸਰ। ਸਾਰਿਆਂ ਨੂੰ ਬੇਨਤੀ ਹੈ ਕਿਰਪਾ ਕਰਕੇ ਆਪੋ ਆਪਣੀ ਥਾਂ 'ਤੇ ਬੈਠ ਜਾਓ। ਸਾਰੇ ਮਹਾਂਪੁਰਖਾਂ ਨੇ ਸਾਰੀਆਂ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਦੋ ਦੋ ਮਿੰਟ ਇਸ ਸਮੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸੰਗਤਾਂ ਨੂੰ ਵਧਾਈਆਂ ਵੀ ਦੇਣੀਆਂ ਹਨ ਔਰ ਆਪ ਸੰਗਤਾਂ ਦੇ ਨਾਲ ਗੁਰਮਤਿ ਦੇ ਵਿਚਾਰ ਵੀ ਸਾਂਝੇ ਕਰਨੇ ਹਨ। ਸੋ ਸਾਰਿਆਂ ਨੂੰ ਮੇਰੀ ਬੇਨਤੀ ਆ ਕਿਰਪਾ ਕਰਕੇ ਹੁਣ ਸਾਰੇ ਆਪੋ ਆਪਣੀ ਥਾਂ 'ਤੇ ਸਜੋ। ਹੁਣ ਬੈਠ ਗੋਬਿੰਦ ਸਰਜੀਤ ਸਿੰਘ ਤੁਸੀਂ ਤੋਂ ਬਾਅਦ 'ਚ ਕਰ ਲਿਓ। ਹੁਣ ਦੋ ਮਿੰਟ ਬੋਲ ਤਾਂ ਲੈਣ ਦੋ ਤੁਸੀਂ ਉੱਥੇ ਕਰ ਲਓ। ਬੋਲੀਏ ਸਿੰਘ ਸਾਹਿਬ ਜੀ। ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚਾ ਖਾਲਸਾ ਪੰਥ ਸੰਸਾਰ ਦੇ ਕੋਨੇ ਵਿੱਚੋਂ ਸਮੁੱਚੀਆਂ ਸਿੱਖ ਸੰਗਤਾਂ
ਔਰ ਸਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਲੱਖਾਂ ਦੀ ਗਿਣਤੀ ਵਿੱਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਵਿਖੇ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 350 ਸਾਲਾ ਅਵਤਾਰ ਗੁਰਪੁਰਬ ਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਸਤਿਗੁਰਾਂ ਦੇ ਪਾਤਸ਼ਾਹ ਸਭ ਤੋਂ ਪਹਿਲਾਂ ਦਾਸ ਕਲਗੀਧਰ ਦਸ਼ਮੇਸ਼ ਪਿਤਾ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਪ੍ਰਕਾਸ਼ ਅਵਤਾਰ ਗੁਰਪੁਰਬ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਔਰ ਆਪ ਸੰਗਤਾਂ ਨੇ ਬੜੇ ਸਨਮਾਨ ਅਤੇ ਸਤਿਕਾਰ ਸਹਿਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਜਥੇਦਾਰ ਨਾਮ ਗੁਰਬਾਣੀ ਦੇ ਅਭਿਆਸੀ ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਔਰ ਇਸੇ ਹੀ ਤਰ੍ਹਾਂ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਰਜਿੰਦਰ ਸਿੰਘ ਜੀ ਮੀਤ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਔਰ ਇਸੇ ਹੀ ਤਰ੍ਹਾਂ ਭਾਈ ਸਾਹਿਬ ਭਾਈ ਦਲੀਪ ਸਿੰਘ ਜੀ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਪੰਜਾਂ ਪਿਆਰੇ ਸਿੰਘ ਸਾਹਿਬਾਨਾਂ ਤੋਂ ਅੱਜ ਸਤਿਗੁਰਾਂ ਦੀ ਸ਼ਤਾਬਦੀ ਦੇ ਸਮੇਂ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਤੋਂ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਹੈ ਉਸ ਹੁਕਮਨਾਮੇ ਦੇ ਆਪ ਜੀ ਨੇ ਇੱਕ ਇੱਕ ਸ਼ਬਦ ਔਰ ਉਸ ਹੁਕਮਨਾਮੇ ਨੂੰ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਦਾਸ ਬੇਨਤੀ ਕਰਨੀ ਚਾਹੁੰਦਾ ਹੈ ਕਲਗੀਧਰ ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ 1705 ਈਸਵੀ ਤੋਂ ਲੈ ਕੇ 1706 ਈਸਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਸਾਬੋ ਕੀ ਤਲਵੰਡੀ ਦੀ ਪਾਵਨ ਧਰਤੀ 'ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਗੁਰਬਾਣੀ ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਆਪਣੀ ਰਸਨਾ ਤੋਂ ਕੰਠੋਂ ਉਚਾਰਨ ਕੀਤੀ ਉੱਥੇ ਸਤਿਗੁਰੂ ਜੀ ਦਾ ਸਰੂਪ ਅਮਰ ਸ਼ਹੀਦ ਧੰਨ ਧੰਨ ਭਾਈ ਮਨੀ ਸਿੰਘ ਸਾਹਿਬ ਜੀ ਔਰ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਨਾਲ ਸੇਵਾ ਵਿੱਚ ਲਾ ਕੇ ਸਤਿਗੁਰਾਂ ਨੇ ਆਪ ਉਹ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੰਠੋਂ ਉਚਾਰਨ ਕਰਕੇ ਇਹ ਪਾਵਨ ਸਰੂਪ ਲਿਖਵਾਉਣਾ ਕੀਤੇ ਔਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਖਾਲਸੇ ਪੰਥ ਨੂੰ ਸਿੱਖ ਸੰਗਤਾਂ ਨੂੰ ਆਪਣੇ ਮੁਖਾਰਬਿੰਦ ਤੋਂ ਸਰਵਣ ਕਰਵਾਈ ਔਰ ਉਸੇ ਸਰੂਪ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ 1765 ਸੰਮਤ 1708 ਈਸਵੀ ਵਿੱਚ ਪੰਜ ਸਿੰਘਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜ੍ਹੇ ਕਰਕੇ ਹਜ਼ੂਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਆਪ ਬਖਸ਼ਿਸ਼ ਕੀਤੀ। ਇਸ ਲਈ ਮੈਂ ਬੇਨਤੀ ਕਰ ਰਿਹਾ ਹਾਂ ਕਿ ਜਿੱਥੇ ਹਜ਼ੂਰ ਨੇ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਗੁਰਬਾਣੀ ਕੰਠੋਂ ਉਚਾਰਨ ਕਰਕੇ ਸਾਨੂੰ ਗੁਰਬਾਣੀ ਦੇ ਅਰਥ, ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨ ਦੀਆਂ ਮਹਾਨ ਦਾਤਾਂ ਬਖਸ਼ਿਸ਼ ਕੀਤੀਆਂ। ਉੱਥੇ ਹਜ਼ੂਰ ਨੇ ਦਸਮ ਦੀ ਬਾਣੀ ਸ੍ਰੀ ਜਾਪ ਸਾਹਿਬ ਜੀ ਤੋਂ ਲੈ ਕੇ ਜਫਰਨਾਮਾ ਸਾਹਿਬ ਤੱਕ ਸੰਪੂਰਨ ਬਾਣੀ ਕਲਗੀਧਰ ਪਾਤਸ਼ਾਹ ਜੀ ਨੇ ਆਪ ਆਪਣੀ ਰਸਨਾ ਤੋਂ ਉਚਾਰਨ ਕੀਤੀ, ਔਰ ਇਹ ਪਾਵਨ ਦਸਮ ਦਾ ਸਰੂਪ ਵੀ ਆਪ ਜੀ ਨੇ ਆਪਣੀ ਆਗਿਆ ਵਿੱਚ ਲਿਖਵਾਉਣਾ ਕੀਤਾ। ਔਰ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਵਿਖੇ ਉਹ ਦਸਮ ਦੇ ਸਰੂਪ ਜੋ ਕਿ ਅੰਮ੍ਰਿਤ ਸੰਚਾਰ ਕਰਨ ਤੋਂ ਇੱਕ ਸਾਲ ਪਹਿਲਾਂ 1755 ਦੇ ਵਿੱਚ ਜਿਹੜੇ ਸਰੂਪ ਦਸਮ ਦੇ ਲਿਖੇ ਗਏ ਸਨ, ਉਹ ਦਸਮ ਦੇ ਸਰੂਪ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਅੱਜ ਵੀ ਸੁਭਾਏਮਾਨ ਹਨ। ਜਿਹੜੇ ਲੋਕ ਇਹ ਨੁਕਤਾ ਚੀਨੀ ਕਰਦੇ ਹੈ ਕਿ ਦਸਮ ਦੀ ਬਾਣੀ ਬਾਅਦ ਵਿੱਚ ਲਿਖੀ ਗਈ, ਪੋਥੀਆਂ ਵਿੱਚ ਇਕੱਤਰ ਕੀਤੀ ਗਈ, ਉਹਨਾਂ ਦੀ ਬਾਦ ਲੀਲ ਨੂੰ ਇੱਥੋਂ ਦੀ ਇਤਿਹਾਸਕ ਮਹਾਨਤਾ ਜੋ ਇੱਥੇ ਸਰੂਪ ਹੈ ਉਸ ਦੇ ਸਨਮੁਖ ਉਹਨਾਂ ਦੀ ਦਲੀਲ ਜਿਹੜੀ ਹੈ ਉਹ ਕਿਸੇ ਜੁਗਤੀ ਭਰਪੂਰ ਨਹੀਂ ਰਹਿ ਜਾਂਦੀ। ਇਸ ਲਈ ਇੱਕ ਸਾਲ ਪਹਿਲਾਂ ਦਾ ਅੰਮ੍ਰਿਤ ਸੰਚਾਰ ਤੋਂ ਇੱਥੇ ਸਤਿਗੁਰੂ ਜੀ ਦੀ ਬਾਣੀ ਦਾ ਦਸਮ ਦਾ ਸਰੂਪ ਇੱਥੇ ਸੁਭਾਏਮਾਨ ਹੈ। ਅੱਜ ਕੁਝ ਲੋਕ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਤੇ, ਦਸਮ ਦੀ ਬਾਣੀ ਉੱਤੇ ਅੰਮ੍ਰਿਤ ਦੀ ਅੰਮ੍ਰਿਤ ਸੰਚਾਰ ਦੀ ਜੋ ਮਰਿਆਦਾ ਹੈ ਉਸ ਉੱਤੇ ਬੜੀ ਕੋਝੇ ਢੰਗ ਦੇ ਨਾਲ ਨੁਕਤਾ ਚੀਨੀ ਕਰ ਰਹੇ ਹਨ। ਗੁਰ ਇਤਿਹਾਸ ਉੱਤੇ, ਸਿੱਖ ਇਤਿਹਾਸ ਉੱਤੇ, ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਵੀ ਬੜੇ ਕੋਝੇ ਢੰਗ ਦੇ ਨਾਲ ਗਲਤ ਰੰਗਤ ਦਿੱਤੀ ਜਾ ਰਹੀ ਹੈ। ਉਹਨਾਂ ਪੰਥ ਦੋਖੀ ਲੋਕਾਂ ਨੂੰ, ਗੁਰੂ ਕੇ ਨਿੰਦਕਾਂ ਨੂੰ, ਗੁਰੂ ਘਰ ਦੇ ਨਿੰਦਕਾਂ ਨੂੰ ਅੱਜ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ, ਦਸਮ ਦੀ ਬਾਣੀ, ਅੰਮ੍ਰਿਤ ਸੰਚਾਰ ਦੀ ਮਰਿਆਦਾ ਜਾਂ ਗੁਰੂ ਕਾਲ ਤੋਂ ਚੱਲ ਰਹੀਆਂ ਪਰੰਪਰਾਵਾਂ ਦੇ ਖਿਲਾਫ ਜੋ ਵੀ ਕੋਝੇ ਢੰਗ ਦੇ ਨਾਲ ਪ੍ਰਚਾਰ ਕਰੇਗਾ, ਨਿੰਦਾ ਕਰੇਗਾ, ਉਸ ਦਾ ਸਮੁੱਚਾ ਖਾਲਸਾ ਪੰਥ ਹਰ ਤਰ੍ਹਾਂ ਕਰਕੇ ਬਾਈਕਾਟ ਕਰੇ। ਮੈਂ ਸਾਰੇ ਪੰਥ ਨੂੰ ਇਸ ਵਕਤ ਬੇਨਤੀ ਕਰਦਾ ਹਾਂ, ਸਮੁੱਚਾ ਖਾਲਸਾ ਪੰਥ ਇਸ ਹੁਕਮਨਾਮੇ ਅੱਗੇ ਨਤਮਸਤਕ ਹੋ ਕੇ ਜਕਾਰਿਆਂ ਦੀ ਗੂੰਜ ਵਿੱਚ ਹੱਥ ਖੜੇ ਕਰਕੇ ਆਪਾਂ ਸਾਰਿਆਂ ਨੇ ਪ੍ਰਵਾਨਗੀ ਦੇਣੀ ਆ। ਬੋਲੇ ਸੋ ਨਿਹਾਲ ਅਕਾਲ। ਅੱਜ ਲੱਖਾਂ ਦੇ ਇਕੱਠ ਵਿੱਚ ਜੋ ਹੁਕਮਨਾਮਾ ਸਿੰਘ ਸਾਹਿਬਾਨ ਜੀ ਵੱਲੋਂ ਜਾਰੀ ਕੀਤਾ ਗਿਆ, ਸਮੁੱਚੇ ਖਾਲਸਾ ਪੰਥ ਨੇ ਉਸ ਹੁਕਮ ਅੱਗੇ ਨਤਮਸਤਕ ਹੋ ਕੇ ਪ੍ਰਵਾਨਗੀ ਦਿੱਤੀ ਹੈ। ਸੋ ਮੈਂ ਇਸ ਤੋਂ ਅੱਗੇ ਨਾ ਜਾਂਦਾ ਹੋਇਆ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਉਤਸਵ ਗੁਰਪੁਰਬ 'ਤੇ ਜੁੜੀਆਂ ਹੋਈਆਂ ਸਮੁੱਚੀਆਂ ਸਿੱਖ ਜਥੇਬੰਦੀਆਂ, ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਵੀਰ ਸਿੰਘ ਜੀ, ਸੇਵਾ ਪੰਥੀ ਅੱਡਣ ਸ਼ਾਹੀ ਸਭਾ ਦੇ ਪ੍ਰਧਾਨ ਸੰਤ ਬਾਬਾ ਕਰਮਜੀਤ ਸਿੰਘ ਜੀ, ਨਿਰਮਲ ਸੰਪਰਦਾਏ, ਇਸ ਸੰਪਰਦਾਏ ਦੇ ਮੁਖੀ ਮਹਾਂਪੁਰਖ ਸੰਤ ਬਾਬਾ ਗਿਆਨ ਦੇਵ ਸਿੰਘ ਜੀ, ਔਰ ਇਸੇ ਹੀ ਤਰ੍ਹਾਂ
ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਮੀਤ ਜਥੇਦਾਰ ਸਿੰਘ ਸਾਹਿਬ ਬਾਬਾ ਜੋਤ ਇੰਦਰ ਸਿੰਘ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਨਮਾਨਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਇਸ ਤੋਂ ਇਲਾਵਾ ਦਲ ਪੰਥ ਬਾਬਾ ਬਿਧੀ ਚੰਦ ਸਾਹਿਬ ਜੀ ਜਥੇਬੰਦੀ ਦੇ ਮੁਖੀ ਸਨਮਾਨਯੋਗ ਬਾਬਾ ਅਵਤਾਰ ਸਿੰਘ ਜੀ, ਸੰਤ ਬਾਬਾ ਮਹੰਤ ਕਾਨ ਸਿੰਘ ਜੀ ਸੇਵਾ ਪੰਥੀ, ਇਸੇ ਹੀ ਤਰ੍ਹਾਂ ਸਾਧ ਸਿੰਘ ਜੀ ਹੋਤੀ ਮਰਦਾਨ ਸੰਪਰਦਾਇ ਰਾੜਾ ਸਾਹਿਬ ਦੇ ਮੁਖੀ ਮਹਾਂਪੁਰਖ ਸੰਤ ਬਾਬਾ ਬਲਜਿੰਦਰ ਸਿੰਘ ਜੀ, ਇਸ ਤੋਂ ਇਲਾਵਾ ਉਦਾਸੀਨ ਭੇਖ ਉਦਾਸੀਨ ਔਰ ਨਿਰਮਲ ਸੰਪਰਦਾਇ ਦੇ ਬਹੁਤ ਵੱਡੀਆਂ ਉੱਚ ਹਸਤੀਆਂ ਇੱਥੇ ਬਿਰਾਜਮਾਨ ਹਨ। ਕਾਰ ਸੇਵਾ ਵਾਲੇ ਮਹਾਂਪੁਰਖ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਗਤਾਰ ਸਿੰਘ ਜੀ, ਕਾਰ ਸੇਵਾ ਸ੍ਰੀ ਤਰਨ ਤਾਰਨ ਸਾਹਿਬ ਵਾਲੇ, ਉਹ ਵੀ ਸੰਗਤ ਦੇ ਦੀਦਾਰ ਕਰ ਰਹੇ ਹਨ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦਾ ਸਮੁੱਚਾ ਬੋਰਡ, ਉਹ ਵੀ ਇੱਥੇ ਹਾਜ਼ਰੀ ਭਰ ਰਿਹਾ ਹੈ। ਪੁੱਛਣਾ ਜਾਵਾਂ ਸਾਰੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੱਡ ਗ੍ਰੰਥੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਪਿਛਲੇ ਦਿਨਾਂ ਤੋਂ ਹਾਜ਼ਰੀ ਭਰ ਰਹੇ ਹਨ। ਸੋ ਸਾਰੀਆਂ ਧਾਰਮਿਕ ਹਸਤੀਆਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਪੰਥ ਨੂੰ ਇਹ ਬੇਨਤੀ ਹੈ ਕਿ ਆਓ ਬਾਣੀ ਬਾਣੇ 'ਤੇ ਗੁਰੂ ਸਿਧਾਂਤਾਂ 'ਤੇ ਆਪਾਂ ਡਟ ਕੇ ਪਹਿਰਾ ਦੇ ਕੇ ਕਲਗੀਧਰ ਦੀਆਂ ਬਖਸ਼ਿਸ਼ਾਂ ਅਤੇ ਖੁਸ਼ੀਆਂ ਹਾਸਲ ਕਰੀਏ। ਜੋ ਹੁਕਮਨਾਮਾ ਜਾਰੀ ਕੀਤਾ ਗਿਆ ਇਹ ਕਲਗੀਧਰ ਦੇ ਤਖ਼ਤ ਤੋਂ ਉਹਨਾਂ ਦੇ ਪ੍ਰਕਾਸ਼ ਅਸਥਾਨ ਤੋਂ ਇਹ ਹੁਕਮਨਾਮਾ ਜਾਰੀ ਕੀਤਾ ਗਿਆ, ਇਸ ਨੂੰ ਮੰਨ ਕੇ ਕਮਾ ਕੇ ਆਪਾਂ ਆਪਣਾ ਜੀਵਨ ਸਫਲ ਕਰਦੇ ਹੋਏ ਕਲਗੀਧਰ ਦੀਆਂ ਬਖਸ਼ਿਸ਼ਾਂ ਹਾਸਲ ਕਰੀਏ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ। ਆਓ ਹੁਣ ਮਹਾਂਪੁਰਖ ਰਾੜਾ ਸਾਹਿਬ ਸੰਪਰਦਾਇ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ, ਉਪਰੰਤ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਉਹਨਾਂ ਦੇ ਮੁਖੀ ਸ਼੍ਰੋਮਣੀ ਪੰਥ ਅਕਾਲੀ, ਬੁੱਢਾ ਦਲ, ਪੰਜਵਾਂ ਤਖ਼ਤ, ਚੱਲਦਾ ਵਹੀਰ, 96 ਕਰੋੜੀ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ, ਉਹ ਵੀ ਆਪ ਜੀ ਦੇ ਨਾਲ ਬਚਨਾਂ ਦੀ ਸਾਂਝ ਚੰਦ ਮਿੰਟਾਂ ਵਾਸਤੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਰ ਸੰਗਤ ਜੀ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦਮਦਮ ਟਕਸਾਲ ਦੇ ਮੁਖੀ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਬੁੱਢਾ ਦਲ ਦੇ ਮੁਖੀ ਮਹਾਂਪੁਰਖ ਸਿੰਘ ਸਾਹਿਬ
ਸੰਤ ਬਾਬਾ ਬਲਵੀਰ ਸਿੰਘ ਜੀ, ਹੋਰ ਬਹੁਤ ਸਾਰੇ ਸਿੱਖ ਜਗਤ ਦੇ ਮਹਾਂਪੁਰਖ, ਸਿੱਖ ਜਗਤ ਦੀਆਂ ਮਹਾਨ ਹਸਤੀਆਂ ਜਿਨ੍ਹਾਂ ਦੇ ਦਾਸ ਸਾਰਿਆਂ ਦੇ ਨਾਮ ਨਹੀਂ ਜਾਣਦਾ, ਇਸ ਗੱਲ ਦਾ ਖਿਮਾ ਦਾ ਜਾਚਕ ਹੈ। ਆਪ ਸਭਨਾਂ ਨੂੰ ਹੱਥ ਜੋੜ ਕੇ ਸਭ ਤੋਂ ਪਹਿਲਾਂ ਤਾਂ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਤਨੇ ਵੀ ਅਸੀਂ ਤੁਸੀਂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਇਸ ਪਾਵਨ ਪਵਿੱਤਰ ਸਥਾਨ 'ਤੇ, ਜਿਸ ਨੂੰ ਸਤਿਗੁਰੂ ਜੀ ਨੇ ਸਿੱਧੀ ਵੀ ਮਾਣ ਬਖਸ਼ਿਆ, ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ। ਅਕਾਲ ਪੁਰਖ ਵਾਹਿਗੁਰੂ ਨੇ ਜੋ ਦੁਸ਼ਟ ਦਮ ਨੂੰ ਬੁਲਾਇਆ, ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਰਿੰਗ ਸੋਭਤ ਹੈ ਤਹਾਂ, ਸਪਤ ਸਰਿੰਗ ਤੇ ਨਾਮ ਕਹਾਵਾ, ਪੰਡ ਰਾਜ ਜਹ ਜੋ ਕਮਾਵਾ। ਉੱਥੇ ਜੋ ਆਪ ਮਹਾਨ ਤਪ ਕਰ ਰਹੇ ਸੀ, ਤਹਿ ਹਮ ਅਧਿਕ ਤਪੱਸਿਆ ਸਾਧੀ, ਮਹਾਂਕਾਲ ਕਾਲ ਕਾ ਆਰਾਧੀ। ਕਾਲ ਦਾ ਨਾਸ਼ ਕਰਨ ਵਾਲੀ ਮਹਾਂਕਾਲ ਸ਼ਕਤੀ, ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ, ਜਿਸ ਦੀ ਆਰਾਧਨਾ ਕਰਦੇ ਕਰਦੇ ਇਹ ਵਿਦ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹੋ ਗਏ। ਸੋ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਮੰਨ ਕੇ, ਤਿੰਨ ਪ੍ਰਭ ਜਬ ਆਏ ਸਮੋਹ ਦੀਆ, ਤਬ ਹਮ ਜਨਮ ਕੁਲੂ ਮਹਿ ਲੀਆ। ਜਨਮ ਤੇ ਸਿਰਫ ਕਾਰਜ ਸਿੱਧੀ ਵਾਸਤੇ ਕਹਿਣਾ ਪੈਂਦਾ, ਜੋਤ ਦਾ ਜਨਮ ਨਹੀਂ ਹੁੰਦਾ, ਜੋਤ ਪ੍ਰਗਟ ਹੁੰਦੀ ਹੈ। ਵਹਿ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਇਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਅੱਜ ਆਪਾਂ ਉਸ ਮਹਾਨ ਪ੍ਰਣਾਮ ਕਰਨ ਵਾਸਤੇ, ਇੱਥੇ ਨਤਮਸਤਕ ਹੋਣ ਵਾਸਤੇ, ਇੱਥੋਂ ਦੀ ਪਵਿੱਤਰ ਧੂੜ ਨੂੰ ਆਪਣੇ ਮਸਤਕ ਨਾਲ ਲਾਉਣ ਵਾਸਤੇ ਇਕੱਤਰ ਹੋਏ ਹਾਂ, ਜਿਸ ਨੂੰ ਸਤਿਗੁਰੂ ਜੀ ਨੇ ਨਿਵਾਜਿਆ, ਪਟਨਾ ਸ਼ਹਿਰ ਵਿਖੇ ਭਵ ਲਇਓ। ਨਾਲ ਹੀ ਤੇ ਆਪਾਂ ਭੁੱਲ ਨਾ ਜਾਈਏ ਮਾਤਾ ਗੁਜਰੀ ਜੀ ਦੀ ਮਹਾਨ ਘਾਲਣਾ, ਜਿਨ੍ਹਾਂ ਨੇ ਪਹਿਲਾਂ ਤਾਂ 26 ਸਾਲ 9 ਮਹੀਨੇ 13 ਦਿਨ ਜਿੰਨਾ ਸਮਾਂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬਾਬੇ ਬਕਾਲੇ ਦੇ ਭੋਰੇ ਵਿੱਚ ਤਪ ਕੀਤਾ, ਉਹਨਾਂ ਸਮਾਂ ਮਾਤਾ ਜੀ ਨੇ ਵੀ ਮਹਾਨ ਘਾਲਣਾ ਘਾਲੀ, ਸੰਜਮ ਰੱਖਿਆ। ਉਹਨਾਂ ਦੀ ਤਪੱਸਿਆ ਦਾ ਜ਼ਿਕਰ ਵੀ ਕੀਤਾ ਸਤਿਗੁਰੂ ਜੀ ਨੇ ਆਪਣੀ ਆਟੋਬਾਇਓਗ੍ਰਾਫੀ, ਆਪਣੀ ਜੀਵਨ ਕਥਾ ਦੇ ਵਿੱਚ। ਤਾਤ ਮਾਤ ਮੁਰ ਅਲੱਖ ਅਰਾਧਾ, ਬਹੁ ਵਿਧ ਯੋਗ ਸਾਧਨਾ ਸਾਧਾ। ਜਿਹੜੇ ਅੱਜ ਮਾਤਾ ਜੀ ਦੀ ਬਾਬਤ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਨੇ, ਗੁਰਮਤਿ ਦੇ ਸਾਰੇ ਅਸੂਲ ਛਿੱਕੇ ਉੱਪਰ ਟੰਗ ਕੇ ਮਾਤਾ ਜੀ ਦਾ ਦਿਲ ਬੜਾ ਕਮਜ਼ੋਰ ਦੱਸਦੇ ਨੇ, ਉਹ ਸ਼ਾਇਦ ਸਤਿਗੁਰੂ ਜੀ ਦਾ ਇਹ ਵਚਨ ਭੁੱਲ ਜਾਂਦੇ ਨੇ। ਜਿੱਥੇ ਅੱਜ ਆਪਾਂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ 350 ਸਾਲਾ ਪ੍ਰਕਾਸ਼ ਉਤਸਵ ਸਮੇਂ ਇੱਥੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਇਕੱਤਰ ਹੋਏ ਹਾਂ, ਨਾਲ ਨਾਲ ਮਾਤਾ ਗੁਜਰੀ ਜੀ ਦੀ ਘਾਲਣਾ, ਉਹਨਾਂ ਦੀ ਕਮਾਈ ਨੂੰ ਵੀ ਨਮਸਕਾਰ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਿਨ੍ਹਾਂ ਨੇ ਇਸ ਮਹਾਨ ਪਵਿੱਤਰ ਧਰਤੀ ਨੂੰ ਪਹਿਲਾਂ ਤਾਂ ਨਿਵਾਜਿਆ, ਬਲਕਿ ਤਾਂ ਪਟਨੇ ਦੀ ਧਰਤੀ ਦਾ ਸਿੱਖ ਇਤਿਹਾਸ ਦੇ ਨਾਲ, ਸਾਡੇ ਗੁਰੂ ਸਾਹਿਬਾਨ ਦੇ ਨਾਲ, ਸਿੱਖ ਵਿਚਾਰਧਾਰਾ ਦੇ ਨਾਲ ਉਦੋਂ ਦਾ ਹੀ ਸੰਬੰਧ ਹੈ ਜਦੋਂ ਤੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਵਿਚਾਰਧਾਰਾ ਸੰਸਾਰ 'ਤੇ ਵਗਾਈ ਸੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਥੇ ਸਾਲ 3 ਜੌਹਰੀ ਨੂੰ ਨਿਵਾਜਿਆ, ਉਸ ਦੇ ਨੌਕਰ ਅਧਰਕੇ ਨੂੰ,
ਇਸ ਇਲਾਕੇ ਦਾ ਪ੍ਰਚਾਰਕ ਥਾਪਿਆ। ਇਸ ਇਲਾਕੇ ਤੋਂ ਸੰਗਤਾਂ ਗਾਹੇ ਬਗਾਹੇ ਸਾਡੇ ਗੁਰੂ ਸਾਹਿਬਾਨ ਦੇ ਦਰਸ਼ਨਾਂ ਵਾਸਤੇ ਪੰਜਾਬ ਜਾਂਦੀਆਂ ਰਹੀਆਂ। ਇਸੇ ਕਰਕੇ ਜੋ ਸੰਗਤਾਂ ਦੀ ਪਿਆਰ ਦੀ ਖਿੱਚ ਸੀ, ਉਹ ਖਿੱਚ ਸਾਡੇ ਗੁਰੂ ਸਾਹਿਬਾਨ ਨੂੰ, ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ, ਸਤਿਗੁਰੂ ਜੀ ਦੇ ਸਮੁੱਚੇ ਪਰਿਵਾਰ ਨੂੰ, ਮੋਰ ਪਿੱਤ ਪੂਰਵ ਕੀ ਇਸ ਪਿਆਨਾ ਬਹਾਨਾ ਬਣਿਆ, ਭਾਵੇਂ ਰਾਜਾ ਰਾਮ ਸਿੰਘ ਦੀ ਮਦਦ ਦਾ, ਭਾਵੇਂ ਤੀਰਥ ਯਾਤਰਾ ਦਾ। ਮੁਰ ਪਿੱਤ ਪੂਰਵ ਕੀ ਇਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਹਾਨਾ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸਾਹਿਬ ਵਿਖਿਆ ਭਵ ਲਇਓ। ਲਾ ਕੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪ੍ਰਯੰਤ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਤੱਕ ਸਾਡੇ ਦਸੇ ਗੁਰੂ ਸਾਹਿਬਾਨ ਦੇ ਨਾਲ ਇੱਥੋਂ ਦੀਆਂ ਸੰਗਤਾਂ ਜੁੜੀਆਂ ਰਹੀਆਂ। ਸਾਡੇ ਦਸੇ ਗੁਰੂ ਸਾਹਿਬਾਨ ਨੇ ਇਸ ਧਰਤੀ ਨੂੰ, ਇਸ ਇਲਾਕੇ ਨੂੰ ਮਾਣ ਬਖਸ਼ਿਆ। ਅੱਜ ਫਿਰ ਤੋਂ ਮਾਣ ਪ੍ਰਾਪਤ ਹੋਇਆ ਬਿਹਾਰ ਵਾਸੀਆਂ ਨੂੰ। ਉਹਨਾਂ ਨੇ ਉਹ ਸਾਰ ਸੰਗਤ ਸਿੱਖਾਂ ਦਾ, ਸਮੁੱਚੇ ਪੰਜਾਬੀਆਂ ਦਾ ਅੱਜ ਮਨ ਜਿੱਤ ਲਿਆ। ਅੱਜ ਬੱਚੇ ਬੱਚੇ ਦੀ ਜ਼ਬਾਨ 'ਤੇ ਇਸ ਗੱਲ ਦੀ ਚਰਚਾ ਹੈ ਕਿ ਜਿਹੜਾ ਇੰਤਜ਼ਾਮ ਇਸ ਮਹਾਂ ਉਤਸਵ ਸਮੇਂ, ਇਸ ਮਹਾਨ ਸਮਾਗਮ ਸਮੇਂ ਇੱਥੋਂ ਦੀ ਸਰਕਾਰ ਨੇ ਜਾਂ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਨੇ, ਇੱਥੋਂ ਦੇ ਪ੍ਰਬੰਧ ਨੇ ਕੀਤਾ, ਉਹਦੀ ਅੱਜ ਸਿੱਖ ਜਗਤ ਦੇ ਬੱਚੇ ਬੱਚੇ ਦੇ ਜ਼ਬਾਨ ਉੱਪਰ ਚਰਚਾ। ਭਾਵੇਂ ਇੱਥੇ ਪਟਨੇ ਆਏ ਨੇ, ਭਾਵੇਂ ਪੰਜਾਬ ਦੇ ਵਿੱਚ ਬੈਠੇ ਨੇ, ਮੀਡੀਆ ਦੁਆਰਾ ਸਭਨਾਂ ਨੂੰ ਇਸ ਗੱਲ ਦਾ ਪਤਾ ਹੈ। ਸੋ ਦਾਸ ਜਿੱਥੇ ਅੱਜ ਆਪ ਸਰਬੱਤ ਸੰਗਤਾਂ ਨੂੰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਇਸ ਮਹਾਨ ਪਵਿੱਤਰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਾ ਹੈ, ਉੱਥੇ ਜੋ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਹੈ, ਜੋ ਉੱਥੋਂ ਦਾ ਪ੍ਰਬੰਧ ਹੈ, ਇੱਥੋਂ ਦੇ ਮੁੱਖ ਮੰਤਰੀ ਸਾਹਿਬ ਨੇ ਔਰ ਉਹਨਾਂ ਦੀ ਸਮੁੱਚੀ ਟੀਮ ਹੈ, ਉਹ ਵੀ ਸਾਰੇ ਹੀ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਇਹੋ ਜਿਹਾ ਅੱਛਾ ਇੰਤਜ਼ਾਮ ਕਰਕੇ ਸਮੁੱਚੇ ਸਿੱਖ ਜਗਤ ਦਾ ਮਨ ਜਿੱਤ ਲਿਆ। ਸਿੰਘ ਸਾਹਿਬ ਜੀ ਨੂੰ ਬੇਨਤੀ ਕਰਕੇ ਸਿਰਫ ਅੱਧੇ ਕੁ ਮਿੰਟ ਦੀ, ਉਦਾਸ ਹਮੇਸ਼ਾ ਹੀ ਜਦੋਂ ਵੀ ਕੋਈ ਸ਼ਤਾਬਦੀ ਆਉਂਦੀ ਹੈ ਆਪਣੇ ਵੱਲੋਂ ਸੇਵਾ ਕਰਨ ਦਾ, ਹਰ ਕਿਸੇ ਦਾ ਆਪਣਾ ਆਪਣਾ ਢੰਗ ਤਰੀਕਾ ਹੁੰਦਾ। ਦਾਸ ਨੂੰ ਅੱਜ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ 350 ਸਾਲਾ ਪ੍ਰਕਾਸ਼ ਉਤਸਵ ਸਮੇਂ ਜੋ ਦਾਸ ਨੇ ਕੰਪਿਊਟਰ ਦੁਆਰਾ ਗੁਰਬਾਣੀ ਔਰ ਗੁਰਮਤ ਦਾ ਪ੍ਰਚਾਰ ਕਰਨ ਦੀ ਸੇਵਾ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਆਰੰਭ ਕੀਤੀ ਹੈ। ਸੋ ਅੱਜ ਜਿਹੜੇ ਐਂਡਰਾਇਡ ਬੇਸ ਫੋਨ ਨੇ ਜਾਂ ਬਾਕੀ ਜਿਹੜੇ ਡਿਵਾਈਸਿਸ ਨੇ ਉਹਨਾਂ ਵਾਸਤੇ ਈਸ਼ਰ ਮਾਈਕਰੋ ਮੀਡੀਆ ਗੁਰਬਾਣੀ ਐਕਸਪਲੋਰਰ ਦੇ ਰੂਪ ਦੇ ਵਿੱਚ ਲਾਂਚ ਕੀਤਾ ਗਿਆ ਹੈ। ਉਹ ਸੰਗਤਾਂ ਇੱਕ ਅੱਧੇ ਦਿਨ ਤੱਕ, ਸ਼ਾਇਦ ਅੱਜ ਵੀ ਸ਼ਾਮ ਤੱਕ ਉਹ ਅਵੇਲੇਬਲ ਹੋ ਜਾਵੇ ਪਲੇ ਸਟੋਰ ਦੇ ਉੱਪਰ। ਸੋਫਟਵੇਅਰ ਦਾ ਨਾਮ ਈਸ਼ਰ ਮਾਈਕਰੋ ਮੀਡੀਆ ਹੈ, ਜਿਹਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਮੁੱਚਾ ਸ੍ਰੀ ਦਸਮ ਗ੍ਰੰਥ ਸਾਹਿਬ ਸਮੇਤ ਟੀਕੇ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਟੀਕੇ ਨੇ, ਸ੍ਰੀ ਦਸਮ ਗ੍ਰੰਥ ਸਾਹਿਬ ਦਾ ਟੀਕਾ ਹੈ, ਭਾਈ ਗੁਰਦਾਸ ਜੀ ਦੀਆਂ ਵਾਰਾਂ ਉਹਨਾਂ ਦੇ ਕਵਿਤ ਸੋਈਏ ਉਹਨਾਂ ਦੇ 2 ਟੀਕੇ ਨੇ, ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਦੀ ਬਾਣੀ ਹੈ, ਔਰ ਗੁਰਬਾਣੀ ਦੇ ਕਿਸੇ ਵੀ ਸ਼ਬਦ ਦੀ ਵਿਆਖਿਆ ਦੇਣ ਵਾਸਤੇ ਉੱਥੇ 3 ਕੋਸ਼, ਮਹਾਨ ਕੋਸ਼, ਡਾਕਟਰ ਗੁਰਚਰਨ ਸਿੰਘ ਜੀ ਦਾ ਕੋਸ਼, ਇਸੇ ਤਰ੍ਹਾਂ ਭਾਈ ਵੀਰ ਸਿੰਘ ਜੀ ਦਾ ਗੁਰਬਾਣੀ ਕੋਸ਼, ਇਹ 3 ਕੋਸ਼ ਉੱਥੇ ਉਪਲਬਧ ਨੇ। ਗੁਰਬਾਣੀ ਦੇ ਕਿਸੇ ਵੀ ਸ਼ਬਦ ਦੀ ਵਿਆਖਿਆ ਉਹਨਾਂ 3 ਹੀ ਕੋਸ਼ਾਂ ਦੇ ਵਿੱਚੋਂ ਦੇਖੀ ਜਾ ਸਕਦੀ ਹੈ। ਗੁਰਬਾਣੀ ਦੇ ਕਿਸੇ ਵੀ ਸ਼ਬਦ ਦਾ ਟੀਕਾ ਭਾਈ ਜੋ ਸਿੰਘ ਸਾਹਿਬ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਟੀਕਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਉਹਦੇ ਵਿੱਚੋਂ ਸਰਦਾਰ ਮਨਮੋਹਨ ਸਿੰਘ ਜੀ ਦਾ ਟੀਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਛਾਪਿਆ, ਇਸੇ ਤਰ੍ਹਾਂ ਜਿਹੜਾ ਸਭ ਤੋਂ ਪੁਰਾਤਨ ਟੀਕਾ ਹੈ ਗੁਰਬਾਣੀ ਦਾ ਸੰਪੂਰਨ ਟੀਕਾ, ਫਰੀਦਕੋਟ ਵਾਲਾ ਟੀਕਾ, ਉਹ 3 ਟੀਕੇ ਦੇਖੇ ਜਾ ਸਕਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀਆਂ ਸ਼ਬਦਾਰਥ ਦੀਆਂ 4 ਪੋਥੀਆਂ ਛਾਪੀਆਂ ਨੇ,
ਉਹਦੀ ਬਾਬਤ ਵੀ ਉਹਦੀ ਬਾਬਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਬੇਨਤੀ ਕਰਨ ਤੋਂ ਭਾਵ ਤਾਂ ਇਹੋ ਹੀ ਹੈ ਕਿ ਇਹ ਸਾਰੀ ਸਮੱਗਰੀ ਹੁਣ ਜਿਹੜੇ ਐਂਡਰਾਇਡ ਬੇਸ ਫੋਨ ਨੇ ਉਹਦੇ ਉੱਪਰ ਉਪਲਬਧ ਹੋ ਜਾਵੇਗੀ। ਸੋ ਦਾਸ ਨੂੰ ਇਹ ਸੂਚਨਾ ਦਿੰਦਿਆਂ ਬਹੁਤ ਖੁਸ਼ੀ ਹੋ ਰਹੀ ਹੈ। ਸਿੰਘ ਸਾਹਿਬ ਜੀ ਸਮੇਂ ਸਮੇਂ ਹੱਲਾਸ਼ੇਰੀ ਦਿੰਦੇ ਰਹਿੰਦੇ ਨੇ, ਇਸ ਕਰਕੇ ਇਹਨਾਂ ਦਾ ਆਸ਼ੀਰਵਾਦ ਸੀ ਜਿਹੜਾ ਇਸ ਖੁਸ਼ੀ ਦੇ ਅਵਸਰ 'ਤੇ ਇਹ ਸੇਵਾ ਸੰਪੂਰਨ ਹੋਈ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਸੁਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਜੋ ਸਿੰਘ ਸਾਹਿਬ ਜੀ ਨੇ ਮੁਖਾਤਬ ਹੋ ਕੇ ਜੋ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ, ਇਹ ਕੋਈ ਨਵਾਂ ਹੁਕਮਨਾਮਾ ਨਹੀਂ, ਇਹ ਤਾਂ ਸਾਡੀਆਂ ਪਰੰਪਰਾਵਾਂ ਨੇ, ਇਹ ਤਾਂ ਸਾਡੀ ਰਹਿਤ ਮਰਿਆਦਾ ਹੈ, ਇਹ ਤਾਂ ਸਾਡਾ ਇਤਿਹਾਸ ਹੈ। ਸਿੰਘ ਸਾਹਿਬ ਜੀ ਨੇ ਤਾਂ ਤੁਹਾਨੂੰ ਅੱਜ ਦੁਬਾਰਾ ਰੀਮਾਇੰਡ ਕਰਵਾਇਆ ਵੀ ਜਿਹੜੇ ਅਸੀਂ ਅੱਜ ਭਟਕ ਗਏ ਹਾਂ, ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਡੇ ਵਾਸਤੇ ਇਤਨਾ ਵੱਡਾ ਇਤਨਾ ਕੀਮਤੀ ਖਜ਼ਾਨਾ ਸਾਡੇ ਹਵਾਲੇ ਕੀਤਾ, ਅਸੀਂ ਅਫਸੋਸ ਦੀ ਗੱਲ ਕਿ ਉਸ ਨੂੰ ਨਜ਼ਰਅੰਦਾਜ਼ ਕਰਦੇ ਚਲੇ ਆ ਰਹੇ ਹਾਂ। ਜੋ ਇੱਥੋਂ ਦੇ ਪ੍ਰਬੰਧ ਵੱਲੋਂ ਸਿੰਘ ਸਾਹਿਬ ਜੀ ਵੱਲੋਂ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਸੰਗਤਾਂ ਨੂੰ ਸ਼੍ਰੀ ਦਸਮ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਵਾਸਤੇ, ਸ਼੍ਰੀ ਦਸਮ ਗ੍ਰੰਥ ਸਾਹਿਬ ਨੂੰ ਸਮੁੱਚੇ ਰੂਪ ਦੇ ਵਿੱਚ ਪ੍ਰਵਾਨ ਕਰਨ ਵਾਸਤੇ। ਸੋ ਆਪ ਸਭਨਾਂ ਨੇ ਪੂਰੀ ਦ੍ਰਿੜਤਾ ਦੇ ਨਾਲ ਇਸ ਹੁਕਮਨਾਮੇ ਦੇ ਉੱਪਰ ਪਹਿਰਾ ਦੇਣਾ ਹੈ। ਉਦਾਸਾਂ ਵੱਲੋਂ ਜਿੱਥੇ ਸਿੰਘ ਸਾਹਿਬ ਜੀ ਦਾ ਇਸ ਗੱਲ ਵਾਸਤੇ ਸ਼ੁਕਰਾਨਾ ਅਦਾ ਕੀਤਾ ਜਾਂਦਾ, ਨਾਲ ਸਿੰਘ ਸਾਹਿਬ ਜੀ ਦਾ ਤਾਂ ਹੁਕਮ ਹੈ, ਉਦਾਸਾਂ ਦੀ ਬੇਨਤੀ ਆ ਕਿ ਆਪ ਸਭਨਾਂ ਨੇ ਪੂਰੀ ਦ੍ਰਿੜਤਾ ਦੇ ਨਾਲ ਇਸ ਹੁਕਮਨਾਮੇ ਦੇ ਉੱਪਰ ਪਹਿਰਾ ਦੇਣਾ ਹੈ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਖਾਲਸਾ, ਉਹ ਚੰਦ ਮਿੰਟਾਂ ਦੇ ਵਾਸਤੇ ਸਾਂਝ ਪਾਉਣਗੇ, ਕਿਉਂਕਿ ਦਾਸ ਦਾ ਪਹੁੰਚਣ ਦਾ 11 ਵਜੇ ਦਾ ਸਮਾਂ ਸੀ, ਗਾਂਧੀ ਮੈਦਾਨ ਲੇਟ ਹੋ ਰਿਹਾ ਹੈ। ਆਓ ਸਿੰਘ ਸਾਹਿਬ ਜੀ ਪਾਸੋਂ ਸਰਵਣ ਕਰੀਏ। ਜੁਗੋ ਜੁਗ ਅਟਲ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਰਬੰਸਦਾਨੀ ਪਿਤਾ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 350.5 ਸਾਲਾ ਸ਼ਤਾਬਦੀ ਪੁਰਬ ਮਨਾਉਣ ਵਾਸਤੇ ਪਹੁੰਚੇ ਹੋਏ ਗੁਰੂ ਖਾਲਸਾ ਜੀ, ਦਾਸ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੇ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ, ਕਿਉਂਕਿ ਸਿੰਘ ਸਾਹਿਬ ਜੀ ਵੱਲੋਂ ਜੋ ਆਦੇਸ਼ ਹੁਕਮਨਾਮੇ ਦੇ ਰੂਪ ਵਿੱਚ ਆਪਾਂ ਨੂੰ ਮਿਲਿਆ, ਇਹ ਇੱਕ ਠੋਸ ਸਮੱਗਰ ਸਾਡੇ ਕੋਲ ਇੱਥੋਂ ਦਾ ਸੁਨੇਹਾ ਹੈ ਜੋ ਅਸੀਂ ਅੱਜ ਲੈ ਕੇ ਜਾ ਰਹੇ ਹਾਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਜੀਵਨ ਕਥਾ ਤੋਂ ਲੈ ਕੇ ਆਪਣੇ ਹੁੰਦਿਆਂ ਹੀ ਸਾਨੂੰ ਇਹੋ ਜਿਹੀ ਪਰੰਪਰਾ ਸਥਾਪਿਤ ਕਰਕੇ ਦੇ ਦਿੱਤੀ, ਔਰ ਆਪਣੇ ਹੁੰਦਿਆਂ ਹੀ ਸਾਨੂੰ ਆਗਿਆ ਕਰ ਦਿੱਤੀ, ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਪ ਹੀ ਸਤਿਗੁਰੂ ਪਾਤਸ਼ਾਹ ਜੀ ਨੇ 5 ਪਿਆਰਿਆਂ ਦੁਆਰਾ ਅੰਮ੍ਰਿਤ ਦੀ ਵਿਧੀ ਦੇ ਕੇ ਉਹਦੀ ਸਮੁੱਚੀ ਪਰੰਪਰਾ ਮਰਜ਼ਾਦਾ ਬੰਨ੍ਹ ਕੇ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਕਿਰਪਾ ਕੀਤੀ ਹੈ। ਸੋ ਆਪ ਜੀ ਦਾ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਇਹੀ ਬੇਨਤੀ ਕਰਾਂਗਾ ਕਿ ਜੋ ਲੋਕ ਇਹਦੇ ਵਿੱਚ ਖਿਆਮਤਾਂ ਪਾਉਂਦੇ ਨੇ ਉਹ ਅੱਜ ਹੀ ਨਹੀਂ ਪੈਦਾ ਹੋਏ, ਉਹ ਗੁਰੂ ਕਾਲ ਤੋਂ ਲੈ ਕੇ ਵੀ ਪੈਦਾ ਹੁੰਦੇ ਰਹੇ ਔਰ ਮੂੰਹ ਦੀ ਖਾਂਦੇ ਰਹੇ, ਉਹ ਅੱਜ ਵੀ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਚਲਾਈਆਂ ਹੋਈਆਂ ਪਰੰਪਰਾਵਾਂ ਨੇ ਉਹਨਾਂ ਉੱਪਰ ਕਿੰਤੂ ਪਰੰਤੂ ਕਰਦੇ ਨੇ, ਉਹ ਮੂੰਹ ਦੀ ਖਾਣਗੇ। ਸੋ ਇਸ ਕਰਕੇ ਹੀ ਅੱਜ ਸਿੰਘ ਸਾਹਿਬ ਜੀ ਨੂੰ ਦੁਬਾਰਾ ਇਹ ਆਦੇਸ਼ ਦੇਣਾ ਪਿਆ ਹੈ
ਦਾਸ ਵੱਲੋਂ ਵੀ ਬੇਨਤੀ ਹੈ ਕਿ ਆਪਾਂ ਸਭਨਾਂ ਨੇ ਜੋ ਸ਼ਰਧਾ ਭਾਵਨਾ ਲੈ ਕੇ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਭਾਰਤ ਭਰ ਦੇ ਕੋਨੇ ਕੋਨੇ 'ਚੋਂ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਹਨ, ਆਪਾਂ ਸਭਨਾਂ ਨੇ ਇਸ ਹੁਕਮਨਾਮੇ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਜਾਣਾ ਹੈ ਔਰ ਇਹਦੇ 'ਤੇ ਦ੍ਰਿੜਤਾ ਦੇ ਨਾਲ ਪਹਿਰਾ ਦੇਣਾ ਹੈ। ਦਾਸ ਤਖਤ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਔਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਨਿਵਾਣੇ ਨੂੰ ਦਾਸ ਨੂੰ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਦਾਸ ਵੱਲੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ, ਕਿਉਂਕਿ ਇਦੋਂ ਬਾਅਦ ਸਾਧ ਸੰਗਤ ਜੀ ਬਹੁਤ ਹੀ ਸਾਡੇ ਗੁਰੂ ਘਰ ਦੇ ਪਿਆਰੇ ਨਿਵਾਜੇ ਹੋਏ ਪਰਉਪਕਾਰੀ ਸੁਭਾਅ ਵਾਲੇ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਦਾ ਸਮਾਂ ਹੈ, ਬਸ 2 ਮਿੰਟ ਤੋਂ ਬਾਅਦ। ਉਹਨਾਂ ਤੋਂ ਬਾਅਦ ਫਿਰ ਪੰਥ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਸਮਾਂ ਹੈ। ਇਸ ਕਰਕੇ ਸੰਗਤਾਂ ਸਾਜ ਜਾਣ। ਆਓ ਹੁਣ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖਤ ਚੱਲਦਾ ਵਹੀਰ 96 ਕਰੋੜੀ ਦੇ ਮੁਖੀ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ, ਉਹ ਆਪ ਜੀ ਨੂੰ ਸੋ ਥੋੜ੍ਹੇ ਸ਼ਬਦਾਂ ਦੇ ਵਿੱਚ ਬਹੁਤ ਹੀ ਵਿਚਾਰ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਸਮੂਹ ਗੁਰੂ ਨਾਨਕ ਨਾਮਦੇਵਾ ਸੰਗਤਾਂ, ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਤਖ਼ਤ ਸ਼੍ਰੀ ਪਟਨਾ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਅਤੇ ਸਾਡੇ ਬਹੁਤ ਸਤਿਕਾਰਯੋਗ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲ ਪੰਥ, ਬਾਬਾ ਵਿਧੀ ਚੰਦ ਜੀ ਅਤੇ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ, ਸਿੰਘ ਸਾਹਿਬ ਗਿਆਨੀ ਜੋਤਿੰਦਰ ਸਿੰਘ ਜੀ, ਮੀਤ ਜਥੇਦਾਰ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਸਾਡੇ ਬਹੁਤ ਸਤਿਕਾਰਯੋਗ ਗਿਆਨੀ ਗਿਆਨਦੇਵ ਸਿੰਘ ਜੀ ਅਤੇ ਇੱਥੋਂ ਦੇ 5 ਪਿਆਰੇ ਸਾਹਿਬਾਨ, ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਨ੍ਹਾਂ ਦੇ ਜਥੇਦਾਰ ਬਾਬਾ ਗੱਜਨ ਸਿੰਘ ਜੀ, ਜਥੇਦਾਰ ਬਾਬਾ ਬਕਾਲਾ ਸਾਹਿਬ ਅਤੇ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ, ਬਾਬਾ ਨਾਗਰ ਸਿੰਘ ਜੀ, ਬਾਬਾ ਬਲਦੇਵ ਸਿੰਘ ਵੱਲਾ ਅਤੇ ਹੋਰ ਬਹੁਤ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਨ੍ਹਾਂ ਨੇ 350 ਸਾਲਾਂ ਇਸ ਸ਼ਤਾਬਦੀ ਵਿੱਚ ਪਹੁੰਚੀਆਂ ਨੇ ਅਤੇ ਗਿਆਨੀ ਤੇਜਾ ਸਿੰਘ ਜੀ ਖੁੱਡੇ ਵਾਲੇ, ਹੋਰ ਸਾਰੇ ਸੰਤ ਮਹਾਂਪੁਰਸ਼ ਸਾਰਿਆਂ ਦੇ ਨਾਮ ਸਿੰਘ ਸਾਹਿਬ ਜੀ ਨੇ, ਬਾਬਾ ਹਰਨਾਮ ਸਿੰਘ ਜੀ ਹੋਰਾਂ ਨੇ ਅਤੇ ਸਾਡੇ ਬਹੁਤ ਸਤਿਕਾਰਯੋਗ ਸੰਤ ਕਰਮਜੀਤ ਸਿੰਘ ਜੀ ਜਿਹੜੇ ਸੇਵਾ ਪੰਥੀ ਸੰਪਰਦਾ ਦੇ ਪ੍ਰਧਾਨ ਨੇ ਅਤੇ ਇੱਥੇ ਵੀ ਬਹੁਤ ਸੇਵਾਵਾਂ ਨਿਭਾ ਰਹੇ ਨੇ, ਅਤੇ ਜਥੇਦਾਰ ਬਾਬਾ ਜੀ ਜਿਨ੍ਹਾਂ ਨੇ ਸਾਰਿਆਂ ਨੇ ਇੱਥੇ ਸੇਵਾਵਾਂ ਨਿਭਾਈਆਂ ਨੇ, ਸਾਰਿਆਂ ਨੂੰ ਮੈਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ ਜਿਨ੍ਹਾਂ ਦੇ ਆਪਾਂ 350 ਸਾਲਾਂ ਪ੍ਰਕਾਸ਼ ਦਿਹਾੜੇ ਸਮੁੱਚੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਮਨਾਏ ਜਾ ਰਹੇ ਨੇ,
ਸਾਰਿਆਂ ਨੂੰ ਗੱਜ ਕੇ ਫਤਿਹ ਗਜਾਉਂਦਾ, ਗੱਜ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅੱਜ ਦੇ 350 ਸਾਲਾਂ ਪ੍ਰਕਾਸ਼ ਦਿਹਾੜਿਆਂ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਨਾਲ ਹੀ ਮੈਂ ਬੇਨਤੀ ਕਰਦਾ, ਜਿਵੇਂ ਸਤਿਗੁਰਾਂ ਦੀ ਜਿਵੇਂ ਹੁਕਮ ਹੈ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਸੋ ਅੱਜ ਆਪਾਂ ਸਾਰਿਆਂ ਨੇ, ਭਾਵੇਂ ਪਿਛਲੇ ਬਹੁਤ ਦਿਨਾਂ ਤੋਂ, ਜਿਵੇਂ ਸੰਤ ਮੈਂ ਦੇਖ ਰਿਹਾ, ਸੰਤ ਬਾਬਾ ਮਹਿੰਦਰ ਸਿੰਘ ਜੀ UK ਵਾਲੇ ਰਾੜੇ ਵਾਲੇ ਮਹਾਂਪੁਰਸ਼, ਅਤੇ ਬਾਬਾ ਬੜੂ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ, ਬਾਬਾ ਮਾਨ ਸਿੰਘ ਜੀ ਪਹੇਵੇ ਵਾਲੇ, ਹੋਰ ਬਹੁਤ ਸਾਰੇ ਸੰਤਾਂ ਮਹਾਂਪੁਰਸ਼ਾਂ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ ਵੱਡੀ ਤਾਦਾਦ ਦੇ ਵਿੱਚ ਲੰਗਰ ਲਾਏ ਨੇ। ਸਾਰੀਆਂ ਹੀ ਸੰਗਤਾਂ ਨੇ ਆਪਣੇ ਆਪਣੇ ਵੱਲੋਂ ਇੱਥੇ ਜਿਹੜੇ ਜੋ ਵੀ ਉਹਨਾਂ ਨੂੰ ਯੋਗ ਸਮਝਦੇ ਨੇ, ਦਰਸ਼ਨ ਦਦਾਰੇ ਕੀਤੇ, ਭੇਟਾਵਾਂ ਕੀਤੀਆਂ ਨੇ। ਸੋ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਮੈਂ ਬਹੁਤ ਜਿੱਥੇ ਇੱਥੇ ਆਇਆਂ ਨੂੰ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜੀ ਆਇਆਂ ਵੀ ਕਹਿੰਦਾ, ਉੱਥੇ ਵਧਾਈ ਵੀ ਦਿੰਦਾ। ਜਿਵੇਂ ਮਹਾਰਾਜ ਨੇ ਕਿਹਾ, ਅਸ ਕਿਰਪਾਨ ਖੰਡੋ ਖੜਗ ਤੁਵਕ ਤੌਰਿਆ ਤੀਰ, ਸਹਿਬ ਸਰੋਹੀ ਸਹਿਥੀ ਯਹੀ ਹਮਾਰੇ ਪੀਰ, ਤੀਰ ਤੁਹੀਂ ਸਹਿਥੀ ਤੁਹੀਂ ਤੁਹੀਂ ਤਵਰ ਤਰਵਾਰ, ਨਾਮ ਤਿਉਹਾਰੋ ਜੋ ਜਪੈ ਭਏ ਸਿੰਧ ਭਵ ਪਾਰ, ਕਾਲ ਤੁਹੀਂ ਕਾਲੀ ਤੁਹੀਂ ਤੁਹੀਂ ਤੇਗ ਯਾਰ ਤੀਰ, ਤੁਹੀਂ ਨਿਸ਼ਾਨੀ ਜੀਤ ਕੀ ਆਜ ਤੁਹੀਂ ਜਗ ਵੀਰ। ਸੋ ਆਪਾਂ ਜਿੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ, ਜਿਵੇਂ ਮਹਾਰਾਜ ਨੇ ਕਿਹਾ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਅੱਜ ਜਿਹੜੇ ਹੁਕਮਨਾਮੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਅਤੇ ਇੱਥੋਂ ਦੇ ਪੰਜ ਸਿੰਘ ਸਾਹਿਬਾਨ ਜਿਹੜੇ ਪੰਜ ਪਿਆਰਿਆਂ ਨੇ, ਇਹ ਹੁਕਮਨਾਮੇ ਦਸਮ ਗੁਰੂ ਗ੍ਰੰਥ ਸਾਹਿਬ ਸੰਬੰਧੀ ਜਿਹੜੇ ਹੁਕਮਨਾਮੇ ਜਾਰੀ ਕੀਤੇ ਨੇ, ਉਹ ਹੁਕਮਨਾਮੇ ਨਿਹੰਗ ਸਿੰਘ ਜਥੇਬੰਦੀਆਂ, ਸਾਰੇ ਹੀ ਸੰਤ ਮਹਾਂਪੁਰਸ਼ ਨਿਹੰਗ ਸਿੰਘ ਜਥੇਬੰਦੀਆਂ ਦੇ ਆਦਿਕਾਲ ਤੋਂ ਲੈ ਕੇ ਦਸਮ ਗ੍ਰੰਥ ਨੂੰ ਮੰਨਦੇ ਆਏ ਨੇ ਅਤੇ ਮੰਨਦੇ ਵੀ ਰਹਿਣਗੇ। ਸਾਰੇ ਹੀ ਸੰਤ ਮਹਾਂਪੁਰਸ਼, ਜਿੰਨੀਆਂ ਪੁਰਾਤਨ ਸੰਪਰਦਾਵਾਂ ਨੇ, ਦਮਦਮੀ ਟਕਸਾਲ ਹੈ, ਸਾਹਮਣੇ ਵਿਦਵਾਨ ਬੈਠੇ ਨੇ ਬਹੁਤ ਹੀ, ਬਾਬਾ ਗਿਆਨ ਦੇਵ ਜੀ ਅਤੇ ਸੰਤ ਬਾਬਾ ਤੇਜਾ ਸਿੰਘ ਜੀ, ਰਾੜਾ ਸਾਹਿਬ ਵਾਲੇ ਮਹਾਂਪੁਰਸ਼, ਨਾਨਕਸਰ ਸੰਪਰਦਾਵਾਂ ਜਿੰਨੇ ਵੀ ਮਹਾਂਪੁਰਸ਼ ਨੇ, ਜਿਨ੍ਹਾਂ ਦੇ ਵਿੱਚ ਬਾਬਾ ਕਾਲਾ ਸਿੰਘ ਜੀ, ਸੰਤ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ, ਅਤੇ ਹੋਰ ਜਿਵੇਂ ਭਾਈ ਤਰਸੇਮ ਸਿੰਘ ਜੀ ਮੋਹਰਾਂ ਵਾਲੀ ਜੀ ਦਾ ਢਾਡੀ ਜਥਾ, ਸਾਰੇ ਮਹਾਂਪੁਰਸ਼ ਇੱਥੇ ਪਹੁੰਚੇ ਨੇ। ਭਾਈ ਪਿੰਦਰਪਾਲ ਸਿੰਘ ਜੀ ਮਹਾਨ ਵਿਦਵਾਨ ਨੇ ਜਿਹੜੇ, ਉਹ ਵੀ ਪਹੁੰਚੇ ਨੇ। ਅਤੇ ਮੈਂ ਗੱਲ ਕਰ ਰਿਹਾ ਸੀ ਜਿਹੜੇ ਆਪਾਂ ਦਸਮ ਗ੍ਰੰਥ ਪ੍ਰਤੀ ਜਿਹੜੇ ਕਿੰਤੂ ਪਰੰਤੂ ਕਰਦੇ ਨੇ, ਇਹ ਨਿੰਦਕ ਲੋਕ ਜਿਹੜੇ ਨੇ, ਉਹ ਨਿੰਦਕ ਲੋਕ ਜਿਹੜੇ ਇਹ ਹੁਕਮਨਾਮਾ ਅਤੇ ਅੱਜ ਤੋਂ ਸਦੀਆਂ ਪਹਿਲਾਂ ਹੀ ਜਿਹੜਾ ਇਹ ਹੁਕਮਨਾਮਾ ਹੋਇਆ ਅਤੇ ਅੱਜ ਸਿੰਘ ਸਾਹਿਬਾਂ ਨੇ ਜਿਹੜਾ ਇਹ ਹੁਕਮਨਾਮਾ ਕੀਤਾ, ਮੈਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ, ਸਮੁੱਚੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਅਤੇ ਇਹ ਜਿਹੜਾ ਹੁਕਮਨਾਮਾ, ਇਹਨੂੰ ਇੰਨ ਬਿੰਨ ਜਿਹੜਾ ਲਾਗੂ ਕਰਨ ਦੇ ਵਿੱਚ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਪੂਰੀ ਤਨਦੇਈ ਦੇ ਨਾਲ ਇਹਨੂੰ ਚੜ੍ਹਦੀ ਕਲਾ ਨਾਲ ਪ੍ਰਵਾਨ ਕਰਦੇ ਹਾਂ। ਅਤੇ ਨਾਲ ਹੀ ਮੈਂ ਇਹ ਵੀ ਬਚਨ ਕਰਦਾ, ਜਿਵੇਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ, ਹੋਰ ਸਾਰੀਆਂ ਪੁਰਾਤਨ ਜਥੇਬੰਦੀਆਂ, ਜਿਵੇਂ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਜਿਹੜੇ ਗੁਰਦੁਆਰਾ ਗੁਰੂ ਕੇ ਬਾਗ, ਉੱਥੇ ਦਸਮ ਦੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਤੇ ਦਸਮ ਗ੍ਰੰਥ ਦੇ ਅਖੰਡ ਪਾਠ ਕਰਕੇ ਜਿਹੜੇ ਭੋਗ ਪਾਏ ਗਏ ਨੇ, ਅਤੇ ਨਾਲ ਅੱਗੇ ਵੀ ਨਿਰੰਤਰ ਜਾਰੀ ਨੇ। ਮੈਂ ਸਮੁੱਚੀਆਂ
ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਾਢੇ 300 ਸਾਲਾਂ ਪ੍ਰਕਾਸ਼ ਦਿਹਾੜਿਆਂ ਦੀਆਂ ਬਹੁਤ ਬਹੁਤ ਵਧਾਈ ਦਿੰਦਾ ਹੋਇਆ ਖਿਮਾ ਦਾ ਜਾਜਕ ਹੋਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਨੂੰ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਨੂੰ, ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦੇ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਨਮਾਨ ਦਿੱਤਾ ਜਾ ਰਿਹਾ। ਜਕਾਰਾ ਗਜਾ ਦਿਆਂ, ਗੱਜ ਕੇ ਜਕਾਰੇ ਗਜਾਵੇ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ, ਗੱਜ ਕੇ ਜਕਾਰੇ ਗਜਾਵੇ, ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਭਾਵੇ, ਗੱਜ ਕੇ ਜਕਾਰੇ ਗਜਾਵੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਭਾਵੇ, ਗੱਜ ਕੇ ਜਕਾਰੇ ਗਜਾਵੇ, ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ, ਗੱਜ ਕੇ ਜਕਾਰੇ ਗਜਾਵੇ, ਸਾਢੇ 300 ਸਾਲਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ, ਗੁਰਭਰਿਆ ਅਕਾਲ ਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸੋ ਜਿੱਥੇ ਸਾਡੀ ਦੋਹਾਂ ਤਖ਼ਤਾਂ ਦੀ ਮਾਨ ਮਰਿਆਦਾ, ਇੱਕ ਹੈ ਪੁਰਾਤਨ ਕਲਗੀਧਰ ਪਾਤਸ਼ਾਹ ਤੋਂ ਚਲੀ ਆ ਰਹੀ ਹੈ, ਉਸੇ ਤਰ੍ਹਾਂ ਕਾਇਮ ਹੈ। ਦਸ਼ਮੇਸ਼ ਪਿਤਾ ਦੀ ਮਿਹਰ ਦਾ ਸਦਕਾ ਚੜ੍ਹਦੀ ਕਲਾ ਵਿੱਚ ਰਹੇਗੀ। ਸੋ ਪ੍ਰਬੰਧਕੀ ਬੋਰਡ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਦਿਨ ਰਾਤ ਬਹੁਤ ਵੱਡੇ ਉਪਰਾਲੇ ਕਰਕੇ, ਬੜੀ ਮਿਹਨਤ ਕਰਕੇ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੋ ਚੰਦ ਮਿੰਟਾਂ ਵਾਸਤੇ ਸਿੰਘ ਸਾਹਿਬ ਬਾਬਾ ਜੋਤਿੰਦਰ ਸਿੰਘ ਜੀ ਉਹ ਆਪ ਜੀ ਦੇ ਨਾਲ ਸਾਂਝ ਕਰਨਗੇ। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਉਸ ਸਟੇਜ 'ਤੇ ਆ ਜਾਣ ਅੱਧੇ ਘੰਟੇ ਵਾਸਤੇ। ਉਹਨਾਂ ਤੋਂ ਬਾਅਦ ਫਿਰ ਅੱਧੇ ਘੰਟੇ ਵਾਸਤੇ ਪੰਥ ਦੇ ਮਹਾਨ ਵਿਦਵਾਨ ਗਿਆਨੀ ਭਿੰਦਰਪਾਲ ਸਿੰਘ ਜੀ, ਅਤੇ ਹੁਣ ਸਟੇਜ ਸੰਭਾਲਣਗੇ ਗਿਆਨੀ ਭਗਵਾਨ ਸਿੰਘ ਜੀ ਜੋਹਲ, ਇਹਨਾਂ ਦੇ ਨਾਲ ਸਹਿਯੋਗ ਕਰਨਗੇ ਗਿਆਨੀ ਚਰਨਜੀਤ ਸਿੰਘ ਜੀ, ਕਥਾਵਾਚਕ ਤਖ਼ਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ। ਆਓ ਸਿੰਘ ਸਾਹਿਬ ਜੀ, ਗੁਰੂ ਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਭ ਤੋਂ ਪਹਿਲਾਂ ਆਈਆਂ ਸਮੂਹ ਸੰਗਤਾਂ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 350 ਸਾਲਾ ਪ੍ਰਕਾਸ਼ ਗੁਰਪੁਰਬ ਦੀਆਂ ਵਧਾਈਆਂ ਦਿੰਦਾ ਹਾਂ, ਅਤੇ ਇੱਥੇ ਦੀ ਕਮੇਟੀ ਨਿਤਿਸ਼ ਕੁਮਾਰ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਉਹਨਾਂ ਦਾ ਦਾਸ ਵਿਸ਼ੇਸ਼ ਕਰਕੇ ਧੰਨਵਾਦ ਕਰਦਾ ਹੈ ਕਿ ਇੰਨਾ ਵੱਡਾ ਉਪਰਾਲਾ, ਬਹੁਤ ਵੱਡੀ ਸੇਵਾ ਇਹਨਾਂ ਨੇ ਕੀਤੀ ਹੈ। ਪੰਥ ਹਮੇਸ਼ਾ ਇਹਨਾਂ ਦਾ ਰਿਣੀ ਰਹੇਗਾ। ਅਤੇ ਦਾਸ ਕੁਛ ਬੇਨਤੀਆਂ ਕਰਨਾ ਚਾਹ ਰਿਹਾ ਹੈ। ਖਾਲਸਾ ਪੰਥ
ਸਦਾ ਹੀ ਚੜ੍ਹਦੀ ਕਲਾ 'ਚ ਰਿਹਾ ਹੈ ਅਤੇ ਹੁਣ ਵੀ ਹੈ, ਅੱਗੇ ਵੀ ਰਹਿਣਾ ਹੈ। ਕੁਛ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਖਾਲਸਿਆਂ ਵਿੱਚ ਵੰਡੀਆਂ ਪਾ ਕੇ, ਫੁੱਟ ਪਾ ਕੇ ਇਹਨਾਂ ਨੂੰ ਅੱਡੋ ਅੱਡ ਕੀਤਾ ਜਾਵੇ ਤਾਂ ਕਿ ਇਹਨਾਂ ਦੀ ਤਾਕਤ, ਇਹਨਾਂ ਦੀ ਮਜ਼ਬੂਤੀ ਨੂੰ ਘਟਾਇਆ ਜਾ ਸਕੇ। ਔਰ ਹਰ ਸਮੇਂ ਇਸ ਤਰ੍ਹਾਂ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਕਦੇ ਜ਼ੁਲਮੇ ਸ਼ਾਸਨ ਨੇ ਆਪਣੇ ਜ਼ੋਰ ਨਾਲ, ਸ਼ਸਤਰਾਂ ਦੇ ਨਾਲ ਇਹ ਕੰਮ ਕੀਤਾ ਅਤੇ ਹੁਣ ਇਹ ਕੰਮ ਕਲਮ ਦੇ ਰਾਹੀਂ ਕੀਤਾ ਜਾ ਰਿਹਾ ਹੈ। ਕਿਤਾਬਾਂ ਲਿਖੀਆਂ ਜਾ ਰਹੀਆਂ ਹਨ, ਅਖਬਾਰਾਂ ਵਿੱਚ ਲਿਖਿਆ ਜਾ ਰਿਹਾ ਹੈ ਅਤੇ ਸਾਡੇ ਉੱਪਰ ਵੱਡੇ ਵੱਡੇ ਇਲਜ਼ਾਮ ਲਾਏ ਜਾ ਰਹੇ ਹਨ, ਚੁਟਕਲੇ ਬਣਾਏ ਜਾ ਰਹੇ ਹਨ, ਮਜ਼ਾਕ ਕੀਤਾ ਜਾ ਰਿਹਾ ਹੈ। ਅਤੇ ਵਿਸ਼ੇਸ਼ ਕਰਕੇ ਇੱਕ ਬਹੁਤ ਵੱਡੇ ਪ੍ਰੋਫੈਸਰ ਨੇ ਗੱਲ ਕੀਤੀ ਸੀ ਕਿ ਸਾਰੇ ਸੰਸਾਰ ਦੇ ਵਿੱਚ ਕਿਸੇ ਦਾ ਕੋਈ ਮਜ਼ਾਕ ਉਡਾਇਆ ਜਾਂਦਾ ਹੈ ਤਾਂ ਸਮਝ ਲਓ ਕਿ ਉਹ ਕੌਮ ਬੜੀ ਚੜ੍ਹਦੀ ਕਲਾ ਵਾਲੀ ਕੌਮ ਹੈ। ਉਸ ਕੌਮ ਨੂੰ ਕੋਈ ਪਿੱਛੇ ਨਹੀਂ ਕਰ ਸਕਦਾ ਅਤੇ ਪੂਰੇ ਸੰਸਾਰ ਦੇ ਵਿੱਚ ਇੱਕ ਸਿੱਖਾਂ ਦਾ ਅਤੇ ਦੂਜੇ ਨੰਬਰ 'ਤੇ ਜਿਊਜ਼ ਹੈਗੇ ਆ, ਉਹਨਾਂ ਦੇ ਉੱਪਰ ਵੱਡੇ ਵੱਡੇ ਚੁਟਕਲੇ ਬਣਾਏ ਗਏ, ਉਹਨਾਂ ਦਾ ਮਜ਼ਾਕ ਉਡਾਇਆ ਗਿਆ, ਕਿਉਂਕਿ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਹਨ ਉਹਨਾਂ ਨੂੰ ਪਤਾ ਹੈ ਕਿ ਜੇ ਕੋਈ ਤਾਕਤ ਨੇ ਜ਼ੋਰ ਨਾਲ ਪਿੱਛੇ ਨਹੀਂ ਹਟ ਰਿਹਾ ਤਾਂ ਉਹਨਾਂ ਦਾ ਮਜ਼ਾਕ ਉਡਾ ਕੇ ਉਹਨਾਂ ਨੂੰ ਪਿੱਛੇ ਕੀਤਾ ਜਾਵੇ। ਔਰ ਇਸੇ ਤਰ੍ਹਾਂ ਉਹਨਾਂ ਦੇ ਧਰਮ ਗ੍ਰੰਥਾਂ ਉੱਪਰ ਟੀਕਾ ਟਿੱਪਣੀ ਕਰਕੇ ਉਹਨਾਂ ਨੂੰ ਪਿੱਛੇ ਕੀਤਾ ਜਾਵੇ। ਇਸੇ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਨੂੰ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਉੱਪਰ ਬਹੁਤ ਟੀਕਾ ਟਿੱਪਣੀ ਕੀਤੀ ਜਾ ਰਹੀ ਹੈ। ਔਰ ਇਹ ਨਿਸ਼ਾਨਾ ਦਸਮ ਗ੍ਰੰਥ ਦੇ ਉੱਪਰ ਨਹੀਂ ਹੈ, ਇਹ ਨਿਸ਼ਾਨਾ ਹੈ ਸਾਡੇ ਅੰਮ੍ਰਿਤ ਉੱਪਰ। ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ ਹੈ ਕਿ ਸਿੱਖਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੋ ਤਾਕਤ ਸਾਨੂੰ ਬਖਸ਼ੀ ਹੈ ਸਾਹਿਬ ਕਮਾਲ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ, ਉਹ ਹੈ ਅੰਮ੍ਰਿਤ ਦੀ ਦਾਤ। ਉਸ ਅੰਮ੍ਰਿਤ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਉਹ ਸ਼ਕਤੀ ਬਖਸ਼ੀ ਹੈ ਕਿ ਇੱਕ ਖਾਲਸਾ 10-10 ਲੱਖ ਫੌਜ ਦਾ ਮੁਕਾਬਲਾ ਕਰ ਸਕਦਾ ਹੈ। ਔਰ ਇਹ ਸ਼ਕਤੀ ਹੋਰ ਕਿਸੇ ਧਰਮ ਵਾਲੇ ਨੂੰ, ਹੋਰ ਕਿਸੇ ਪੰਥ ਵਾਲੇ ਨੂੰ, ਕਿਸੇ ਨੂੰ ਵੀ ਇਹ ਸ਼ਕਤੀ ਨਹੀਂ ਮਿਲੀ ਹੈ ਜੋ ਸ਼ਕਤੀ ਸਾਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ੀ ਹੈ। ਔਰ ਇਸ ਸ਼ਕਤੀ ਦਾ ਸਾਨੂੰ ਥੋੜ੍ਹਾ ਪਤਾ ਹੈ, ਬਾਕੀਆਂ ਨੂੰ ਇਹਦੇ ਬਾਰੇ ਜ਼ਿਆਦਾ ਪਤਾ ਲੱਗਿਆ ਹੈ ਕਿ ਇਹ ਸ਼ਕਤੀ ਕੀ ਹੈ। ਜਿਹੜੀ ਚੀਜ਼ ਸਾਡੇ ਕੋਲ ਹੁੰਦੀ ਹੈ ਉਹਦੀ ਪਹਿਚਾਣ, ਉਹਦੀ ਕੀਮਤ ਸਾਨੂੰ ਨਹੀਂ ਲੱਗਦੀ। ਜਦੋਂ ਉਹ ਸਾਡੇ ਵਿੱਚੋਂ ਚਲੀ ਜਾਂਦੀ ਹੈ ਤਾਂ ਉਸ ਸ਼ਕਤੀ ਦਾ ਸਾਨੂੰ ਪਤਾ ਲੱਗਦਾ ਹੈ। ਪਰਮਾਤਮਾ ਵੀ ਸਾਡੇ ਅੰਦਰ ਹੈ ਪਰ ਪਰਮਾਤਮਾ ਬਾਰੇ ਸਾਨੂੰ ਪਤਾ ਨਹੀਂ, ਉਹਦੀ ਕੀਮਤ ਬਾਰੇ ਪਤਾ ਨਹੀਂ ਹੈ। ਇਸੇ ਤਰ੍ਹਾਂ ਅੰਮ੍ਰਿਤ ਦੀ ਦਾਤ ਜਿਹੜੀ ਸਾਨੂੰ ਮਿਲੀ ਹੈ ਉਹਦੀ ਕੀਮਤ ਦਾ ਸਾਨੂੰ ਅੱਜ ਤੱਕ ਵੀ ਪਤਾ ਨਹੀਂ ਲੱਗਿਆ ਹੈ, ਪਰ ਇਹ ਬਾਕੀ ਵਿਰੋਧੀਆਂ ਨੂੰ ਪਤਾ ਲੱਗਿਆ। ਉਹਨਾਂ ਦਾ ਨਿਸ਼ਾਨਾ ਹੈ ਜੇ ਉਹ ਸਿੱਧੇ ਤਰੀਕੇ ਨਾਲ ਬੋਲਣਗੇ ਕਿ ਕੋਈ ਸਿੱਖ ਅੱਜ ਤੋਂ ਅੰਮ੍ਰਿਤ ਨਾ ਛਕੇ, ਅਤੇ ਜਦ ਉਲਟਾ ਬੋਲਿਆ ਜਾਂਦਾ ਹੈ ਨਾ ਤਾਂ ਸੰਗਤ ਹੁੰਮ ਹੁਮਾ ਕੇ ਅੰਮ੍ਰਿਤ ਛਕ ਲਏਗੀ, ਪਰ ਉਹ ਇਸ ਤਰ੍ਹਾਂ ਨਹੀਂ ਕਹਿੰਦੇ। ਉਹ ਕਹਿੰਦੇ ਦਸਮ ਦਾ ਵਿਰੋਧ ਕਰੋ, ਕਿਉਂਕਿ ਦਸਮ ਦੀਆਂ 3 ਬਾਣੀਆਂ ਅੰਮ੍ਰਿਤ ਵੇਲੇ ਪੜ੍ਹੀ ਜਾਂਦੀ ਹੈ। ਅੰਮ੍ਰਿਤ ਛਕਾਉਣ ਵੇਲੇ ਬਾਟਾ ਤਿਆਰ ਕਰਨ ਲੱਗੇ ਆਪਾਂ 3 ਬਾਣੀਆਂ ਦਾ ਪਾਠ ਦਸਮ ਗ੍ਰੰਥ ਵਿੱਚੋਂ ਕਰਦੇ ਹਾਂ, ਅਤੇ ਜੇ ਆਪਾਂ ਦਸਮ ਗ੍ਰੰਥ ਦਾ ਵਿਰੋਧ ਕਰਾਂਗੇ ਤਾਂ ਆਪਣੇ ਆਪ ਹੀ ਇਹਨਾਂ ਦੇ ਖੰਡੇ ਬਾਟੇ ਦਾ ਅੰਮ੍ਰਿਤ ਭੰਗ ਹੋ ਜਾਏਗਾ।
ਕੁਛ ਲੋਕਾਂ ਨੇ ਕੋਸ਼ਿਸ਼ ਵੀ ਕੀਤੀ ਹੈ ਕਿ ਅਸੀਂ ਦੋ ਬਾਣੀਆਂ ਦਾ ਅੰਮ੍ਰਿਤ ਤਿਆਰ ਕਰਵਾਂਗੇ, ਪਰ ਪੰਥ ਨੇ ਉਹਨੂੰ ਬਹੁਤ ਕਰੜਾ ਜਵਾਬ ਦਿੱਤਾ ਹੈ। ਕੁਛ ਲੋਕਾਂ ਦਾ ਕਹਿਣਾ ਹੈ ਕਿ ਦਸਮ ਗ੍ਰੰਥ ਵਿੱਚ ਦੇਵੀ ਦੇਵਤਿਆਂ ਦਾ ਜ਼ਿਕਰ ਹੈ, ਉਹਦੇ ਵਿੱਚ ਜਿਹੜੇ ਚਰਿੱਤਰ ਆਏ ਉਹਦੇ ਸ਼ਬਦਾਵਲੀ ਠੀਕ ਨਹੀਂ ਹੈ, ਔਰ ਕੁਛ ਲੋਕਾਂ ਦਾ ਕਹਿਣਾ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਇਹਦਾ ਪ੍ਰਕਾਸ਼ ਨਹੀਂ ਹੋ ਸਕਦਾ। ਦਸ ਕੁਛ ਮਿੰਟਾਂ 'ਚ ਆਪਦੇ ਸਾਹਮਣੇ ਇਹ ਤਿੰਨ ਪ੍ਰਸ਼ਨ ਇਹਨਾਂ ਦੇ ਰੱਖ ਰਿਹਾ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਦਸਮ ਗ੍ਰੰਥ ਵਿੱਚ ਦੇਵੀ ਦੇਵਤਿਆਂ ਦੀ ਬਾਣੀ ਆਈ ਹੈ, ਉਹਨਾਂ ਦਾ ਜ਼ਿਕਰ ਆਇਆ ਹੈ, ਅਤੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਉਹਨਾਂ ਦਾ ਜ਼ਿਕਰ ਕਿਉਂ ਆਇਆ ਹੈ। ਉਹ ਜ਼ਿਕਰ ਇਸ ਕਰਕੇ ਆਇਆ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਪਿਛਲੇ ਯੁਗਾਂ 'ਚ ਇਹਨਾਂ ਦੇਵੀ ਦੇਵਤਿਆਂ ਨੇ ਕਿਸ ਤਰ੍ਹਾਂ ਦੇ ਜੰਗ ਯੁੱਧ ਕੀਤੇ, ਅਤੇ ਮੇਰੇ ਬਾਅਦ ਮੇਰੇ ਖਾਲਸਾ ਨੂੰ ਇਹ ਤਰੀਕਾ ਕੌਣ ਦੱਸੇਗਾ। ਉਹ ਤਰੀਕਾ ਉਹਨਾਂ ਨੇ ਸਾਨੂੰ ਉਹਨਾਂ ਦੇ ਰਾਹੀਂ, ਉਹਨਾਂ ਦੇ ਜੰਗ ਯੁੱਧਾਂ ਦੇ ਤਰੀਕੇ ਦੇ ਰਾਹੀਂ ਸਾਨੂੰ ਇਸ ਦਸਮ ਗ੍ਰੰਥ ਵਿੱਚ ਲਿਖ ਕੇ ਦਿੱਤਾ ਹੈ। ਇੱਕ ਛੋਟਾ ਜਿਹਾ ਐਗਜ਼ਾਮਪਲ ਆਪ ਜੀ ਦੇ ਸਾਹਮਣੇ ਰੱਖ ਰਿਹਾ। ਕੁਛ ਸਾਲ ਪਹਿਲਾਂ ਆਪ ਜੀ ਨੇ ਸੁਣਿਆ ਕਿ ਸੱਦਾਮ ਹੁਸੈਨ ਇਰਗੇ, ਬਿਲ ਕਲਿੰਟਨ ਨੇ ਬੜੀ ਚਾਲਾਕੀ ਨਾਲ ਇਰਾਕ ਨੂੰ ਹਰਾਇਆ, ਸੱਦਾਮ ਹੁਸੈਨ ਨੂੰ ਪਕੜ ਲਿਆ, ਉਹਨੂੰ ਫਾਂਸੀ ਦਿੱਤੀ। ਮੈਂ ਉਸ ਵੇਲੇ ਇਸ ਜੰਗ ਨੂੰ, ਇਸ ਯੁੱਧ ਨੂੰ ਟੀਵੀ 'ਤੇ ਵੇਖਿਆ, ਅਖਬਾਰਾਂ ਵਿੱਚ ਪੜ੍ਹਿਆ ਮੈਂ ਇਹਨੂੰ, ਅਤੇ ਇਸ ਗੱਲ ਨੂੰ ਜੇ ਆਉਣ ਵਾਲੀ ਜਨਰੇਸ਼ਨ ਨੂੰ ਮੈਨੂੰ ਸੁਣਾਉਣਾ ਹੋਵੇ ਤਾਂ ਮੈਂ ਕਿਸ ਤਰ੍ਹਾਂ ਇਹਦਾ ਜ਼ਿਕਰ ਕਰਾਂਗਾ ਕਿ ਬਿਲ ਕਲਿੰਟਨ ਨੇ ਕਿਸ ਚਲਾਕੀ ਨਾਲ ਸੱਦਾਮ ਹੁਸੈਨ ਉੱਪਰ ਅਟੈਕ ਕੀਤਾ। ਉਹਨਾਂ ਦਿਨਾਂ ਵਿੱਚ ਮੈਂ ਪੜ੍ਹਿਆ ਸੀ ਕਿ ਪਲੇਨ ਨੇ ਜਿਸ ਤਰ੍ਹਾਂ ਬੰਬਾਰੀ ਇਰਾਕ ਉੱਪਰ ਕੀਤੀ, ਇਤਿਹਾਸ ਵਿੱਚ ਦਰਜ ਹੈ ਕਿ ਇਸ ਤੋਂ ਪਹਿਲਾਂ ਕਦੇ ਨਹੀਂ ਹੋਈ ਇਸ ਤਰ੍ਹਾਂ ਦੀ ਬੰਬਾਰੀ ਇਰਾਕ ਉੱਪਰ ਕੀਤੀ ਗਈ, ਔਰ ਬੜੀ ਚਲਾਕੀ ਨਾਲ ਇਹ ਕੰਮ ਕੀਤਾ ਗਿਆ। ਇਹ ਗੱਲ ਮੈਂ ਜੇ ਕਿਸੇ ਨੂੰ ਸੁਣਾਉਣੀ ਹੈ ਆਉਣ ਵਾਲੀ ਜਨਰੇਸ਼ਨ ਨੂੰ, ਪਨੀਰੀ ਨੂੰ, ਤਾਂ ਮੈਂ ਕੀ ਕਰਾਂਗਾ, ਮੈਂ ਇਸ ਗੱਲ ਨੂੰ ਕਿਸੇ ਆਪਣੀ ਰਚਨਾ ਵਿੱਚ ਇਹ ਗੱਲ ਮੈਂ ਲਿਖ ਦਿਆਂਗਾ, ਕਿਸ ਕਿਤਾਬ ਵਿੱਚ ਲਿਖ ਦਿਆਂਗਾ, ਤਾਂ ਕਿ ਆਉਣ ਵਾਲੀ ਜਨਰੇਸ਼ਨ ਇਹਨੂੰ ਪੜ੍ਹ ਸਕੇ, ਕਿਉਂਕਿ ਮੈਂ ਤਾਂ ਰਹਿਣਾ ਨਹੀਂ ਹੈ, ਮੇਰੇ ਬਾਅਦ ਇਹ ਗੱਲ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਅਤੇ ਪਿਛਲੇ ਯੁਗਾਂ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਟੋਬਾਇਓਗ੍ਰਾਫੀ ਵਿੱਚ, ਆਪਣੀ ਆਤਮ ਕਥਾ ਵਿੱਚ ਲਿਖਿਆ ਦਸਮ ਗ੍ਰੰਥ ਵਿੱਚ ਕਿ ਮੈਂ ਪਿਛਲੇ ਯੁਗਾਂ 'ਚ ਤਪੱਸਿਆ ਕੀਤੀ ਹੈ, ਔਰ ਜਦ ਮੈਂ ਤਪੱਸਿਆ ਕਰ ਰਿਹਾ ਸੀ ਇਹਨਾਂ ਸਾਰਿਆਂ ਨੂੰ ਮੈਂ ਦੇਖਿਆ ਹੈ ਕਿ ਸੰਸਾਰ ਵਿੱਚ ਆ ਕੇ ਇਹਨਾਂ ਨੇ ਕਿਹੜੇ ਕਿਹੜੇ ਕੰਮ ਕੀਤੇ ਆ, ਕਿਸ ਤਰ੍ਹਾਂ ਦੇ ਜੰਗ ਯੁੱਧ ਕੀਤੇ ਆ, ਅਤੇ ਜੋ ਕੁਝ ਗੁਰੂ ਸਾਹਿਬ ਨੇ ਦੇਖਿਆ ਸੀ ਪਿਛਲੇ ਯੁਗਾਂ 'ਚ, ਉਹ ਸਾਰੀ ਰਚਨਾ ਇਹਨਾਂ ਨੇ ਦਸਮ ਗ੍ਰੰਥ ਵਿੱਚ ਲਿਖੀ ਹੈ। ਇਸ ਕਰਕੇ ਕਿ ਆਉਣ ਵਾਲੀ ਜਨਰੇਸ਼ਨ ਨੂੰ, ਸਾਡੇ ਖਾਲਸਾ ਪੰਥ ਨੂੰ ਉਹਨਾਂ ਜੰਗਾਂ ਯੁੱਧਾਂ ਬਾਰੇ ਦੱਸਿਆ ਜਾ ਸਕੇ, ਉਹਨਾਂ ਨੂੰ ਪਤਾ ਦਿੱਤਾ ਜਾ ਸਕੇ। ਸਿਰਫ ਇਹ ਮਨੋਰਥੀ ਗੁਰੂ ਸਾਹਿਬ ਦਾ, ਇਹਨੂੰ ਬੜੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਕਿ ਗੁਰੂ ਸਾਹਿਬ ਨੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਹੈ, ਚੰਡੀ ਦੀ ਪੂਜਾ ਕੀਤੀ ਹੈ। ਜੇ ਮੈਂ ਬਿਲ ਕਲਿੰਟਨ ਬਾਰੇ ਕੁਛ ਲਿਖ ਕੇ ਜਾਵਾਂਗਾ ਕਿ ਇਹਨੇ ਇਰਾਕ ਉੱਪਰ ਇਸ ਤਰ੍ਹਾਂ ਅਟੈਕ ਕੀਤਾ, ਇਸ ਤਰ੍ਹਾਂ ਸੱਦਾਮ ਨੂੰ ਫੜਿਆ, ਫਾਂਸੀ ਦਿੱਤੀ, ਅਤੇ ਕੀ ਮੈਂ ਬਿਲ ਕਲਿੰਟਨ ਦੀ ਪੂਜਾ ਕਰ ਰਿਹਾ? ਕਦੇ ਵੀ ਨਹੀਂ ਹੋ ਸਕਦਾ ਹੈ। ਮੈਂ ਇਹ ਜਾਣਕਾਰੀ ਦੇ ਰਿਹਾ ਕਿ ਇਸ ਤਰ੍ਹਾਂ ਦੇਵੀ ਦੇਵਤਿਆਂ ਨੇ, ਚੰਡੀ ਨੇ ਇਸ ਤਰ੍ਹਾਂ ਯੁੱਧ ਕੀਤਾ ਹੈ। ਮਨ ਤੇ ਤਨ ਤੇਜ ਚੱਲਿਓ ਜਦ ਮਾਕਤ ਹੋ। ਦੁਨੀਆ ਵਿੱਚ ਸਾਇੰਸਦਾਨਾਂ ਨੇ ਜੇ ਸਪੀਡ ਦੱਸੀ ਹੈ ਤੇ ਉਹ ਸਪੀਡ ਦੱਸੀ ਹੈ ਲਾਈਟ ਦੀ, ਸਪੀਡ ਆਫ ਲਾਈਟ ਸਭ ਤੋਂ ਜ਼ਿਆਦਾ ਸਪੀਡ ਹੈ, ਤੇ ਗੁਰੂ ਸਾਹਿਬ ਕਹਿੰਦੇ ਮੈਂ ਉਸ ਸਪੀਡ ਨੂੰ ਨਹੀਂ ਮੰਨਦਾ। ਉਸ ਤੋਂ ਵੀ ਜ਼ਿਆਦਾ ਸਪੀਡ ਹੈ ਕਿਸੇ ਦੀ, ਤੇ ਗੁਰੂ ਸਾਹਿਬ ਕਹਿੰਦੇ ਹਨ ਉਹ ਸਾਡੇ ਮਨ ਦੀ ਸਪੀਡ ਹੈ। ਹੁਣ ਤੁਸੀਂ ਇੱਥੇ ਬੈਠੇ ਹੋ ਪਟਨਾ ਸਾਹਿਬ,
ਪੰਜਾਬ ਸਾਡਾ ਕਿੰਨੀ ਦੂਰ ਹੈ। ਮੇਰੇ ਕਹਿਣ ਤੋਂ ਪਹਿਲਾਂ ਤੁਹਾਡਾ ਮਨ ਤੁਹਾਡੇ ਘਰ ਦੇ ਦਰਸ਼ਨ ਕਰ ਰਿਹਾ, ਹੁਣ ਦੇਖ ਰਹੇ ਹੋ ਤੁਸੀਂ ਤੁਹਾਡਾ ਘਰ ਕਿੱਥੇ ਹੈ, ਤੁਸੀਂ ਕਿੱਥੋਂ ਆਏ ਹੋ, ਕਿੰਨਾ ਕੁ ਟਾਈਮ ਲੱਗਿਆ ਹੋਣਾ ਇਸ ਗੱਲ ਨੂੰ। ਅਤੇ ਗੁਰੂ ਸਾਹਿਬ ਇੱਥੇ ਜ਼ਿਕਰ ਕਰ ਰਹੇ ਕਿ ਸਾਡਾ ਜਿਹੜਾ ਮਨ ਹੈ ਉਹਦੀ ਸਪੀਡ ਬਹੁਤ ਜ਼ਿਆਦਾ ਹੈ, ਪਰ ਇਹ ਜਿਹੜੀ ਚੰਡਕਾ ਹੈ ਲੱਖਾਂ ਰਾਕਸ਼ਸਾਂ ਨੂੰ ਇਹ ਮਾਰ ਰਹੀ ਹੈ, ਅਤੇ ਇਹਦੀ ਸਪੀਡ ਕਿੰਨੀ ਕੁ ਚਾਹੀਦੀ ਹੈ। ਅਤੇ ਗੁਰੂ ਸਾਹਿਬ ਕਹਿ ਰਹੇ ਉਹਦਾ ਸਰੀਰ ਜਿਹੜਾ ਹੈ ਉਹ ਮਨ ਦੀ ਸਪੀਡ ਤੋਂ ਵੀ ਜ਼ਿਆਦਾ ਉਹਦੀ ਤੇਗ ਚੱਲ ਰਹੀ, ਉਹਦੀ ਤਲਵਾਰ ਚੱਲ ਰਹੀ ਹੈ। ਮਨ ਅਤੇ ਤਨ ਤੇਜ਼ ਚੱਲਿਓ, ਅਤੇ ਸਾਡਾ ਵੀ ਇਹ ਫਰਜ਼ ਹੈ ਕਿ ਅਸੀਂ ਵੀ ਇਸ ਤਰ੍ਹਾਂ ਦੀ ਪ੍ਰੈਕਟਿਸ ਕਰੀਏ ਕਿ ਜਦ 10 ਲੱਖ ਫੌਜ ਤੁਹਾਡੇ ਸਾਹਮਣੇ ਹੈ ਤਾਂ ਤੁਸੀਂ ਕਿਸ ਤਰ੍ਹਾਂ ਜੰਗ ਕਰੋਗੇ। ਅਤੇ ਇਹ ਸਾਨੂੰ ਗੁਰੂ ਸਾਹਿਬ ਨੇ ਇਹਦੇ ਵਿੱਚ ਸਮਝਾਇਆ ਹੈ। ਅਤੇ ਜਿਹੜੀ ਸ਼ਬਦਾਵਲੀ ਵਾਲੀ ਗੱਲ ਕਰ ਰਹੇ ਹਾਂ ਉਹ ਸ਼ਬਦਾਵਲੀ ਜਿਹੜੀ ਹੈ ਆਪਣੀ ਵਿਚਾਰਧਾਰਾ ਨਾਲ ਜੋ ਸਾਡੇ ਅੰਦਰ ਹੈ ਉਹ ਇਸ ਬਾਹਰ ਨਿਕਲਦਾ ਹੈ। ਗੁਰੂ ਸਾਹਿਬ ਦੇ ਜਿਹੜੇ ਬਚਨ ਲਿਖੇ ਹੋਏ ਹਨ ਚਰਿੱਤਰਾਂ ਬਾਰੇ, ਉਹ ਜਿਹੜੀ ਸ਼ਬਦਾਵਲੀ ਸਾਡੇ ਅੰਦਰ ਭੱਦੀ ਸ਼ਬਦਾਵਲੀ ਹੈ ਉਹੀ ਅਸੀਂ ਬਾਹਰ ਲੋਕਾਂ ਨੂੰ ਦੇ ਰਹੇ। ਉਹਦੇ ਵਿੱਚ ਵੀ ਸਾਨੂੰ ਸਮਝਾਇਆ ਗਿਆ ਹੈ ਕਿ ਆਪਣੀ ਨਾਰੀ ਤੋਂ ਇਲਾਵਾ ਹੋਰ ਕਿਸੇ ਪਰ ਨਾਰੀ ਨਾਲ ਕੋਈ ਸੰਬੰਧ ਨਾ ਰੱਖੋ, ਇਸੇ ਕਰਕੇ ਉਹ ਚਰਿੱਤਰ ਲਿਖੇ ਗਏ ਹਨ। ਰਹੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਦਸਮ ਗ੍ਰੰਥ ਦੇ ਪ੍ਰਕਾਸ਼ ਦੀ ਗੱਲ, ਜਿਹੜੀ ਹਰਿਮੰਦਰ ਪਟਨਾ ਸਾਹਿਬ ਹੈ, ਸ੍ਰੀ ਹਜ਼ੂਰ ਸਾਹਿਬ ਹੈ, ਨੈਣ ਸਿੰਘ ਜਥੇਬੰਦੀਆਂ ਵਿੱਚ ਵੀ ਹੈ, ਅਤੇ ਉਹਦਾ ਇੱਕੋ ਇੱਕ ਕਾਰਨ ਹੈ ਕਿ ਜਿਹੜੇ ਸਾਡੇ ਹਿੰਦੂ ਵੀਰ ਨੇ ਉਹਨਾਂ ਨੂੰ ਪੁੱਛੋ ਕਿ ਉਹਨਾਂ ਦੇ ਵਿੱਚੋਂ 4 ਵੇਦ ਕਿੱਥੇ ਗਏ, 27 ਸਿਮਰਤੀਆਂ ਕਿੱਥੇ ਗਈਆਂ ਹਨ, ਅਤੇ 18 ਪੁਰਾਣ ਕਿੱਥੇ ਗਏ। ਉਹਨਾਂ ਨੂੰ ਸਿਰਫ ਉਹਨਾਂ ਦੇ ਨਾਂ ਵੀ ਲੈਣੇ ਹੋਣ ਨਾ, ਅਤੇ ਕਿਸੇ ਨੂੰ ਪਤਾ ਨਹੀਂ ਕਿ ਸਾਡੇ ਪੁਰਾਣਾਂ ਦਾ ਕੀ ਨਾਮ ਹੈ, ਸਿਮਰਤੀਆਂ ਦਾ ਕੀ ਨਾਮ ਹੈ। ਕਿਉਂ ਹੋਇਆ ਇਸ ਤਰ੍ਹਾਂ? ਕਿਉਂਕਿ ਉਹਨਾਂ ਨੇ ਉਹਨਾਂ ਦੇ ਗ੍ਰੰਥਾਂ ਦਾ ਪ੍ਰਕਾਸ਼ ਨਹੀਂ ਕੀਤਾ। ਪ੍ਰਕਾਸ਼ ਕਰਨਾ ਹਟ ਗਿਆ, ਗ੍ਰੰਥ ਛਪਣੇ ਹਟ ਗਏ, ਗ੍ਰੰਥ ਲਿਖਣੇ ਖਤਮ ਹੋ ਗਏ, ਔਰ ਉਹ ਗ੍ਰੰਥ ਹੌਲੀ ਹੌਲੀ ਇਹਨਾਂ ਵਿੱਚੋਂ ਨਿਕਲ ਗਏ। ਇਹ ਸਾਡੇ ਵਿੱਚ ਵੀ ਕੋਸ਼ਿਸ਼ ਹੋ ਰਹੀ ਹੈ ਕਿ ਦਸਮ ਗ੍ਰੰਥ ਕਿਸੇ ਨਾ ਕਿਸੇ ਤਰ੍ਹਾਂ ਖਤਮ ਕੀਤਾ ਜਾਵੇ। ਉਹਦੇ ਪ੍ਰਕਾਸ਼ ਬਾਰੇ ਇਹ ਸ਼ੰਕਾ ਕੀਤੀ ਜਾਂਦੀ ਹੈ ਕਿ ਗੁਰੂ ਸਾਡਾ ਇੱਕ ਹੈ, ਅਸੀਂ ਵੀ ਕਹਿੰਦੇ ਗੁਰੂ ਇੱਕ ਹੈ। ਹੁਣ ਵੀ ਇਕਬਾਲ ਸਿੰਘ ਜੀ ਸਾਹਿਬ ਜੀ ਨੇ ਜਿਹੜਾ ਹੁਕਮਨਾਮਾ ਜਾਰੀ ਕੀਤਾ ਹੈ ਉਹਦੇ ਵਿੱਚ ਇਹਨਾਂ ਨੇ ਕਿਹਾ ਸ੍ਰੀ ਦਸਮ ਗ੍ਰੰਥ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ। ਗੁਰੂ ਸ਼ਬਦ ਦਸਮ ਗ੍ਰੰਥ ਸਾਹਿਬ ਨਹੀਂ ਲਾਇਆ ਗਿਆ, ਉੱਥੇ ਸ੍ਰੀ ਦਸਮ ਗ੍ਰੰਥ ਕਿਹਾ ਗਿਆ। ਗੁਰੂ ਸ਼ਬਦ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨਾਲ ਲਾਇਆ ਗਿਆ, ਅਤੇ ਗੁਰੂ ਸਾਡੇ ਇੱਕੋ ਹੀ ਨੇ। ਮੈਂ ਬੇਨਤੀ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਸਿੰਘ ਵੀ ਬੈਠਿਆ ਹੁੰਦਾ ਹੈ, ਕਿ ਤੁਸੀਂ ਉਹਨਾਂ ਨੂੰ ਆਪਣਾ ਗੁਰੂ ਸਮਝਦੇ ਹੋ? ਜਿਹੜਾ ਸਿੰਘ ਚੌਰ ਕਰ ਰਿਹਾ ਹੈ ਉਹ ਚੌਰ ਬਰਦਾਰ ਨੂੰ ਕੀ ਆਪਾਂ ਉਹਨਾਂ ਨੂੰ ਆਪਣਾ ਗੁਰੂ ਸਮਝਦੇ ਹਾਂ? ਨਹੀਂ ਸਮਝਦੇ। ਸਾਨੂੰ ਪਤਾ ਹੈ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ, ਔਰ ਇਹੀ ਹੁਕਮ ਸ੍ਰੀ ਹਜ਼ੂਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਦਿੱਤਾ, ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਤੇ ਜਿਹੜਾ ਹੁਕਮਨਾਮਾ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪੰਜ ਸਿੰਘ ਸਾਹਿਬਾਨ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਜਥੇਦਾਰ ਸਾਹਿਬ ਜੀ ਨੇ ਇੱਥੇ ਐਲਾਨਿਆ ਹੈ, ਉਸ ਹੁਕਮਨਾਮੇ ਨੂੰ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਦਾਸ ਅਤੇ ਸਮੂਹ ਪੰਜ ਪਿਆਰੇ ਸਾਹਿਬਾਨ ਉਸ ਹੁਕਮਨਾਮੇ ਨੂੰ ਇੱਥੇ ਫਿਰ ਇੱਕ ਵਾਰੀ ਐਲਾਨ ਕਰਦੇ ਹਾਂ ਕਿ ਇਹ ਹੀ ਹੁਕਮਨਾਮਾ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਵੀ 2008 ਈਸਵੀ ਵਿੱਚ ਦਿੱਤਾ ਗਿਆ ਸੀ, ਅੱਜ ਫਿਰ ਇਹ ਹੁਕਮਨਾਮਾ ਇੱਥੇ ਦਿੱਤਾ ਗਿਆ ਹੈ। ਅਤੇ ਸਾਰੀ ਸੰਗਤ ਨੂੰ ਇਹ ਤਖ਼ਤਾਂ ਵੱਲੋਂ ਆਦੇਸ਼ ਦਿੱਤਾ ਜਾਂਦਾ ਹੈ ਕਿ ਇਸ ਹੁਕਮਨਾਮੇ ਉੱਪਰ ਪਹਿਰਾ ਦੇ ਕੇ ਆਪਣੀ ਰਹਿਤ ਮਰਿਆਦਾ ਨੂੰ ਬਰਕਰਾਰ ਰੱਖਣਾ ਹੈ, ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਗਿਆਨੀ ਜੋਤਿੰਦਰ ਸਿੰਘ ਜੀ, ਮੀਰ ਜਹੇਦਾਰ, ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ, ਉਹਨਾਂ ਨੇ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਭਾਵਪੂਰਤ ਵਿਚਾਰਾਂ ਅਤੇ ਖਾਸ ਸੰਕਿਆਂ ਦਾ ਸਿੱਧਾ ਜੋ ਜਵਾਬ ਹੈ ਉਹ ਦਿੱਤਾ ਹੈ, ਕਿਉਂਕਿ ਇਹ ਤਾਂ ਸਾਰਾ ਜਾਣ ਬੁੱਝ ਕੇ ਹੋ ਰਿਹਾ ਹੈ। ਇਹ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ ਹੈ, ਉਹ ਜਾਣ ਬੁੱਝ ਕੇ ਸਾਰਾ ਕੁਝ ਕਰ ਰਹੇ ਹਨ। ਇਸ ਵਾਸਤੇ ਉਹਨਾਂ ਨੂੰ ਸਮਝਾਉਣਾ ਵੀ ਜ਼ਰੂਰੀ ਹੈ। ਜੇ ਨਾ ਸਮਝਣ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦਾ ਇੱਕ ਹੁਕਮ ਹੈ ਉਹਨਾਂ ਵਾਸਤੇ, ਐਸੇ ਲੋਕਾਂ ਵਾਸਤੇ ਜਾਣ ਬੁੱਝ ਕੇ ਗਲਤ ਕੰਮ ਕਰਨ, ਉਹ ਹੈ ਮੂਰਖ ਗੰਢ ਪਵੈ ਮੋਹ ਮਾਰ, ਫਿਰ ਮੂੰਹ 'ਤੇ ਜਦੋਂ ਪੈਣ ਫਿਰ ਉਹ ਅਖੀਰਲਾ ਤਰੀਕਾ ਹੈ। ਇੱਕ ਬਚਨ ਦਾਸ ਨੂੰ ਯਾਦ ਆ ਗਿਆ, ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦਾ ਉਹ ਆਮ ਕਰਕੇ ਗੱਲ ਕਿਹਾ ਕਰਦੇ ਸਨ, ਇਹ ਖਾਲਸਾ ਜੀ ਕਿਤੇ ਵੀ ਤੁਹਾਨੂੰ ਹਲਕਿਆ ਕੁੱਤਾ ਅਤੇ ਦਸਮ ਗ੍ਰੰਥ ਦਾ ਵਿਰੋਧੀ ਮਿਲ ਜਾਏ ਉਹਦੇ ਨਾਲ ਜਵਾਬ ਸਵਾਲ ਕਰਕੇ ਐਵੇਂ ਸਮਾਂ ਬਰਬਾਦ ਨਹੀਂ ਕਰਨਾ, ਉਹ ਛਿੱਤਰ ਲਾ ਲਿਆ ਕਰੋ ਬਸ। ਜੁੱਤੀ ਦੇ ਨਾਲ ਉਹਦਾ ਜਵਾਬ ਦੇਣਾ ਛਿੱਤਰਾਂ ਦੇ ਨਾਲ, ਕਿਉਂਕਿ ਉਹ ਲਾਇਕ ਹੀ ਨਹੀਂ ਹਨ ਜਵਾਬ ਸਵਾਲ ਦੇ। ਆਓ ਹੁਣ ਅਗਲਾ ਪ੍ਰੋਗਰਾਮ, ਗਿਆਨੀ ਭਗਵਾਨ ਸਿੰਘ ਜੀ ਜੌਹਲ ਜੋ ਸਟੇਜਾਂ ਦੇ ਸ਼ਿੰਗਾਰ ਹਨ, ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਵਿਸ਼ੇਸ਼ ਕਰਕੇ ਸੱਦਿਆ ਹੈ। ਸੋ ਸਮੇਂ ਵਿੱਚੋਂ ਘਾਟ ਨਹੀਂ ਹੋਏਗੀ, ਅੱਧਾ ਘੰਟਾ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਅਤੇ ਅੱਧਾ ਘੰਟਾ ਹੀ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਦਾ ਜਿਨ੍ਹਾਂ ਨੂੰ ਸਨਮਾਨ ਹੈ, ਗਿਆਨੀ ਪਿੰਦਰਪਾਲ ਸਿੰਘ ਜੀ। ਅੱਗੇ ਥੋੜ੍ਹਾ ਸਮਾਂ ਵੱਧ ਜਾਏਗਾ, ਪਰ ਇਹ ਜਿਹੜਾ ਸਮਾਂ ਆਪਾਂ ਹਾਜ਼ਰੀ ਭਰੀ ਹੈ ਇਹ ਬਹੁਤ ਜ਼ਰੂਰੀ ਸੀ। ਸਮੇਂ ਹੋ ਸਕਦਾ ਸੀ ਜਦੋਂ ਲੱਖਾਂ ਦੀ ਗਿਣਤੀ ਵਿੱਚ, ਗਿਣਤੀ ਤੋਂ ਬਾਹਰ ਕੰਮ ਹੋਇਆ ਪਿਆ ਹੈ, ਇਤਨੀ ਸੰਗਤ ਹੈ ਜਿੱਧਰ ਮਰਜ਼ੀ ਦੇਖੋ, ਸ਼ਹਿਰ ਵਿੱਚ ਗੁਰੂ ਕੀਆਂ ਸੰਗਤਾਂ ਦਸਤਾਰਧਾਰੀ, ਉਹਨਾਂ ਦੀ ਗਿਣਤੀ ਨਹੀਂ ਆ ਰਹੀ ਅਤੇ ਬਾਕੀਆਂ ਦੀ ਤਾਂ ਵੀਹ ਕਿਸੇ ਦੀ 25 ਲੱਖ ਗਿਣਤੀ ਹੈ ਨਤਮਸਤਕ ਹੋਣ ਦੀ। ਐਸਾ ਭਾਰੀ ਇਕੱਠ, ਇਤਨਾ ਵੱਡਾ ਪਿਆਰ ਦਸ਼ਮੇਸ਼ ਪਿਤਾ ਵਾਸਤੇ ਜਜ਼ਬਾ ਇਹ ਦਾਸ ਨੇ ਆਪਣੇ ਜੀਵਨ ਦੇ ਵਿੱਚ ਪਹਿਲੀ ਵਾਰ ਵੇਖਿਆ ਹੈ। ਸੋ ਸਤਿਗੁਰੂ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਅਤੇ ਪਾਵਨ ਗੋਦ ਵਿੱਚ ਜੁੜੀ ਹੋਈ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਅਦਬ ਅਤੇ ਸਤਿਕਾਰ ਨਾਲ ਗੁਰਫਤਿਹ ਅਰਜ਼ ਕਰ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨੇ ਤੁਹਾਡੇ 'ਤੇ ਨਦਰ ਰਹਿਮਤ ਕੀਤੀ ਹੈ। ਮੇਰੇ ਸਰਬੰਸਦਾਨੀ ਪਿਤਾ ਜੀ ਨੇ, ਕਲਗੀਧਰ ਪਾਤਸ਼ਾਹ ਜੀ ਨੇ ਤੁਹਾਨੂੰ ਖੁਦ ਆਪਣੀ ਗੋਦ ਵਿੱਚ ਬੁਲਾਇਆ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਇਹਨਾਂ ਪੰਥਕ ਸ਼ਖਸੀਅਤਾਂ ਨੂੰ ਆਪ ਜੀ ਦੇ ਸਨਮੁੱਖ ਕਰ ਰਹੇ ਸਨ, ਔਰ ਹੁਣ ਤਾਂ ਅਗਮ ਚੱਲਿਆ ਇਹ ਸਾਰਾ, ਸਾਰੀਆਂ ਹੀ ਸੰਪਰਦਾਵਾਂ ਉਹਨਾਂ ਦੀ ਹਾਜ਼ਰੀ ਵਿੱਚ ਚੱਲਿਆ। ਮੈਂ ਇੱਕ ਬੇਨਤੀ ਕਰਾਂਗਾ ਆਪ ਜੀ ਨੂੰ ਕਿ ਅੱਜ ਦਾ ਉਹ ਦਿਨ ਇਤਿਹਾਸਿਕ ਦਿਨ ਹੈ ਜਿਸ ਦਿਨ 350 ਸਾਲ
ਉਸ ਦਸ਼ਮੇਸ਼ ਪਿਤਾ ਸਰਵਸਥਾਨੀ ਪਿਤਾ ਜੀ ਦੇ ਨਾਲ ਤੁਸੀਂ ਆਪਣੀ ਸਾਂਝ ਬਣਾਉਣ ਆਏ ਹੋ, ਪਰ ਮੈਂ ਬੇਨਤੀ ਕਰਾਂ ਤੁਹਾਡੇ ਨਾਲੋਂ ਵੱਧ ਲਾਹਾ ਖੱਟ ਗਏ ਨੇ ਇੱਥੋਂ ਦੇ ਸੀਐਮ ਸਾਹਿਬ ਨਿਤਿਸ਼ ਕੁਮਾਰ ਜੀ, ਜਿਨ੍ਹਾਂ ਨੇ ਉਸ ਮਾਨਯੋਗ ਸ਼ਖਸੀਅਤ ਨੇ ਏਡਾ ਵੱਡਾ ਮਾਨ ਸਿੱਖ ਪੰਥ ਨੂੰ ਦਿੱਤਾ ਹੈ ਜਿਹੜਾ ਇਤਿਹਾਸ ਵਿੱਚ ਬਹੁਤ ਘੱਟ ਮਿਲਿਆ ਸਾਨੂੰ ਵੇਖਣ ਨੂੰ, ਔਰ ਇਹ ਜਿਹੜੀਆਂ ਗੱਲਾਂ ਨੇ ਇਤਿਹਾਸ ਦਾ ਇੱਕ ਹਿੱਸਾ ਹੋਇਆ ਕਰਦੀਆਂ ਨੇ। ਕਦੇ 350 ਸਾਲ ਬਾਅਦ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਪ੍ਰਕਾਸ਼ ਪੁਰਬ ਜਿੱਥੇ ਸਮੁੱਚੇ ਖਾਲਸਾ ਪੰਥ ਨੇ ਮਨਾਇਆ, ਉੱਥੇ ਇਕੱਲੀ ਬਿਹਾਰ ਸਰਕਾਰ ਨਹੀਂ ਦੂਜੀਆਂ ਸਰਕਾਰਾਂ ਨੂੰ ਵੀ ਪ੍ਰੇਰਿਤ ਕੀਤਾ ਕਿ ਆਓ ਉਸ ਕਲਗੀਧਰ ਪਾਤਸ਼ਾਹ ਦੇ ਦਿੱਤੇ ਹੋਏ ਆਪਣੇ ਸਰਵੰਸ ਪ੍ਰਤੀ ਆਪਣੀ ਸ਼ਰਧਾ ਆਪਣਾ ਸਤਿਕਾਰ ਪ੍ਰਗਟ ਕਰੀਏ। ਸੋ ਮੈਂ ਬੜੇ ਅਦਬ ਨਾਲ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਬੀਬੀ ਕੌਲਾਂ ਵਾਲੇ ਅੰਮ੍ਰਿਤਸਰ ਤੋਂ, ਜਿਨ੍ਹਾਂ 'ਤੇ ਬੜੀ ਨਜ਼ਰੇ ਰਹਿਮਤ ਹੈ, ਬਖਸ਼ਿਸ਼ ਹੈ। ਮੈਂ ਰਾਤ ਦੇ ਦੀਵਾਨ ਵਿੱਚ ਵੀ ਇਹ ਗੱਲ ਆਖੀ ਸੀ ਕਿ ਉਹਨਾਂ 'ਤੇ ਉਹਨਾਂ ਨੇ ਥੋੜ੍ਹਾ ਸਮਾਂ ਪਹਿਲਾਂ ਸਰਬੱਤ ਦੇ ਭਲੇ ਲਈ ਵੱਡੀ ਵੱਡੀ ਗਿਣਤੀ ਵਿੱਚ ਦੂਸਰੀਆਂ ਸਟੇਟਸ ਵਿੱਚੋਂ ਸੰਗਤ ਨੂੰ ਲੈ ਕੇ ਅਰਦਾਸ ਬੇਨਤੀ ਕਰਕੇ ਗਏ ਨੇ ਸਾਹਿਬ ਕਮਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ, ਜਿੱਥੇ ਮੈਂ ਪ੍ਰਬੰਧਕ ਕਮੇਟੀ ਦਾ, ਆਈਆਂ ਹੋਈਆਂ ਇਹਨਾਂ ਧਾਰਮਿਕ ਸ਼ਖਸੀਅਤਾਂ ਦਾ, ਸਿੱਖ ਸ਼ਖਸੀਅਤਾਂ ਦਾ, ਨਿਹੰਗ ਸਿੰਘ ਜਥੇਬੰਦੀਆਂ ਦਾ, ਨਾਨਕਸਰ ਸੰਪਰਦਾਇ, ਰਾੜਾ ਸਾਹਿਬ ਸੰਪਰਦਾਇ, ਸੇਵਾ ਪੰਥੀ ਔਰ ਨਿਰਮਲ ਸੰਪਰਦਾ, ਜਿਨ੍ਹਾਂ ਨੇ ਸਮੁੱਚੇ ਰੂਪ ਵਿੱਚ ਅੱਜ ਦੀ ਹਾਜ਼ਰੀ ਭਰੀ ਹੈ, ਮੈਂ ਸਤਿਕਾਰਯੋਗ ਸਾਡੇ ਸਤਿਕਾਰਤ ਪੰਥ ਪ੍ਰਸਿੱਧ ਵਿਦਵਾਨ ਜਿਨ੍ਹਾਂ 'ਤੇ ਬੜੀ ਸਤਿਗੁਰੂ ਦੀ ਬਖਸ਼ਿਸ਼ ਹੈ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਹੋਰਾਂ ਨੂੰ ਵੀ ਜੀ ਆਇਆਂ ਆਖਦਾ, ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ 30 ਮਿੰਟ ਤੱਕ ਤੁਹਾਡੇ ਸਨਮੁੱਖ ਰਹਿਣਗੇ। ਸਾਰੇ ਜਥਿਆਂ ਨੂੰ ਬੜੇ ਅਦਬ ਨਾਲ ਬੇਨਤੀ ਕਰਾਂਗਾ ਹੁਣ ਸਮੇਂ ਦੇ ਪਾਬੰਦ ਰਹਿਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਜਦੋਂ ਪੰਥਕ ਸ਼ਖਸੀਅਤਾਂ ਪੁੱਜਦੀਆਂ ਨੇ ਤਾਂ ਸਮਾਂ ਅੱਗੇ ਪਿੱਛੇ ਹੋ ਜਾਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਸਭ ਨੇ ਆਪਣੇ ਵਿਚਾਰ ਦੇਣੇ ਹੁੰਦੇ ਨੇ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜੋਤਿੰਦਰ ਸਿੰਘ ਜੀ ਮੀਤ ਜੈਦਰ ਸ਼੍ਰੀ ਹਜ਼ੂਰ ਸਾਹਿਬ ਆਪ ਜੀ ਨੂੰ ਮੁਖਾਤਬ ਹੋ ਕੇ ਗਏ ਨੇ, ਮੈਂ ਜਿੱਥੇ ਇੱਥੋਂ ਦੀ ਪ੍ਰਬੰਧਕ ਕਮੇਟੀ ਸਟੇਜ 'ਤੇ ਸਜੀ ਬੈਠੀ ਹੈ ਉਹਨਾਂ ਨੂੰ ਵਧਾਈ ਦਿੰਦਾ। ਉੱਥੇ ਨਾਲ ਨਾਲ ਸਹਿਯੋਗੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਵੀ ਵਧਾਈ ਦਿੰਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਵੀ ਵਧਾਈ ਦਿੰਦਾ, ਔਰ ਵਿਸ਼ੇਸ਼ ਕਰਕੇ ਸ਼੍ਰੀ ਹਜ਼ੂਰ ਸਾਹਿਬ ਦੇ ਉਸ ਬੋਰਡ ਨੂੰ ਔਰ ਸਮੁੱਚੀਆਂ ਸਟੇਟਸ ਦੀਆਂ ਸਿੱਖ ਸੰਗਤਾਂ ਨੂੰ ਵਧਾਈ ਦਿੰਦਾ ਹੋਇਆ ਸਮੁੱਚੀ ਦੁਨੀਆ ਵਿੱਚ ਇਹ ਪ੍ਰੋਗਰਾਮ ਜਾ ਰਿਹਾ, ਔਰ ਜਿਨ੍ਹਾਂ ਦੇਸ਼ਾਂ ਵਿੱਚ ਇਹ ਪ੍ਰੋਗਰਾਮ ਵੇਖਿਆ ਜਾ ਰਿਹਾ ਸਿੱਧਾ ਟੀਵੀ ਪ੍ਰਸਾਰਣ ਰਾਹੀਂ, ਉਹਨਾਂ ਨੂੰ ਘਰ ਬੈਠਿਆਂ ਨੂੰ ਵਧਾਈ ਦਿੰਦਾ ਕਿ ਤੁਸੀਂ ਗੁਰੂ ਚਰਨਾਂ ਨਾਲ ਇਸੇ ਤਰ੍ਹਾਂ ਜੁੜੇ ਰਹੋ ਔਰ ਸਿੱਖ ਸਿਧਾਂਤਾਂ ਦੇ ਪਹਿਰੇ ਦਿੰਦੇ ਹੋਏ ਆਪਣਾ ਜੀਵਨ ਬਤੀਤ ਕਰੋ। ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਲਈ ਇੱਕ ਜੈਕਾਰਾ ਬੁਲਾਵਾਂਗੇ, ਨਾਲ ਹੀ ਕੀਰਤਨ ਆਰੰਭ ਹੋ ਜਾਏਗਾ ਜੀ। ਬੋਲੇ ਸੋ ਨਿਹਾਲ। ਮੈਂ ਇੱਕ ਬੇਨਤੀ ਕਰਾਂਗਾ ਕਿ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਉੱਥੋਂ ਦੀ ਸਿੱਖ ਸੰਗਤ ਨੇ ਇੱਕ ਬੇਨਤੀ ਕੀਤੀ ਤੁਹਾਨੂੰ, ਸੰਗਤ ਨੂੰ, ਪੰਜਾਬ ਦੀ ਸੰਗਤ ਨੂੰ, ਹਰਿਆਣੇ ਦੀ ਸੰਗਤ ਨੂੰ, ਜਿਨ੍ਹਾਂ ਨੇ ਆਪਣੀਆਂ ਲਾ ਕੇ ਸਭ ਨੂੰ ਛਕਾ ਕੇ ਭੇਜਾਂਗੇ, ਔਰ ਸਾਰੀ ਸੰਗਤ ਨੂੰ ਬੇਨਤੀ ਹੈ, ਬੜੇ ਪਿਆਰ ਦੇ ਨਾਲ ਉਹਨਾਂ ਨੇ ਗੁਰੂ ਘਰ ਲੰਗਰ ਲਾ ਕੇ ਬੈਠੀ ਹੈ ਕਾਨਪੁਰ ਦੀ ਸੰਗਤ ਚੱਕਰਪੁਰ, ਔਰ ਉਹਨਾਂ ਨੇ ਬੇਨਤੀ ਕੀਤੀ ਹੈ ਸਾਰੀ ਸੰਗਤ ਨੂੰ ਸਾਡੇ ਕੋਲ ਰੋਕ ਕੇ ਜਾਇਓ, ਸਾਰੇ ਸਿੰਘ ਸਾਹਿਬਾਨ ਨੂੰ ਵੀ ਜਿਹੜੇ ਬਾਈਕਾਰ ਆਏ ਨੇ
ਜਾਂ ਆਪਣੀਆਂ ਬੱਸਾਂ ਰਾਹੀਂ ਆਏ ਨੇ ਜਾਂ ਕਾਰਾਂ ਰਾਹੀਂ ਆਏ ਨੇ। ਸਾਰੀ ਸਿੱਖ ਸੰਗਤ ਨੂੰ ਉਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਗੁਰੂ ਘਰ ਲੰਗਰ ਸਾਹਿਬ ਦੀ ਸੰਗਤ ਨੇ ਛੱਕ ਕੇ ਜਾਣਾ ਜੀ। ਕਾਨਪੁਰ ਦੇ ਬਾਹਰ ਨੈਸ਼ਨਲ ਹਾਈਵੇ ਦੇ ਉੱਤੇ ਹੀ ਉਹ ਲੰਗਰ ਲੱਗਾ ਹੋਇਆ। ਇਹ ਸਾਰੀ ਸੰਗਤ ਨੂੰ ਸੁਨੇਹਾ ਹੈ ਜੀ। ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਸੰਗਤ ਦੇ ਸਨਮੁਖ ਸੱਜ ਗਏ ਨੇ, ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ। ਸੋ ਆਓ ਕੀਰਤਨ ਵਿੱਚ ਜੁੜ ਜਾਈਏ ਜੀ। ਫਤਿਹ ਅਰਜ ਕਰ ਰਿਹਾ ਜੀ। ਸਟੇਜ 'ਤੇ ਦੋ ਬੜੀਆਂ ਪਿਆਰੀਆਂ ਸ਼ਖੀਤਾਂ ਸਵਾਮੀ ਜੀ ਬੈਠੇ ਨੇ, ਜਿਹੜੇ ਸਤਿਖੰਡ ਸ਼੍ਰੀ ਹਰਿਮੰਦਰ ਸਾਹਿਬ ਵੀ ਤੁਸੀਂ ਦਰਸ਼ਨ ਕਰਦੇ ਹੋ, ਔਰ ਸਤਿਗੁਰੂ ਜੀ ਦੀ ਗੋਦ ਵਿੱਚ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਤਿਖੰਡ ਸ਼੍ਰੀ ਹਰਿਮੰਦਰ ਸਾਹਿਬ ਸਜੇ ਬੈਠੇ ਨੇ। ਇਹ ਸਾਰੀਆਂ ਸ਼ਖਸੀਅਤਾਂ ਨੂੰ ਸਤਿਕਾਰ ਦਿੰਦਾ ਹੈ, ਜੀ ਆਇਆਂ ਆਖਦਾ ਹੋਇਆ ਆਓ ਕੀਰਤਨ ਵਿੱਚ ਜੁੜ ਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਟਨਾ ਸਾਹਿਬ ਦੀ ਸੰਗਤ ਬਾਜਾਂ ਵਾਲੇ ਨੂੰ ਕੀ ਕਹਿੰਦੀ ਸੀ? ਧੰਨ ਧੰਨ ਪੱਲਾ ਪ੍ਰੀਤਮ ਜੀ, ਧੰਨ ਧੰਨ ਪੱਲਾ ਪ੍ਰੀਤਮ ਜੀ। ਤੁਸੀਂ ਕੌਣ? ਸਭਨਾ ਦਰਸ਼ਨ ਕਰਿਓ ਗਨੀ ਖਾਂ ਨਬੀ ਖਾਂ ਆਪਾਂ ਵਾਰਤਾ ਆਪਾਂ ਕਿਤੇ ਦਰਸ਼ਨ ਕਰਿਓ ਪੀਰ ਭੀਖਣ ਸ਼ਾਹ ਕਿੱਡੀ ਭਾਵਨਾ ਕਿਧਰੇ ਦਰਸ਼ਨ ਕਰਿਓ ਭਾਈ ਨੰਦ ਲਾਲ ਜੀ ਕਿਧਰੇ ਦਰਸ਼ਨ ਕਰਿਓ ਪੀਰ ਬੁੱਧੂ ਸ਼ਾਹ ਮਾਇਆ ਦੇਣੀ ਸੌਖੀ ਬਸਤਰ ਦੇਣੇ ਸੌਖੇ ਸੋਨਾ ਦੇਣਾ ਸੌਖਾ ਪੁੱਤਰ ਤੇ 500 ਮੁਰੀਦ ਵਾਰ ਦੇਣਾ ਗੱਜ ਕੇ ਆਖੋ ਸਤਿਨਾਮ ਕੈਸੀ ਪੀਰ ਦੀ ਭਾਵਨਾ ਤੂੰ ਸਾਂਝਾ ਸਾਹਿਬਾ ਤੂੰ ਸਾਂਝਾ ਬਨਾਰ
ਬਸ ਹਿੰਦੂਆਂ ਇਹ ਬਿਹਾਰ 'ਚ ਨਜ਼ਰ ਆ ਰਿਹਾ ਜੀ ਦਸ ਦਿਨਾਂ ਤੋਂ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਘਰ ਘਰ ਬਾਬਾ ਦਾ ਵੀ ਹੈ ਘਰ ਘਰ ਬਾਬਾ ਸਾਨੂੰ ਤੇ ਹੁਣ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਨੇ ਸਾਡੇ ਧਰਮ ਲਈ ਕਮਾਲ ਕਰਤੀ ਆਖੋ ਸਾਹਿਬ ਹਕੀਕਤ ਬੀਤੀ ਆ ਜੀ ਉਹ ਸਾਡੇ ਲਈ ਇੰਨਾ ਲੋੜ ਹੈ ਇਹ ਬਿਹਾਰੀ ਵੀਰ ਕਹਿ ਰਹੇ ਆ ਲਿਹਾਰੀ ਗੱਡੇ ਤਗੜੇ ਰੋਹੇਲੇ ਮਾਗ ਦੇਸ਼ ਮੱਕੇ ਮਗੇਲੇ ਵੀਰ ਬੰਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ ਵਾਹਿਗੁਰੂ ਵੋਖਾ ਗੁਣ ਗਾਵੇ ਚੀਨ ਮਚੀਨ ਕੇ ਸੀਸ ਨੇ ਆਵੇ ਧੰਨ ਗੁਰੂ ਗੋਬਿੰਦ ਸਿੰਘ ਜੀ ਕੀਤੇ ਹੈ ਦੋਖ ਦੇਹ ਕੋ ਗਲਤ ਹੈ ਦਰਸ਼ਨ ਨਹੀਂ ਹੋ ਰਹੇ ਬਿਹਾਰ 'ਚ ਕਿਹੜੇ ਹਿੰਦੂ ਮੁਸਲਮਾਨ ਨਿਵਾਇਆ ਗੱਲ ਕਿੰਨੀ ਸੋਹਣੀ ਗੱਲ ਕਹੀ ਭਾਈ ਪਿੰਦਰਪਾਲ ਸਿੰਘ ਜੀ ਨੇ ਆਪਾਂ ਇੱਕ ਦੂਜੇ ਨੂੰ ਅੱਖਾਂ ਹੀ ਕੱਢਦੇ ਰਹਿ ਗਏ ਉਹ ਬਾਜੀ ਲੈ ਗਏ ਬਿਹਾਰ ਵਾਲੇ ਭਾਈ ਐਡਾ ਪਿਆਰ ਪਿਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ ਹਿੰਦੂ ਮੁਸਲਮਾਨ
ਵਾਹਿਗੁਰੂ 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 ਵਾਹਿਗੁਰੂ। ਸਾਡੇ ਪਿਤਾ ਜੀ ਅਖਾੜੇ ਲਾਉਂਦੇ ਸੀ ਕੀਰਤਨ ਦੇ। ਵਾਹਿਗੁਰੂ 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 ਸਾਡੇ ਬਸ ਗਾਲੀਏ ਗੁਣ ਹਾਂਜੀ ਸਭ ਪੰਜਾਬੀ ਤੇ ਚੜ੍ਹਦੀ ਕਲਾ ਟਾਈਮ ਟੀਵੀ ਸਿੱਖ ਚੈਨਲ ਕਾਲ ਚੈਨਲ ਫਤਿਹ ਚੈਨਲ ਸਾਰੇ ਲਾਈਵ ਖੁਸ਼ੀਆਂ ਲੈ ਰਹੇ ਆ। ਬੀਬੀ ਉਹ ਢਿੱਲੀਆਂ ਨਾ ਬਹੁਤ ਇੱਕ ਸੁਰ ਵਧਾਉਣ ਲੱਗੇ ਆ। ਐਂ ਗੱਜ ਕੇ ਆਵਾਜ਼ ਤੁਹਾਡੀ ਚੈਨਲਾਂ 'ਚ ਪਹੁੰਚਣੀ ਚਾਹੀਦੀ। ਲੱਖਾਂ ਲੋਕ ਘਰ ਬੈਠੇ ਆਨੰਦ ਮਾਣ ਰਹੇ ਆ। ਸੱਚਖੰਡ ਲੱਭਣੇ ਇਹ ਸੱਚਾਈਆਂ ਨੇ। ਹਾਂਜੀ ਸਾਹਿਬ ਕੋ ਤੇਰੀ ਇੱਥੋਂ ਦੀ ਵਾਰਤਾ ਆ ਗਿਆਨੀ ਭਗਵਾਨ ਸਿੰਘ ਜੋਹਲ ਜੀ ਆਪ ਜੀ ਨੂੰ ਸੁਣਾਉਂਦੇ ਆ। ਪੰਡਿਤ ਸ਼ਿਵ ਦੱਤ ਜੀ ਆਰਾਧਨਾ ਕਰਦੇ ਰਾਮ ਜੀ ਦੀ, ਉਹ ਲੱਡੂਆਂ ਦਾ ਪ੍ਰਸ਼ਾਦ ਰੱਖਦੇ ਆ ਤੇ ਅਰਦਾਸ ਕਰਦੇ ਭੋਗ ਲਾਓ ਭੋਗ ਲਾਓ ਕਰੀ ਪਾਤਸ਼ਾਹ। ਗੁਰੂ ਗ੍ਰੰਥ ਸਾਹਿਬ ਦੀਆਂ ਪੰਗਤੀਆਂ ਸੋਚ ਪਵਿੱਤਰ ਉਹਨਾਂ ਲਾਵੋ ਭੋਗ ਲੈ ਭੋਗ ਲਾਓ। ਸਾਡੇ ਬਾਲਾ ਪ੍ਰੀਤਮ ਆ ਚਾਰ ਸਾਢੇ ਚਾਰ ਸਾਲ ਦੇ ਲਾਗੇ ਜਾ ਕੇ ਉਮਰ, ਉਹ ਆਉਂਦੇ ਆ ਤੇ ਲੱਡੂ ਚੁੱਕ ਕੇ ਛਕਣ ਲੱਗ ਪੈਂਦੇ ਆ, ਕਦੀ ਦੌੜ ਜਾਂਦੇ ਆ ਕਦੀ ਦੂਰ ਹੋ ਜਾਂਦੇ। ਉਹ ਕਹਿੰਦੇ ਘਰਾਂ ਕੀ ਮੈਂ ਕਰਾਂ ਕੀ,
ਉਹ ਪੰਡਿਤ ਸ਼ਿਵਦੱਤ ਜੀ, ਪੰਡਿਤ ਸ਼ਿਵਦੱਤ ਜੀ ਮਾਤਾ ਗੁਜਰੀ ਜੀ ਕੋਲ ਲਾਂਭਾ ਲੈ ਕੇ ਜਾਂਦੇ। ਮਾਤਾ ਜੀ ਆ ਬਾਲਕ ਨੂੰ ਸਮਝਾ ਲਓ, ਮਾਤਾ ਜੀ ਬਾਲਕ ਨੂੰ ਸਮਝਾ ਲਓ, ਇਹ ਮੇਰਾ ਰੋਜ਼ ਪ੍ਰਸ਼ਾਦ ਝੂਠਾ ਕਰ ਜਾਂਦਾ। ਆਖੋ ਸਤਿਨਾਮ, ਇਹ ਰੋਜ਼ ਮੇਰਾ ਪ੍ਰਸ਼ਾਦ ਝੂਠਾ ਕਰ ਜਾਂਦਾ। ਔਰ ਸਾਰੀ ਸੰਗਤ ਨੂੰ ਬੇਨਤੀ, ਜੇ ਗੱਲ 'ਚੋਂ ਗੱਲ ਆ ਜਾਂਦੀ, ਸਿੱਖੀ ਭਾਵਨਾ 'ਤੇ ਖੜੀ ਹੈ। ਦਾਸ ਇਹ ਸਟੇਜ ਤੋਂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਕਰਦਾ ਕਹਿੰਦਾ, ਮਾਤਾ ਗੁਜਰੀ 'ਤੇ ਇੰਨੀ ਭਾਵਨਾ ਰੱਖਿਓ, ਉਹਨਾਂ ਵਰਗੀ ਤਪੱਸਿਆ, ਉਹਨਾਂ ਵਰਗੀ ਬੰਦਗੀ, ਉਹਨਾਂ ਵਰਗਾ ਜਪਤਾ ਵਿੱਚ ਛੋਟੀ ਗੱਲ ਨਹੀਂ। 26 ਸਾਲ ਕੁਝ ਮਹੀਨੇ ਸਾਡਾ ਪਿਓ ਗੁਰੂ ਤੇਗ ਬਹਾਦਰ ਭੋਰਿਆਂ 'ਚ ਬੈਠੇ ਹੈ। ਉਹ ਭੋਰੇ ਦਾ ਸਹਿਜ ਲਿਖਿਆ ਬਕਾਇਦਾ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ, 26 ਸਾਲ ਕੁਝ ਮਹੀਨੇ ਕੁਝ ਦਿਨ ਗੁਰੂ ਤੇਗ ਬਹਾਦਰ ਭੋਰਿਆਂ 'ਚ ਬੈਠੇ ਹੈ, ਅਤੇ ਧੰਨ ਮਾਤਾ ਗੁਜਰੀ ਜੀ ਨੇ 26 ਸਾਲ ਉਹਨੇ ਦਿਨ ਹੀ ਬਾਹਰ ਪਹਿਰਾ ਦਿੱਤਾ, ਨਾਲ ਸਿਮਰਨ ਬੰਦਗੀ ਚੱਲਦੀ ਰਹੀ, ਅਤੇ ਨਾਲ ਹਰ ਵੇਲੇ ਸੁਚੇਤ, ਅੰਦਰੋਂ ਕੋਈ ਆਵਾਜ਼ ਪੈ ਜੇ ਅਤੇ ਸੇਵਾ ਲੇਟ ਨਾ ਹੋ ਜੇ। ਆਹ ਮਾਤਾ ਸਾਡੀ, ਆਹ ਮਾਤਾ ਹੈ। ਸਟੇਜ ਤੋਂ ਮੈਂ ਗੁਰੂ ਦੀ ਕਿਰਪਾ ਨਾਲ ਕਹਿੰਦਾ, ਖਾਲਸਾ ਜੀ, ਸਾਡੇ ਬਾਜਾਂ ਵਾਲੇ ਤੇ ਪਹਾੜਾ ਡੈਮ ਹੈ ਨਾ ਜਿੱਥੋਂ ਬੱਤੀ ਆਉਂਦੀ ਆ, ਕੁਛ ਸਾਧ ਉਹ ਮੈਂ ਗੁਰੂ ਦੀ ਕਿਰਪਾ ਨਾਲ ਕਹਿੰਦਾ, ਮਾਤਾ ਗੁਜਰੀ ਜੀ ਇੰਨੇ ਵੱਡੇ ਜੇ ਦਰਗਾਹ ਦੀਆਂ ਚਾਬੀਆਂ ਮਾਤਾ ਗੁਜਰੀ ਜੀ ਕੋਲ ਜੇ, ਔਰ ਯਕੀਨ ਜਾਣਿਓ ਚਾਰੇ ਸਾਹਿਬਜ਼ਾਦੇ ਇੰਨੇ ਮਹਾਨ ਜੇ, ਦਰਗਾਹ ਦੀਆਂ ਚਾਬੀਆਂ ਚਾਰੇ ਸਾਹਿਬਜ਼ਾਦਿਆਂ ਕੋਲ ਜੇ, ਭਾਵਨਾ ਨਾਲ ਇਹਨਾਂ ਨੂੰ ਵੀ ਯਾਦ ਕਰ ਲਓ ਤੇ ਝੋਲੀਆਂ ਭਰ ਜਾਂਦੀਆਂ। ਭਾਵਨਾ ਦੀ ਲੋੜ ਹੈ, ਬਹੁਤ ਘਾਲਣਾ ਮਾਤਾ ਜੀ ਦੀ, ਬਹੁਤ ਬਸ ਮਾਰਤੀ ਕਰਨ ਲੱਗੇ ਹਾਂ ਜੀ। ਪੰਡਿਤ ਸ਼ਿਵਜਾ ਜੀ ਲਾਂਭਾ ਲੈ ਕੇ ਚਲੇ ਗਏ, ਬਾਲਕ ਨੂੰ ਸਮਝਾ ਲਓ ਮਾੜਾ ਜਿਹਾ ਵੀਰਸ ਵੀ, ਇਹ ਰੋਜ਼ ਮੇਰਾ ਪ੍ਰਸ਼ਾਦ ਝੂਠਾ। ਅਤੇ ਸਾਡੇ ਪਿਤਾ ਜੀ ਖੇਡਦੇ ਖੇਡਦੇ ਆ ਗਏ ਅੰਦਰ, ਅਤੇ ਮਾਤਾ ਜੀ ਕਹਿੰਦੇ ਵੀ ਆਹ ਤੁਹਾਡੀ ਸ਼ਿਕਾਇਤ ਲਾ ਰਹੇ, ਤੁਸੀਂ ਪ੍ਰਸ਼ਾਦ ਝੂਠਾ ਕਰ ਦਿੰਦੇ ਹੋ ਇਹਨਾਂ ਦਾ। ਹੁਣ ਜਰਾ ਉਹ ਸੀਨ ਵੇਖੋ, ਅੱਜ ਦਰਸ਼ਨ ਕਰੋ, ਬਾਲਾ ਫਰੀਦ ਐ ਦੁਮਾਲਾ ਸਜਾਇਆ। ਭਾਈ ਵੀਰ ਸਿੰਘ ਲਿਖਦੇ ਆ, ਛੋਟੇ ਹੁੰਦੇ ਹੀ 100-125 ਛੋਟੀ ਉਮਰ ਦੀ ਫੌਜ ਨਾਲ ਹੀ ਹੁੰਦੀ ਸੀ। ਆਖੋ ਸਾਧਨਾ, ਨਿੱਕੀ ਜੀ ਕਮਾਨ, ਨਿੱਕੇ ਨਿੱਕੇ ਤੀਰ ਹੱਥ 'ਚ, ਕਈ ਵਾਰੀ ਲਾਡ 'ਚ ਕਹਿੰਦੇ ਸੀ ਮਾਤਾ ਜੀ ਸਾਡੀ ਫੌਜ ਆਈ ਹੈ, ਲੰਗਰ ਤਿਆਰ ਕਰੋ। ਛੋਟੇ ਹੁੰਦੇ ਹੀ ਫੌਜਾਂ ਨਾਲ ਜਿਹੜੀਆਂ ਡਿਊਟੀਆਂ ਵੱਡੇ ਹੋ ਕੇ ਦੇਣੀ ਹੈ, ਅਤੇ ਮਾਤਾ ਜੀ ਨੇ ਵੀ ਹੱਥ ਜੋੜਨੇ, ਪੁੱਤਰ ਜੀ ਹੁਣੇ ਤਿਆਰ ਕਰ ਦੇਣੀ ਹੈ। ਕਿਉਂ, ਮਾਮਾ ਕਿਰਪਾਲ ਚੰਦ ਜੀ ਨੇ ਕਿਹਾ ਸੀ, ਮਾਤਾ ਜੀ ਇਹ ਬਾਲਕ ਆਮ ਨਹੀਂ, ਕੋਈ ਮੁੱਖ 'ਚੋਂ ਬਚਨ ਕਰੇ ਅਤੇ ਕੋਸ਼ਿਸ਼ ਕਰਨੀ ਆਪਾਂ ਸਾਰਿਆਂ, ਸਾਡੀ ਹਾਜ਼ਰੀ ਲੱਗ ਜਾਵੇ, ਉਹ ਨਿਭਾ ਦਈਏ। ਅਤੇ ਸਮਾਪਤੀ ਕਰਨ ਲੱਗੇ ਜੀ, ਮਾਤਾ ਜੀ ਕਹਿੰਦੇ ਬੇਟਾ ਸ਼ਿਕਾਇਤ ਕਰ ਰਹੇ, ਤੁਸੀਂ ਪ੍ਰਸ਼ਾਦ ਜੂਠਾ ਕਰ ਦਿੰਦੇ ਹੋ ਇਹਨਾਂ ਦਾ। ਉਹ ਤੋਤਲੀ ਜਵਾਨ, ਉਹ ਲਾਡ ਵਾਲਾ ਪਿਆਰ, ਉਹ ਲਾਡ ਵਾਲੇ ਲਫ਼ਜ਼ ਆ ਦੂਰੋਂ ਖਲੋ ਕੇ ਕਹਿੰਦੇ, ਕਹਿੰਦੇ ਮਾਤਾ ਜੀ ਆਪੇ ਹੀ ਤਾਂ ਕਹਿੰਦਾ ਛਕੋ, ਆਪੇ ਹੀ ਤਾਂ ਕਹਿੰਦਾ ਪ੍ਰਸ਼ਾਦ ਛਕੋ, ਅਰਦਾਸਾਂ ਕਰੀ ਜਾਂਦਾ ਕਰੀ ਜਾਂਦਾ, ਆਪੇ ਹੀ ਤਾਂ ਕਹਿੰਦਾ ਛਕੋ। ਅੱਗੋਂ ਪੰਡਿਤ ਸ਼ਿਵਦੱਤ ਮਾੜਾ ਜਿਹਾ ਪਿਆਰ ਵਾਲਾ ਵੀਰ ਆ, ਮੈਂ ਤੈਨੂੰ ਥੋੜ੍ਹੀ ਕਹਿੰਦਾ ਛਕੋ, ਮੈਂ ਤਾਂ ਆਪਣੇ ਰਾਮ ਜੀ ਨੂੰ ਕਹਿੰਦਾ, ਮੈਂ ਤੈਨੂੰ ਥੋੜ੍ਹੀ ਕਹਿੰਦਾ ਛਕੋ।
ਤੇ ਸਾਡੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਪੰਡਿਤ ਜੀ ਪੰਡਿਤ ਜੀ ਕੀ ਕਿਹਾ ਜੇ, ਮੈਂ ਤੈਨੂੰ ਥੋੜੀ ਕਹਿੰਦਾ ਛਕੋ, ਤੂੰ ਝੂਠਾ ਕਰ ਜਾਣਾ ਮੇਰਾ ਭਰੀਆ, ਮੈਂ ਤਾਂ ਆਪਣੇ ਰਾਮ ਜੀ ਨੂੰ ਕਹਿੰਦਾ। ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ, ਪੰਡਿਤ ਜੀ ਇੱਕ ਵਾਰੀ ਅੱਖਾਂ ਬੰਦ ਕਰਕੇ ਖੋਲ ਕੇ ਵੇਖੋ ਸਾਡੇ ਵੱਲ। ਜਦੋਂ ਪੰਡਿਤ ਸ਼ਿਵ ਦੱਤ ਇੱਕ ਵਾਰੀ ਅੱਖਾਂ ਬੰਦ ਕਰਕੇ ਖੋਲ ਕੇ ਵੇਖਦਾ ਤੇ ਕੀ ਵੇਖਦਾ, ਜਿਹਨੂੰ ਮਨ ਚੋਨੇ ਅਰਾਧਿਆ ਹੋਇਆ ਉਸੇ ਰੂਪ ਵਿੱਚ ਬਾਲਕ ਗੋਬਿੰਦ ਰਾਏ ਉਹਨੂੰ ਦਰਸ਼ਨ ਦੇ ਰਹੇ ਨੇ ਉਸੇ ਰੂਪ ਵਿੱਚ। ਔਰਜੋਲ ਜੀ, ਭਾਈ ਵੀਰ ਸਿੰਘ ਜੀ ਨੇ ਕ੍ਰਿਸ਼ਨ ਜੀ ਲਫ਼ਜ਼ ਵੀ ਲਿਖਿਆ, ਬੁੱਧ ਲਫ਼ਜ਼ ਵੀ ਲਿਖਿਆ, ਕਿੰਨੇ ਰੂਪਾਂ 'ਚ, ਕਿੰਨੇ ਰੂਪਾਂ 'ਚ ਪੰਡਿਤ ਸ਼ਿਵ ਦੱਤ ਜੀ ਨੂੰ ਦਰਸ਼ਨ ਦਿੱਤੇ। ਉਸ ਵੇਲੇ ਫਿਰ ਪੰਡਿਤ ਸ਼ਿਵ ਦੱਤ ਜੀ ਨੇ ਮਨ ਵੇਚ ਦਿੱਤਾ, ਤੂੰ ਉਹੀ ਹੈ, ਉਹ ਇਹੋ ਜਿਹਾ ਵੇਚਿਆ ਮਨ। ਸੰਗਤ ਜੀ, ਭਾਈ ਪਿੰਦਰਪਾਲ ਸਿੰਘ ਹੋਰ ਗੁਰੂ ਕੇ ਸੁਲਝੇ ਸੇਵਕ ਭਾਈ ਵੀਰ ਸਿੰਘ, ਉਹਨਾਂ ਫਿਰ ਲਿਖਿਆ, ਜਦੋਂ ਮਹਾਰਾਜ ਚਲੇ ਗਏ ਨਾ ਆਨੰਦਪੁਰ ਸਾਹਿਬ, ਪੰਡਿਤ ਸ਼ਿਵ ਦੱਤ ਰਾਣੀ ਮੈਣੀ ਐਡੇ ਬਜ਼ੁਰਗ ਹੋ ਗਏ, ਹਾਥੀ ਤੇ ਪਾਲਕੀ 'ਚ ਬਹਾ ਕੇ ਗਏ ਰਾਣੀ ਮੈਣੀ ਨੂੰ, ਕਹਿੰਦੇ ਹੁਣ ਬਾਲਾ ਪ੍ਰੀਤਮ ਪਤਾ ਲੱਗਿਆ ਕਲਗੀਆਂ ਵਾਲਾ ਬਣ ਗਿਆ, ਆਪੋ ਸਾਥ ਹੁਣ ਬਾਲਾ ਪ੍ਰੀਤਮ ਫੌਜਾਂ ਵਾਲਾ ਬਣ ਗਿਆ, ਹੁਣ ਬਾਲਾ ਪ੍ਰੀਤਮ ਬਾਜਾਂ ਵਾਲਾ ਬਣ ਗਿਆ। ਤੇ ਗੁਰੂ ਸਾਹਿਬ ਵੀ ਆਪ ਘੋੜੇ ਤੇ ਅੱਗੇ ਮਿਲਣ ਆਏ ਵੀ ਸਾਡੇ ਬਚਪਨ ਦੇ ਪੰਡਿਤ ਸ਼ਿਵ ਦੱਤ ਜੀ ਆਏ ਨੇ, ਤੇ ਇੰਜ ਪੜਦਾ ਚੁੱਕ ਕੇ ਨਾ, ਤੇ ਉਹ ਪੁਰਾਣੀ ਛੋਟੀ ਬੋਲੀ ਬੋਲੀ, ਪੰਡਿਤ ਜੀ ਝਾ, ਆਪੋ ਸਾਥ ਪੰਡਿਤ ਜੀ ਝਾ। ਔਰ ਇਸ ਪੰਡਿਤ ਸ਼ਿਵ ਦੱਤ ਨੇ ਪੋਸੂ ਦੀ ਸਤਮੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਸੀਸ ਤੇ ਸਰੀਰ 'ਤੇ ਆ ਗਿਆ। ਔਰ ਜਿਹੜੀ ਗੱਲ ਦਾਸ ਕਹਿਣੀ ਚਾਹੁੰਦਾ, ਭਾਈ ਵੀਰ ਸਿੰਘ ਨੇ ਲਿਖੀ ਇਹ ਵੀ, ਜਦੋਂ ਮਹਾਰਾਜ ਨੇ ਝਲਕ ਵਿਖਾਈ ਨਾ ਵੇਖੋ ਸਾਡੇ ਵੱਲ, ਉਸ ਦਿਨ ਤੋਂ ਪੰਡਿਤ ਸ਼ਿਵ ਦੱਤ ਸੁਰਤੀ 'ਚ ਵੀ ਗੁਰੂ ਗੋਬਿੰਦ ਸਿੰਘ, ਹਿਰਦੇ 'ਚ ਵੀ, ਧਿਆਨ 'ਚ ਵੀ, ਅਰਾਧਨਾ 'ਚ ਵੀ, ਕੋਈ ਆ ਵੀ ਜਾਂਦਾ ਸੀ ਨਾ ਪੰਡਿਤ ਸ਼ਿਵ ਦੱਤ ਜੀ, ਪਤਾ ਲੱਗਾ ਤੁਸੀਂ ਕਿਸੇ ਦੀ ਅਰਦਾਸ ਕਰੋ ਉਹਨੂੰ ਪੁੱਤਰ ਮਿਲ ਜਾਂਦਾ, ਉਹ ਕਹਿੰਦਾ ਮੈਂ ਨਹੀਂ ਕਿਸੇ ਨੂੰ ਪੁੱਤਰ ਦਿੱਤਾ, ਮੈਂ ਬਾਲਾ ਪ੍ਰੀਤਮ ਦਾ ਧਿਆਨ ਧਰਦਾ, ਜਿਨ੍ਹਾਂ ਦੀਆਂ ਝੋਲੀਆਂ ਵੀ ਭਰ ਰਹੇ ਬਾਲਾ ਪ੍ਰੀਤਮ ਆਪ ਹੀ ਭਰ ਰਹੇ ਹੈ, ਹਾਂ ਨੇ ਸਾਡੇ ਹਰ ਰੂਪ 'ਚ ਦਰਸ਼ਨ ਦਿੱਤੇ। ਆ ਇੱਕ ਪੜ੍ਹ ਲਓ ਸਵਈਆ ਜੀ, ਸਤਿਯੁਗ ਤੈ ਮਾਣਿਓ, ਸਤਿਯੁਗ ਤੈ ਮਾਣਿਓ ਛਲਿਓ ਬਲ ਪਾਵਣ ਪਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰੀ ਵੰਸ ਕਿਰਥਾ ਰੱਖੀਓ, ਉਗਰ ਸੈਨ ਤੋਂ ਰਾਜ ਦੇ ਭਗਤੇ ਜਨ ਦੀਓ, ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ, ਹੁਣ ਜਿਹਦੇ ਲੜ ਲੱਗੇ ਉਹ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਰਾਜ ਆਬ ਚੱਲ ਅਟਲ ਆਬ ਪੁਰਖ ਪੁਰਮਾਇਓ, ਸਭਨਾ ਕਮਾ ਪਿਓ ਸਾਰ ਕਰੇ।
ਇੰਨੀ ਹਾਜ਼ਰੀ ਪ੍ਰਵਾਨ ਕਰਿਓ। ਸਾਡੇ ਵੱਡੇ ਭਾਗ ਐਡੇ ਦਰਗਾਹੀ ਸਮੇਂ 'ਚ ਹਾਜ਼ਰੀਆਂ, ਆਪ ਜੀ ਦੇ ਦਰਸ਼ਨ ਹੋਏ, ਭਾਵਨਾ ਬਣਾਇਓ, ਵਿਕ ਜਾਇਓ ਗੁਰੂ ਗੋਬਿੰਦ ਸਿੰਘ ਜੀ ਅੱਗੇ, ਰਾਣੀ ਮੈਣੀ ਵਾਂਗ, ਪੰਡਿਤ ਸ਼ਿਵ ਦੱਤ ਵਾਂਗ, ਗਨੀ ਖਾਂ ਨਬੀ ਖਾਂ ਵਾਂਗ, ਪੀਰ ਭੀਖਣ ਸ਼ਾਹ ਵਾਂਗ, ਮਹਾਰਾਜ ਮਿਹਰ ਕਰਨ, ਕਿਰਪਾ ਕਰਨ, ਭਾਵਨਾ ਦੀ ਲੋੜ ਹੈ। ਹੁਣ ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਰਾਤੀ ਫਿਰ 8-10 ਦੇ ਕਰੀਬ ਹਾਜ਼ਰੀ ਹੈ, ਅਤੇ ਸਿੰਘ ਸਾਹਿਬ ਜੀ ਨੇ ਜਿਵੇਂ ਹੁਕਮ ਲਾਇਆ, ਮੇਰੇ ਮਗਰ ਬੈਠੇ ਨੇ ਆ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਕਮੇਟੀ ਦੇ ਮੈਂਬਰ, ਔਰ ਇਹਨਾਂ ਦੇ ਵੀ ਬੜੇ ਵੱਡੇ ਭਾਗ ਕਿ ਇਹਨਾਂ ਦੇ ਇਸ ਹੋਂਦ ਵਿੱਚ ਐਡੀ ਵੱਡੀ ਸ਼ਤਾਬਦੀ, ਔਰ ਸਾਰੇ ਪਿਆਰ ਨਾਲ ਨਾਲ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਹੋਰ ਸਾਰੇ ਹੀ ਗਿਆਨੀ ਜਗਤਾਰ ਸਿੰਘ, ਇਹ ਆਪ ਜੀ ਦੀਆਂ ਅਸੀਸਾਂ ਲੈ ਰਹੇ ਨੇ। ਅਗਲਾ ਪ੍ਰੋਗਰਾਮ ਬੜੇ ਸੁਲਝੇ ਗੁਰੂ ਕੇ ਲਾਲ ਭਗਵਾਨ ਸਿੰਘ ਜੀ ਜੋਲ ਜੀ ਪਾਸੋਂ ਸਰਵਣ ਕਰੋ, ਸੀਸ ਦਿਓ ਫਤਿਹ 'ਚ। ਵਾਹਿਗੁਰੂ ਜੀ ਕਾ ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਹੋਰਾਂ ਪਾਸੋਂ ਬਾਲਾ ਪ੍ਰੀਤਮ ਦੇ ਉਹ ਜਿਹੜੇ ਨਾ ਛੇਵਾਂ ਹਿੱਸਾ ਜੀਵਨ ਦਾ ਇੱਥੇ ਬਤੀਤ ਕੀਤਾ, 42 ਸਾਲਾਂ ਵਿੱਚੋਂ 7 ਸਾਲ ਛੇਵਾਂ ਹਿੱਸਾ ਬਣਦਾ ਇਸ ਪਾਵਨ ਧਰਤੀ ਦਾ, ਉਹ ਬਾਲਾ ਪ੍ਰੀਤਮ ਦੇ ਚੋਜਾਂ ਦਾ ਜ਼ਿਕਰ ਵਾਰ ਵਾਰ ਕਰ ਰਹੇ ਸਨ। ਮੈਂ ਬੇਨਤੀ ਕਰਾਂ, ਨਾਲ ਬਿਹਾਰ ਸਰਕਾਰ ਦੀ ਗੱਲ ਕਰਦੇ ਸਨ, ਗਿਆਨ ਰਪਿੰਦਰਪਾਲ ਸਿੰਘ ਜੀ ਹੋਰਾਂ ਨੇ ਆਪ ਜੀ ਦੇ ਸਨਮੁਖ ਆਉਣਾ ਹੈ, ਸਾਡੇ ਪੰਥ ਪ੍ਰਸਿੱਧ ਵਿਦਵਾਨ ਨੇ। ਮੈਂ ਬੇਨਤੀ ਕਰਾਂ, ਰੇਲਵੇ ਸਟੇਸ਼ਨ 'ਤੇ ਨਾ ਪਟਨਾ ਸਾਹਿਬ, ਗਿਆਨੀ ਜੀ, ਕੁਝ ਹਰਿਆਣੇ ਦੀ ਸੰਗਤ ਅਤੇ ਕੁਝ ਪੰਜਾਬ ਦੀ ਪਿੰਡਾਂ ਦੀ ਸੰਗਤ, ਦੋ ਗਰੁੱਪ ਆਪਸ ਵਿੱਚ ਖਲੋਤੇ ਨੇ, ਅਤੇ ਇੱਕ ਗਰੁੱਪ ਕਹਿ ਰਿਹਾ ਇਹੋ ਹੀ ਗੁਰਦੁਆਰਾ ਹੈ, ਇੱਥੇ ਹੀ ਆਉਣਾ ਸੀ ਆਪਾਂ, ਕਿਉਂਕਿ ਲਾਈਟਿੰਗ ਹੀ ਇੰਨੀ ਕੀਤੀ ਸੀ ਰੇਲਵੇ ਸਟੇਸ਼ਨ 'ਤੇ, ਉਹਨਾਂ ਨੂੰ ਜਾਪਦਾ ਸੀ ਤਾਂ ਸ੍ਰੀ ਹਰਿਮੰਦਰ ਪਟਨਾ ਸਾਹਿਬ ਰੇਲਵੇ ਸਟੇਸ਼ਨ ਹੀ ਬਣ ਗਿਆ। ਗੱਲ ਤੇ ਸ਼ਰਧਾ ਦੀ ਹੈ ਨਾ, ਗੱਲ ਕੇਵਲ ਸ਼ਰਧਾ ਦੀ ਹੈ, ਰੇਲਵੇ ਸਟੇਸ਼ਨ 'ਤੇ ਇੰਨੀ ਵੱਡੀ ਲਾਈਟਿੰਗ ਹੋ ਜਾਣੀ ਕਿ ਮੇਰੇ ਵਰਗੇ ਸਧਾਰਨ ਪਿੰਡਾਂ ਦੀ ਸੰਗਤ ਨੂੰ ਭੁਲੇਖਾ ਲੱਗ ਜਾਣਾ ਕਿ ਅਸੀਂ ਕਿੱਥੇ ਆ ਗਏ। ਮੈਂ ਇੱਕ ਬੇਨਤੀ ਕਰਾਂ, ਜਿਹੜੇ ਏਅਰਪੋਰਟ 'ਤੇ ਆਏ ਨੇ ਨਾ, ਉੱਥੇ ਜਾ ਕੇ ਵੇਖਿਓ, ਕਦੇ ਮੈਂ ਕਿਸੇ ਏਅਰਪੋਰਟ 'ਤੇ ਲਾਈਟਿੰਗ ਕੀਤੀ ਨਹੀਂ ਵੇਖੀ, ਏਅਰਪੋਰਟ ਵੀ ਲਾਈਟਿੰਗ ਦੇ ਨਾਲ ਸਜਾਇਆ ਹੋਇਆ। ਤੁਸੀਂ ਨਾ ਇਹ ਬਿਹਾਰ ਗਵਰਨਮੈਂਟ ਦਾ ਸੈਕਟਰੀਏਟ ਵੇਖੋਗੇ, ਸਰਕਾਰੀ ਇਮਾਰਤ, ਕੋਈ ਸਰਕਾਰੀ ਇਮਾਰਤ ਐਸੀ ਨਹੀਂ ਜਿੱਥੇ ਲਾਈਟਿੰਗ ਨਹੀਂ ਕੀਤੀ ਗਈ। ਤੁਸੀਂ ਉਹਦੇ ਕਦੇ ਲੰਘੋਗੇ ਨਾ ਸੈਕਟਰੀਏਟ ਦੇ ਸਾਹਮਣੇ ਦੀ, ਅਤੇ ਸੈਕਟਰੀਏਟ ਦੀ ਤੀਸਰੀ ਮੰਜ਼ਿਲ ਦੇ ਬਿਲਕੁਲ ਸਨਮੁਖ ਸਾਹਿਬ ਕਮਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਜੀਵਨ 'ਤੇ ਇੱਕ ਫਿਲਮ ਚੱਲ ਰਹੀ ਹੈ, ਨਾਲ ਲਾਈਟਿੰਗ ਕੀਤੀ ਹੋਈ ਹੈ। ਮੈਂ ਹੈਰਾਨ ਰਹਿ ਗਿਆ ਕਿ ਸਰਕਾਰਾਂ ਵੀ ਇਸ ਤਰ੍ਹਾਂ ਕਰ ਸਕਦੀਆਂ, ਜੇ ਕਰਨਾ ਹੋਵੇ, ਭਾਵਨਾ ਦੀ ਗੱਲ ਹੈ ਨਾ, ਜੇ ਭਾਵਨਾ ਨਹੀਂ ਸਾਡੀ ਬਣਦੀ ਕਲਗੀਧਰ ਪਾਤਸ਼ਾਹੀ ਤੱਕ, ਤਾਂ ਫਿਰ ਖੁਸ਼ੀਆਂ ਕਿੱਥੋਂ ਲਵਾਂਗੇ? ਖੁਸ਼ੀ ਤਦੇ ਮਿਲਦੀ ਹੈ ਜੇ ਉਸਦੇ ਹੋ ਜਾਵਾਂਗੇ। ਸੋ ਸਤਿਗੁਰੂ ਨੇ ਬੜੀ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਮੈਂ ਮਾਨਯੋਗ CM ਸਾਹਿਬ ਨਿਤਿਸ਼ ਕੁਮਾਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ, ਔਰ ਗੁਰੂ ਚਰਨਾਂ ਵਿੱਚ ਸਾਰੇ ਹੀ ਕੀਰਤਨੀਏ ਅਰਦਾਸ ਕਰਕੇ ਗਏ ਨੇ ਕਿ ਗੁਰੂ ਕਿਰਪਾ ਕਰੇ ਇਸ ਮਾਨਯੋਗ CM ਨੂੰ ਹੋਰ ਉੱਚੀ ਪਦਵੀ ਸਤਿਗੁਰੂ ਬਖਸ਼ਾਂ ਦੇ ਭੰਡਾਰ ਉਹਦੇ ਲਈ ਖੋਲ੍ਹ ਲੈਣ, ਜਿਹਨੇ ਇੰਨਾ ਆਓ ਭਗਤ ਸਾਡੀ ਕੀਤੀ, ਔਰ ਥਾਂ ਥਾਂ 'ਤੇ ਹੋਲਡਿੰਗ ਲਾ ਕੇ, ਕਈ ਮੰਜ਼ਲਾਂ 'ਤੇ 4-4 ਮੰਜ਼ਲਾਂ ਹੋਲਡਿੰਗ ਲੱਗੇ ਹੋਏ ਨੇ, ਏਡੇ ਵੱਡੇ ਹੋਲਡਿੰਗ। ਸੋ ਰਾਏਬਰੇਲੀ ਸਟੇਸ਼ਨ 'ਤੇ ਵੀ ਲੰਗਰ ਚੱਲ ਰਿਹਾ ਜੀ, ਮੈਂ ਬੇਨਤੀ ਕਰਾਂਗਾ, ਸਾਰਾ ਦਿਨ ਚੱਲਦਾ ਪਿਆ, ਉਸ ਸੰਗਤ ਨੇ ਵੀ ਬੇਨਤੀ ਕੀਤੀ ਹੈ,
ਭਾਈ ਸਾਹਿਬ ਗੁਰੇਕਵਾਲ ਸਿੰਘ ਜੀ ਬੜੀ ਇੱਕ ਪਿਆਰੀ ਗੱਲ ਕਹਿੰਦੇ ਸਨ ਵੀ ਇਹ ਚੈਨਲ ਆਪ ਜੀ ਨੂੰ ਘਰਾਂ ਵਿੱਚ ਵਿਖਾ ਰਹੇ ਨੇ। ਭਾਈ ਸਾਹਿਬ ਲਗਭਗ 20 ਚੈਨਲ ਦੋਨੋਂ ਸਮਾਗਮਾਂ ਨੂੰ ਕਵਰ ਕਰ ਰਹੇ ਨੇ, ਇੱਕ ਚੈਨਲ ਨਹੀਂ ਹੈ, ਲਗਭਗ 20 ਚੈਨਲ ਹੈ ਜਿਹੜੇ ਸਾਰੇ ਵਰਲਡ ਵਿੱਚ ਵਿਖਾ ਰਹੇ ਨੇ। ਜਦੋਂ ਫੋਨ ਆਉਂਦੇ ਤਾਂ ਫੋਨ ਨਾਲ ਹੀ ਕੱਟੀ ਜਾਂਦੇ ਨੇ, ਕਿਉਂਕਿ ਇੱਕ ਫੋਨ ਆਉਂਦਾ ਦੂਸਰਾ ਆ ਜਾਂਦਾ ਕਿ ਸਾਡੀ ਵੀ ਸ਼ਰਧਾ, ਸਾਡਾ ਵੀ ਸਤਿਕਾਰ, ਸਾਡੀ ਵੀ ਭਾਵਨਾ ਉਸ ਬਾਲਾ ਪ੍ਰੀਤਮ ਦੇ ਨਾਲ ਓਨੀ ਆ ਜਿੰਨੀ ਤੁਹਾਡੀ ਇੱਥੇ ਬੈਠਿਆਂ ਦੀ ਹੈ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਮਾਨਯੋਗ ਭਾਈ ਸਾਹਿਬ ਭਾਈ ਬਿੰਦਰਪਾਲ ਸਿੰਘ ਜੀ, ਸਤਿਕਾਰਯੋਗ ਗਿਆਨੀ ਜੀ, ਜਿਨ੍ਹਾਂ ਨੂੰ ਬੜਾ ਅੰਤਰਰਾਸ਼ਟਰੀ ਪੱਧਰ 'ਤੇ ਸਿੱਖ ਜਗਤ ਨੇ ਮਾਣ ਦਿੱਤਾ ਹੈ, ਮੈਂ ਬੇਨਤੀ ਕਰਾਂਗਾ ਉਹਨਾਂ ਨੇ ਥੋੜ੍ਹੇ ਸਮੇਂ ਲਈ ਆਪ ਜੀ ਨਾਲ ਵਿਚਾਰ ਕਰਨਾ ਹੈ। ਇੱਕ ਨਾ ਇੰਨੇ ਬੁਲੰਦ ਆਵਾਜ਼ ਵਿੱਚ ਜੈਕਾਰਾ ਬੁਲਾਇਓ, ਜਿਹੜੀ ਸੰਗਤ ਬਾਹਰ ਖਲੋਤੀ ਹੈ, ਘਰਾਂ ਵਿੱਚ ਬੈਠੀ ਹੈ, ਸਭਨਾਂ ਦਾ ਜੈਕਾਰਾ ਆਪ ਮੁਹਾਰੇ ਅੰਦਰੋਂ ਨਿਕਲ ਜਾਏ, ਖੁਸ਼ੀ ਦਾ ਪ੍ਰਗਟਾਵਾ ਹੋ ਜਾਏ, ਔਰ ਗਿਆਨੀ ਜੀ ਨੂੰ ਉਹਦੇ ਨਾਲ ਉਤਸ਼ਾਹ ਮਿਲੇਗਾ ਅਤੇ ਤੁਹਾਡਾ ਪਿਆਰ ਮਿਲ ਜਾਏਗਾ ਸਤਿਗੁਰੂ ਜੀ ਪਾਸੋਂ, ਤੁਹਾਨੂੰ ਸਤਿਗੁਰੂ ਪਿਆਰ ਕਰਨਗੇ। ਬੋਲੇ ਸੋ ਨਿਹਾਲ, ਆਓ ਜੁੜ ਜਾਈਏ ਗੁਰਮੁਖ ਵਿਚਾਰਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਡੋਲਨ ਤੇ ਰਾਖੋ
ਨਾਨਕ ਕਰ ਹੱਥ ਪਰਮ ਸਨਮਾਨ ਯੋਗ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਕਾਲ ਦਾ ਸੁੱਤ ਖੜਕਧਾਰੀ ਕਲਮਧਾਰੀ ਦੁਸ਼ਟ ਦਮਨ ਬੇਕਸਾਰਾ ਯਾਰ ਆਪੇ ਗੁਰ ਚੇਲਾ ਸਰਬੰਸ ਦਾਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ 350 ਸਾਲਾ ਇਸ ਆਗਮਨ ਪੁਰਬ ਦੀ ਹਾਜ਼ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਭਰ ਰਹੀ ਸਾਧ ਸੰਗਤ ਜੀ, ਆਪ ਜੀ ਨੇ ਪਿਛਲੇ ਕਈ ਦਿਨਾਂ ਤੋਂ ਦੇਸ਼ ਵਿਦੇਸ਼ ਵਿੱਚ ਘਰਾਂ ਵਿੱਚ ਬੈਠ ਕੇ ਹਾਜ਼ਰੀ ਇੱਥੇ ਭਰ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੀ ਬਖਸ਼ਿਸ਼ ਰਹਿਮਤ ਲੈਣ ਦਾ ਯਤਨ ਕੀਤਾ ਹੈ। ਅਤਿ ਸਨਮਾਨਯੋਗ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ, ਬਾਲਾ ਪ੍ਰੀਤਮ ਦੇ ਬਾਲ ਵਰੇਸ ਦੇ ਜਿਹੜੇ ਕੌਤੁਕ ਨੇ, ਚੋਜ ਨੇ, ਉਹਨਾਂ ਨੂੰ ਸਾਡੇ ਨਾਲ ਸਾਂਝਿਆਂ ਕਰ ਰਹੇ ਸਨ। ਆਓ, ਸਮਾਂ ਮੇਰੇ ਕੋਲ ਅੱਧਾ ਘੰਟਾ ਹੈ। ਮੈਂ ਯਤਨ ਕਰਾਂਗਾ ਸਮੇਂ ਵਿੱਚ ਰਹਿ ਕੇ ਸਮਾਪਤੀ ਕਰਦਿਆਂ ਇੱਕ ਬੇਨਤੀ ਤੁਹਾਡੇ ਸਨਮੁਖ ਹੈ ਕਿ ਜਕਾਰੇ ਤੋਂ ਥੋੜ੍ਹਾ ਜਿਹਾ ਸੰਕੋਚ ਰੱਖਿਓ। ਇੱਕ ਤਾਂ ਕਥਾ ਦੀ ਲੈ ਟੁੱਟੇਗੀ, ਦੂਸਰਾ ਆਪਾਂ ਟਾਈਮ ਕਰ ਲਈਏ, ਵੱਧ ਤੋਂ ਵੱਧ ਗੁਰੂ ਦੀ ਗੱਲ ਕਰ ਲਈਏ, ਬਾਅਦ ਵੀ ਜਿੰਨੇ ਮਰਜ਼ੀ ਛੱਡ ਲਿਓ। ਮੇਰੀ ਬੇਨਤੀ ਹੈ ਕਿ ਇਹਦੇ ਉਲਟੇ ਅਰਥ ਨਾ ਕਰਦਾ ਕਿ ਭਾਈ ਸਾਹਿਬ ਜਕਾਰੇ ਦੇ ਵਿਰੋਧੀ, ਕਿਉਂਕਿ ਟਾਈਮ ਬਚ ਜਾਏਗਾ ਥੋੜ੍ਹਾ ਜਿਹਾ। ਕਰੋ ਕਿਰਪਾ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਇਕੱਤਰ ਹੋ, ਅਸੀਸ ਬਖਸ਼ੋ। ਇਸ ਵਾਰ ਦਰਬਾਰ ਦੇਖੋ ਕਿਸ ਤਰ੍ਹਾਂ ਸਜਿਆ ਹੈ। ਮੇਰੇ ਮਨ 'ਚ ਆ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਹੋਇਆ ਹੈ ਤੇ ਗੁਰੂ ਦੀ ਸਿਫਤ ਕਰਨ ਵਾਲੇ ਉਹਦੇ ਬੂਹੇ ਉੱਤੇ ਖਲੋ ਕੇ ਉਹਦੀ ਆਮਦ ਤੇ ਉਹਦੇ ਦਰਸ਼ਨਾਂ ਦੀ ਸਿਫਤ ਸਲਾਹ ਦੇ ਗੀਤ ਪੈ ਗਾਉਂਦੇ। ਇਸ ਭਾਵਨਾ ਨੂੰ ਬਣਾ ਕੇ ਸਾਹਮਣੇ ਸਾਡੇ ਕਿਵਾੜ ਹੈ ਹਜ਼ੂਰ ਦੇ ਤਖ਼ਤ ਦਾ। ਕਰੋ ਕਿਰਪਾ ਸਾਧ ਸੰਗਤ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਫ਼ਜ਼ ਸਾਡੇ ਮੁੱਕ ਜਾਂਦੇ ਨੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਗੱਲ ਚੱਲਦੀ। ਮਨ ਚ ਆਉਂਦਾ ਕਿਹੜੇ ਸ਼ਬਦ ਤੋਂ ਸ਼ੁਰੂ ਕਰਾਂ ਆਪਣੇ ਦਾਤਾਰ ਦੀ ਸਿਫਤ। ਸਰਦਾਰ ਕਪੂਰ ਸਿੰਘ ਹੋਣਾ, ਕੱਲ ਮੈਂ ਇੱਕ ਜ਼ਿਕਰ ਕੀਤਾ ਸੀ,
ਉਹਨਾਂ ਨੇ ਇੱਕ ਸੈਮੀਨਾਰ 'ਚ ਬੋਲਦਿਆਂ ਕਿਹਾ ਸੀ ਕਿ ਭੱਖਦੇ ਹੋਏ ਸੂਰਜ ਦੇ ਸਾਹਮਣੇ ਕੋਈ ਕੈਮਰਾ ਲਿਜਾ ਕੇ ਕਹਿ ਮੈਂ ਇਹਦੀ ਤਸਵੀਰ ਖਿੱਚਣ ਆਇਆ। ਉਦੋਂ ਰੀਲ ਵਾਲੇ ਕੈਮਰੇ ਚੱਲਦੇ ਸਨ। ਕਹਿੰਦੇ ਨੇ ਉਸ ਦਾ ਤੇਜ ਪ੍ਰਤਾਪ ਇੰਨਾ ਕਹਿ ਨਾ ਕੈਮਰਾ ਬਚੇਗਾ ਨਾ ਰੀਲ ਬਚੇਗੀ। ਉਹ ਕਹਿੰਦੇ ਸਨ ਭੱਖ ਦੀ ਕੋਈ ਬਿਜਲੀ ਨੂੰ ਹੱਥ ਵਿੱਚ ਪਕੜਨ ਦਾ ਕੋਈ ਯਤਨ ਕਰੇ, ਕਿਸੇ ਕੋਲ ਇੰਨੀ ਜਰਾਂਦ ਨਹੀਂ ਕਿ ਸੂਰਜ ਦਾ ਸਾਹਮਣਾ ਕਰ ਸਕੇ ਤੇ ਬਿਜਲੀ ਨੂੰ ਹੱਥ ਵਿੱਚ ਪਕੜ ਸਕੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਗੱਲ ਕਰਨੇ ਆ ਤੇ ਜਿੰਨੀ ਜਿੰਨੀ ਸਾਨੂੰ ਸਮਝ ਕੇ ਅਸੀਂ ਸਿਰਫ ਓਨੀ ਓਨੀ ਵਿਆਖਿਆ ਕਰਕੇ ਜਾਂਦੇ, ਪਰ ਉਸ ਵਿਆਖਿਆ ਨੂੰ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਮੁਕੰਮਲ ਵਿਆਖਿਆ ਕਦਾ ਚਿਤਨਾ ਜਾਂਦਾ। ਮੈਂ ਫਿਰ ਸ਼ਬਦ ਰਿਪੀਟ ਕਰਨ ਲੱਗਾ, ਜਿੰਨੀ ਜਿੰਨੀ ਸਾਨੂੰ ਸਮਝ ਕੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਨੇ ਆ, ਪਰ ਉਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਵਿਆਖਿਆ ਦਾ ਆਖਰੀ ਸੱਚ ਮਤ ਜਾਣਨਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਪਾਰਾਵਾਰ ਕੋਈ ਵਿਦਵਾਨ ਕੋਈ ਕੀਰਤਨੀਆ ਕੋਈ ਦਾਨਸ਼ਮੰਦ ਪਾ ਹੀ ਨਹੀਂ ਸਕਦਾ। ਆਪਣੇ ਆਪਣੇ ਢੰਗ ਨਾਲ ਸਿਫਤ ਕੀਤੀ। ਭਾਈ ਗੁਰਦਾਸ ਦੂਜੇ ਨੇ ਉਹਨਾਂ ਦੀ ਰਚਨਾ ਜਿਹੜਾ ਅਸੀਂ ਪੜ੍ਹਨੇ ਆ ਆਪੇ ਗੁਰਚੇਲਾ, ਉਹਦੇ ਵਿੱਚ ਇੱਕ ਉਹਨਾਂ ਨੇ ਸਤਰ ਕਹੀ ਗੁਰੂ ਗੋਬਿੰਦ ਸਿੰਘ ਜੀ ਨੇ, ਉਹ ਕਹਿੰਦੇ ਨੇ ਵਾਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ। ਮੇਰੀ ਬੇਨਤੀ ਹੈ ਤੁਕ ਨੂੰ ਫਿਰ ਸੁਣਿਓ, ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ। ਭਾਵਾਂ ਉਹ ਹਜ਼ੂਰ ਤੋਂ ਕਾਫੀ ਸਮਾਂ ਬਾਅਦ ਵਿੱਚ ਹੋਏ ਨੇ ਦੂਜੇ ਭਾਈ ਗੁਰਦਾਸ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਕਰ ਰਹੇ ਸਨ ਉਹਨਾਂ ਨੂੰ ਪੁੱਛ ਕੇ ਦੇਖੋ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਨੇੜੇ ਹੋ ਕੇ ਦੇਖਿਆ, ਕੱਲਾ ਦੇਖਿਆ ਨਹੀਂ ਉਹਨਾਂ ਨੂੰ ਮਾਣਿਆ। ਦੇਖਣ ਵਿੱਚ ਤੇ ਮਾਨਣ ਵਿੱਚ ਬੜਾ ਫਰਕ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਲੋਕ ਦੇਖਦੇ ਆ, ਛਪਾਈ ਕਰਨ ਵਾਲੇ ਵੀ ਦੇਖਦੇ ਆ ਛਾਪੇਖਾਨੇ 'ਚ। ਯਾਦ ਰੱਖਿਓ ਅਸੀਂ ਵੀ ਸਾਰੇ ਦੇਖਦੇ ਹਾਂ। ਦੇਖਣਾ ਸਭ ਨੂੰ ਨਸੀਬ ਹੋ ਜਾਂਦਾ ਹੈ, ਪਰ ਮੰਨਣਾ ਕਿਸੇ ਭਾਗਾਂ ਵਾਲੇ ਨੂੰ ਨਸੀਬ ਹੁੰਦਾ ਹੈ। ਉਹਨਾਂ ਦੇਖਿਆ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੂੰ ਮਾਣਿਆ। ਉਹਨਾਂ ਨੇ ਆਪਣੀ ਰਚਨਾ 'ਚ ਸ਼ਬਦ ਲਿਖਿਆ, ਕੱਲ ਵੀ ਅਰਜ਼ ਕੀਤੀ ਸੀ, ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ। ਕਾਦਰੇ ਹਰ ਕਾਰ, ਕਾਦਰ ਦਾ ਅਰਥ ਹੈ ਬਣਾਉਣ ਵਾਲਾ, ਤੇ ਕਾਰ ਦਾ ਅਰਥ ਹੈ ਕਿਰਤ। ਜਿੰਨੀ ਵੀ ਸੰਸਾਰ ਦੀ ਕਿਰਤ ਦਿਸਦੀ ਪਈ ਹੈ ਹਰ ਕਿਰਤ ਦੇ ਕਰਤੇ ਦਾ ਨਾਮ ਗੁਰੂ ਗੋਬਿੰਦ ਸਿੰਘ, ਜਿਹਨੂੰ ਅਸੀਂ ਮੂਲ ਮੰਤਰ 'ਚ ਕਰਤਾ ਪੁਰਖ ਕਹਿੰਦੇ, ਜਿਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਕਹਿੰਦੇ ਹਾਂ ਸਤਿਗੁਰ ਮੇਰਾ ਪੁਰਖ ਵਿਧਾਤਾ। ਕਾਦਰੇ ਖਰਕਾਰ ਗੁਰੂ ਗੋਬਿੰਦ ਸਿੰਘ। ਭਾਈ ਗੁਰਦਾਸ ਸਾਹਿਬ ਸ਼ਬਦ ਵਰਦੇ ਨੇ ਵਹਿ ਪ੍ਰਗਟਿਓ ਪੁਰਖ ਮਹਾਂਪੁਰਖ ਕਰਤਾ ਪੁਰਖ ਭਗਵੰਤ ਰੂਪ, ਭਗਵਾਨ ਦਾ ਰੂਪ ਕਰਤੇ ਪੁਰਖ ਵਿੱਚ ਅਭੇਦ। ਅਗਲਾ ਸ਼ਬਦ ਵਰਤਿਆ ਗੁਰੂ ਗੋਬਿੰਦ ਸੂਰਾ। ਜਦੋਂ ਅਸੀਂ ਗੱਲ ਕਰਨੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ, ਅਕਸਰ ਸਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦਾ ਸੂਰਮੇ ਦਾ ਪੱਖ ਹੁੰਦਾ। ਮੈਂ ਤਾਂ ਬੇਨਤੀ ਕੀਤੀ ਕਿ ਅਸੀਂ ਇੱਕ ਇੱਕ ਪੱਖ ਸਿਰਫ ਦੱਸਣੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸੂਰਮ ਗਤੀ। ਉਸੇ ਵਕਤ ਸਾਡੇ ਸਾਹਮਣੇ ਹਜ਼ੂਰ ਦੀ ਕਲਗੀ, ਉਹਨਾਂ ਦੇ ਤੀਰ ਦੇ ਕਮਾਨ, ਉਹਨਾਂ ਦੇ ਪੱਥੇ 'ਚ ਪਾਏ ਤੀਰ, ਉਹਨਾਂ ਦੇ ਸੀਸ ਤੇ ਚੱਕਰ, ਉਹਨਾਂ ਦੇ ਕਮਰ ਕੱਸੇ ਨਾਲ ਵੱਜੇ ਹੋਏ ਸ਼ਸਤਰ, ਗਾਤਰੇ ਕਿਰਪਾਨ, ਸਾਨੂੰ ਇੱਕੋ ਦਮ ਉਹਦੇ ਧਿਆਨ ਆ ਜਾਏਗਾ। ਯਾਦ ਰੱਖਿਓ ਸੂਰਮੇ ਦਾ ਕੇਵਲ ਇੱਕ ਪੱਖ ਇਹ ਨਹੀਂ ਕਿ ਜੰਗ ਵਿੱਚ ਲੜਨਾ। ਅਰਧ ਹੈ ਮੇਰੀ ਸੂਰਮੇ ਸ਼ਬਦ ਦੇ ਅਖਰੀ ਅਰਥ ਨੇ ਬਹਾਦਰ, ਜਿਹਨੂੰ ਅਸੀਂ ਬਲਵਾਨ ਕਹਿੰਦੇ ਹਾਂ।
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਦੋਂ ਗੱਲ ਕਰੋ, ਅਸੀਂ ਇੱਕ ਫੀਲਡ ਨੂੰ ਲੈ ਕੇ ਮਤ ਕਹੀਏ ਜੰਗ ਵਾਲੇ ਫੀਲਡ ਨੂੰ, ਸੱਚ ਇਹ ਵੇ ਕਿ ਗੁਰੂ ਗੋਬਿੰਦ ਸਿੰਘ 42 ਸਾਲਾਂ ਦੇ ਮ੍ਰਿਤ ਮੰਡਲ ਦੀ ਯਾਤਰਾ ਵਿੱਚ ਆਪਣੇ ਹਰ ਖੇਤਰ ਦੇ ਵਿੱਚ ਸੂਰਮਾ। ਫਿਰ ਬੇਨਤੀ ਹੈ, ਦੇਖੋ ਇੱਕ ਬੱਚਾ ਪੜ੍ਹ ਕੇ ਆਉਂਦਾ, ਚੰਗੇ ਨੰਬਰ ਲੈ ਕੇ ਆਉਂਦਾ ਤੇ ਮਾਂ ਬਾਪ ਕਹਿੰਦੇ ਨੇ ਮੇਰਾ ਬਹਾਦਰ ਪੁੱਤਰ ਹੈ। ਇੱਕ ਆਦਮੀ ਚੰਗੇ ਕਰਮ ਕਰਕੇ ਆਉਂਦਾ ਮਾਨਵਤਾ ਲਈ, ਅਸੀਂ ਕਹਿੰਦੇ ਹਾਂ ਬੜਾ ਵੱਡਾ ਸੂਰਮਾ ਹੈ। ਸੂਰਮੇ ਲਫ਼ਜ਼ ਨੂੰ ਕੇਵਲ ਇੱਕ ਖੇਤਰ ਵਿੱਚ ਮਤ ਬੰਨੋ, ਸੂਰਮੇ ਲਫ਼ਜ਼ ਦੇ ਅਰਥ ਨੇ ਜਿਹੜਾ ਆਪਣੀ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬ ਹੋਇਆ ਤੇ ਹਰ ਥਾਂ ਤੇ ਫਤਿਹਯਾਬੀ ਪਾਈ। ਥੋੜ੍ਹਾ ਜਿਹਾ ਆਓ ਬਾਣੀ 'ਚੋਂ ਦੇਖੀ ਸੂਰਮਾ ਕੌਣ ਹੈ। ਮੈਂ ਦੋਨੋਂ ਪੱਖ ਤਿੰਨੇ ਰੱਖਾਂਗਾ। ਗੁਰੂ ਗ੍ਰੰਥ ਸਾਹਿਬ ਨੇ ਸਭ ਤੋਂ ਪਹਿਲਾਂ ਸੂਰਮੇ ਦੀ ਜਦੋਂ ਗੱਲ ਕੀਤੀ ਤੇ ਉਹਨਾਂ ਕਿਹਾ ਸੂਰਮਾ ਉਹ ਹੈ ਜਿਹੜਾ ਆਪਣੀਆਂ ਵਾਸ਼ਨਾਵਾਂ ਨੂੰ ਕਾਬੂ ਕਰ ਲੈਂਦਾ ਹੈ ਤੇ ਸੱਚ ਇਹ ਵੇ ਜਿਹੜਾ ਪਰਮਾਤਮਾ ਵਿੱਚ ਅਭੇਦ ਹੋ ਕੇ ਮਨ ਨੂੰ ਮਾਰ ਜਾਂਦਾ ਹੈ। ਅਸਲ ਵਿੱਚ ਬਹਾਦਰ ਸੂਰਮਾ ਉਹ ਹੈ। ਤੁਸੀਂ ਗੁਰੂ ਅਰਜਨ ਦੇਵ ਦਾ ਇੱਕ ਬਚਨ ਕਹਿ ਜੀ, ਚਾਰ ਵਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਨੇ ਪੰਚੋ ਹੀ ਮੋਹੇ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਹੈ ਕਲੀ। ਫਿਰ ਥੋੜੇ ਜਿਹੇ ਦੇ ਅੱਖਰੀ ਅਰਥ ਕਰ ਦੇਣਾ। ਚਾਰ ਵਰਨ ਖੱਤਰੀ ਬ੍ਰਾਹਮਣ ਸ਼ੂਦ ਤੇ ਵੈਸ਼, ਚਾਰਾਂ ਦੇ ਮਰਦ ਬੰਦੇ, ਇੱਥੇ ਸ਼ਬਦ ਮਰਦ ਵਰਤਿਆ ਜੀ ਸੂਰਮੇ ਬੰਦੇ, ਚਾਰਾਂ ਦੇ ਮਰਦ ਬੰਦੇ ਉਹ ਵਿਦਵਾਨ ਜਿਨ੍ਹਾਂ ਦੀਆਂ ਹੱਥ ਦੀਆਂ ਤਲੀਆਂ ਉੱਤੇ 6 ਸ਼ਾਸਤਰ ਨੇ, ਜ਼ਬਾਨੀ ਉਹਨਾਂ ਨੂੰ 6 ਸ਼ਾਸਤਰ ਕੰਠ ਨੇ। ਮਹਾਰਾਜ ਕਹਿੰਦੇ ਚਾਰ ਵਰਨ ਚੌਹਾਂ ਕੇ ਮਰਦਨ ਖੜ ਦਰਸ਼ਨ ਕਰ ਤਲੀ ਰੇ, ਸੁੰਦਰ ਨੂੰ ਦੇਖ ਕੇ ਬੰਦਾ ਪ੍ਰਭਾਵਿਤ ਹੁੰਦਾ ਹੈ, ਸੁੰਦਰ ਸੁਗਰ ਸਰੂਪ ਸਿਆਣੇ। ਪਰ ਚੇਤੇ ਰੱਖਿਓ ਮਰਦ ਨੇ, ਵਿਦਵਾਨ ਨੇ, ਸੋਹਣੇ ਨੇ, ਪਰ ਅੰਦਰੋਂ ਇੰਨੇ ਕੁ ਖਾਧੇ ਹੋਏ ਨੇ, ਪੰਜਾਂ ਵਿਕਾਰਾਂ ਨੇ ਏਡੇ ਵਿਦਵਾਨਾਂ ਤੇ ਸੂਰਮਿਆਂ ਨੂੰ ਵੀ ਠੱਗ ਲਿਆ। ਸਿਰਫ ਇੱਕ ਬੇਨਤੀ, ਕੌਣ ਹੈ ਸੂਰਾ? ਯਾਦ ਰੱਖਿਓ ਵਜ਼ੀਰ ਖਾਂ ਵੀ ਤਾਂ ਸੂਰਮਾ ਸੀ ਜਿਹੜਾ ਘਰ ਹੀ ਘੇਰਾ ਪਾਈ ਬੈਠਾ, ਆ ਜ਼ਫਰ ਬੇਗ ਵੀ ਤਾਂ ਸੂਰਮਾ ਸੀ, ਪਹਾੜੀ ਰਾਜੇ ਵੀ ਤਾਂ ਆਪਣੇ ਆਪ ਨੂੰ ਸੂਰਮੇ ਕਹਿੰਦੇ ਸਨ। ਗੁਰੂ ਗੋਬਿੰਦ ਸਿੰਘ ਦੇ ਸੂਰਮੇ ਦੀ ਵਿਆਖਿਆ ਕਦੀ ਦੁਨੀਆਂ ਦੇ ਜਰਨੈਲ ਨਾਲ ਮਤ ਕਰਿਓ, ਕਿਉਂਕਿ ਗੁਰੂ ਗੋਬਿੰਦ ਸਿੰਘ ਉਹ ਸੂਰਾ ਹੈ ਜਿਹਦੇ ਵਰਗਾ ਸੰਸਾਰ ਵਿੱਚ ਕੋਈ ਹੈ ਹੀ ਨਹੀਂ। ਅਰਜ਼ ਕਰਾਂਗਾ ਉਹ ਸੂਰਮਾ ਐਸੋ ਕੌਣ ਬਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਬੀਰ ਸੋ ਪੂਰਾ ਹੈ ਕਲੀ ਰੇ, ਜਿਹਨੇ ਪੰਜਾਂ ਤੇ ਕਾਬੂ ਪਾ ਲਿਆ। ਥੋੜ੍ਹਾ ਜਿਹਾ ਆਓ, ਸੰਸਕ੍ਰਿਤ ਦੇ ਨਾਟਕਕਾਰ ਆਚਾਰਿਆ ਕਹਿੰਦੇ ਨੇ ਕਿ ਚਾਰ ਤਰ੍ਹਾਂ ਦੇ ਬੀਰ ਹੁੰਦੇ ਆ। ਮੈਂ ਸਿਰਫ ਉਹਨਾਂ ਦੀ ਉਦਾਹਰਨ ਲਈ ਹੈ। ਉਹ ਕਹਿੰਦੇ ਨੇ ਇੱਕ ਹੁੰਦਾ ਕਰਮ ਵੀਰ, ਦੂਸਰਾ ਹੁੰਦਾ ਧਰਮ ਵੀਰ, ਤੀਸਰਾ ਹੁੰਦਾ ਯੁੱਧ ਵੀਰ, ਤੇ ਚੌਥਾ ਹੁੰਦਾ ਹੈ ਦਾਨ ਵੀਰ। ਇਹ ਸ਼ਬਦ ਵਰਤੇ ਜਾਂਦੇ, ਕਰਮ ਵੀਰ, ਧਰਮ ਵੀਰ, ਦਾਨ ਵੀਰ ਔਰ ਯੁੱਧ ਵੀਰ। ਜਦੋਂ ਦਾਸ ਨੇ ਵਾਚਿਆ ਇਸ ਨੂੰ, ਮੇਰੇ ਮਨ 'ਚ ਆਇਆ ਇਹ ਚਾਰ ਵੀਰ ਗਿਣ ਦਿੱਤੇ ਜ਼ਰੂਰ ਨੇ, ਪਰ ਸੱਚ ਇਹ ਵੇਖੇ ਇਹ ਚਾਰ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਾਸਤੇ, ਸਾਡੇ ਲਈ, ਗੁਰੂ ਗੋਬਿੰਦ ਸਿੰਘ ਵਾਸਤੇ ਥੋੜ੍ਹੇ ਪੈ ਜਾਣ। ਇੱਕ ਇੱਕ ਸ਼ਬਦ ਥੋੜ੍ਹਾ ਜਿਹਾ ਦੇਖ ਲਈਏ।
ਕਰਮਵੀਰ ਕੀ ਹੈ, ਜਿਹੜਾ ਆਪਣੇ ਕਰਮ ਕਰਨ ਦੇ ਵਿੱਚ ਸਮਰੱਥ ਹੋਵੇ। ਯਾਦ ਰੱਖੋ, ਇਸ ਦੁਨੀਆਂ ਵਿੱਚ ਜਿਹੜਾ ਵੀ ਮਾਨਵ ਦੇਹ ਵਿੱਚ ਆਇਆ ਉਹ ਕਰਮ ਭੂਮੀ 'ਚ ਆਇਆ, ਉਹਨੇ ਕਰਮ ਕਰਨਾ ਜ਼ਰੂਰ ਹੈ, ਭਾਵੇਂ ਉਹ ਚੰਗਾ ਕਰੇ ਭਾਵੇਂ ਮੰਦਾ ਕਰੇ। ਕੋਈ ਇਨਸਾਨ ਇਸ ਧਰਤੀ 'ਤੇ ਕਰਮ ਤੋਂ ਬਿਨਾਂ ਨਹੀਂ ਰਹਿ ਸਕੇਗਾ। ਅਤੇ ਅਗਲੀ ਬੇਨਤੀ ਹੋਰ ਕਰਾਂ, ਇਸ ਦੁਨੀਆਂ ਵਿੱਚ ਨਾ ਕੋਈ ਖਾਲੀ ਆਇਆ ਅਤੇ ਨਾ ਕਿਸੇ ਨੇ ਖਾਲੀ ਜਾਣਾ। ਅਸੀਂ ਕਹਾਂਗੇ ਜੀ ਨਹੀਂ, ਅਸੀਂ ਬਾਣੀ ਪੜ੍ਹਨੇ, ਨਾਂਗੇ ਆਵਨ ਨਾਂਗੇ ਜਾਣ, ਕੋਈ ਸ਼ੱਕ ਨਹੀਂ। ਹਰ ਬੰਦਾ ਜਿਸਮਾਨੀ ਤੌਰ 'ਤੇ ਦ੍ਰਿਸ਼ਟਮਾਨ ਕੇਵਲ ਬੋਡੀ ਲੈ ਕੇ ਆਇਆ, ਕੱਪੜੇ ਨਹੀਂ ਲੈ ਕੇ ਆਇਆ, ਜਨਮ ਵੇਲੇ ਤਨ ਢੱਕਣ ਵਾਸਤੇ ਬਸਤਰ ਨਹੀਂ ਲੈ ਕੇ ਆਇਆ। ਸੱਚ ਇਹ ਵੇ ਕਿ ਧਰਮ ਦਾ ਕੋਈ ਚਿੰਨ੍ਹ ਵੀ ਧਰਤੀ 'ਤੇ ਨਹੀਂ ਲੈ ਕੇ ਆਇਆ। ਜਦੋਂ ਇਨਸਾਨ ਆਇਆ ਉਹ ਸਿਰਫ ਨਗਨ ਆਇਆ ਹੈ, ਪਰ ਖਾਲੀ ਨਹੀਂ ਆਇਆ। ਚੇਤੇ ਰੱਖਿਓ, ਆਪਣੀ ਜ਼ਿੰਦਗੀ ਦਾ ਵਕਤ ਲੈ ਕੇ ਆਇਆ, ਉਹ ਆਪਣੇ ਕਰਮ ਕਮਾਉਣ ਦਾ ਸਮਾਂ ਲੈ ਕੇ ਆਇਆ, ਉਹ ਸਵਾਸ ਲੈ ਕੇ ਆਇਆ। ਅਤੇ ਜਿਹੜਾ ਅਸੀਂ ਕਹਿੰਦੇ ਹਾਂ ਖਾਲੀ ਚਲੇ ਜਾਣਾ, ਬਿਲਕੁਲ ਝੂਠ। ਜੇ ਅੱਜ ਤੱਕ ਦੁਨੀਆਂ ਵਿੱਚ ਕੋਈ ਵੀ ਖਾਲੀ ਨਹੀਂ ਗਿਆ, ਕੋਈ ਔਗਣਾਂ ਦੀਆਂ ਪੰਡਾਂ ਬੰਨ ਕੇ ਲੈ ਗਿਆ, ਕੋਈ ਗੁਣਾਂ ਨੂੰ ਨਾਲ ਲੈ ਗਿਆ, ਖਾਲੀ ਤਾਂ ਕੋਈ ਗਿਆ ਹੀ। ਗੁਣਾ ਗਵਾਈ ਗੰਠੜੀ, ਅਵਗਣ ਚੱਲੀ ਬੰਨ। ਗੁਰੂ ਗੋਬਿੰਦ ਸਿੰਘ, ਜਦੋਂ ਕਰਮਵੀਰ ਦੀ ਗੱਲ ਕਰਾਂਗੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਤਾਂ ਇੰਨੇ ਕਰਮ ਦੀ ਗੱਲ ਕਰਦੇ ਆ, ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੇ ਸਨਮੁਖ ਖਲੋ ਕੇ ਇੱਕ ਬੇਨਤੀ ਕਰਨਾ ਵਾਂ ਕਿ ਮੇਰੀ ਭਾਵੀ ਜ਼ਿੰਦਗੀ ਵਿੱਚ ਅੱਤ ਤੋਂ ਵੱਡਾ ਦੁੱਖ ਮੈਨੂੰ ਹੰਡਾਉਣਾ ਪਏ, ਮੈਂ ਹਰ ਦੁੱਖ ਹੰਡਾਉਣ ਨੂੰ ਤਿਆਰ ਹਾਂ, ਪਰ ਬਖਸ਼ਿਸ਼ ਕਰੀ ਮਰ ਜਾਵਾਂ ਪਰ ਸ਼ੁਭ ਕਰਮਾਂ ਤੋਂ ਕਦੀ ਮੈਂ ਪਿੱਛੇ ਨਾ ਆ। ਫਿਰ ਬੇਨਤੀ, ਕਰਮਵੀਰ ਜਦੋਂ ਅਸੀਂ ਵਿਆਖਿਆ ਕਰਨੇ ਹਾਂ, ਦੇ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬੂ ਨਾ ਟਰੂ। ਕਰਮਵੀਰ ਕਹਿੰਦੇ ਚੰਗੇ ਕਰਮਾਂ ਤੋਂ ਮੈਂ ਕਦੀ ਪਿੱਛੇ ਖਟਾ ਨਾ। ਤੇ ਚੇਤੇ ਰੱਖਿਓ, ਕੇਵਲ ਬਾਰਮੁਖੀ ਕਰਮ ਨਹੀਂ, ਕਹਿੰਦੇ ਨੇ ਇੱਥੋਂ ਤੱਕ ਕਿ ਸ਼ੁਭ ਕਰਮਨ ਕਰਦਿਆਂ ਕਰਦਿਆਂ ਜੇ ਮੇਰੇ ਤਨ ਦੇ ਟੁਕੜੇ ਵੀ ਹੋ ਜਾਣ, ਮੈਂ ਆਪਣੇ ਤਨ ਦੇ ਟੁਕੜੇ ਕਰਾ ਲਾਂ, ਪਰ ਬਖਸ਼ਿਸ਼ ਕਰੀ ਮੈਂ ਕਰਮਵੀਰ ਬਣ ਕੇ ਨਿਤਰਾ, ਮੈਂ ਸ਼ੁਭ ਕਰਮਾਂ ਤੋਂ ਕਿਤੇ ਬੋ। ਦੇ ਸ਼ਿਵਾ ਬਰਮੋਹੇ ਇਹ ਹੈ ਸ਼ੁਭ ਕਰਮਨ ਤੇ ਕਬੂ ਨਾ ਡਰੂ, ਨਾ ਡਰੂ ਅਰਸ਼ੋਂ ਜਬ ਜਾਏ ਲੜੂ, ਨਿਸ਼ਚੈ ਕਰ ਆਪਣੀ ਜੀਤ ਕਰੂ। ਅੱਗੇ ਮੈਂ ਬੇਨਤੀ ਕਰਾਂਗਾ, ਜਦੋਂ ਯੁੱਧ ਵੀਰ ਦੀ ਗੱਲ ਚੱਲਦੀ, ਕਰਮਵੀਰ ਮਹਾਰਾਜ ਕਹਿੰਦੇ ਮੈਂ ਸ਼ੁਭ ਕਰਮ ਕਰਾਂ, ਤੇ ਚੇਤੇ ਰੱਖਿਓ ਉਸ ਕਰਮਵੀਰ ਸਤਿਗੁਰੂ ਨੇ ਸਿੱਖ ਨੂੰ ਨਿਰਮਲ ਕਰਨ ਲਈ, ਸ਼ੁਭ ਕਰਮ ਕਰਨ ਦੇ ਲਈ ਸਾਡੇ ਤੇ ਬਖਸ਼ਿਸ਼ ਕੀਤੀ, ਜਿਹੜੀ ਗੁਰੂ ਅਰਜਨ ਦੇਵ ਨੇ ਧਰਮ ਦੀ ਪਰਿਭਾਸ਼ਾ ਦਿੱਤੀ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸੁਣਿਓ, ਅਸੀਂ ਕਈ ਵਾਰੀ ਕਹਿੰਦੇ ਹਾਂ ਇਹ ਕਕਾਰ, ਇਹ ਕਿਰਪਾਨ, ਇਹ ਕੇਸ, ਇਹ ਬੰਦਿਸ਼ਾਂ, ਆ ਪਾਬੰਦੀਆਂ। ਯਾਦ ਰੱਖਿਓ ਗੁਰਮੁਖੋ, ਮੈਂ ਇੱਕ ਦਿਨ ਪਿਛਲੇ ਵਾਰ ਵੀ ਇੱਥੇ ਬੇਨਤੀ ਕੀਤੀ ਸੀ 2 ਸਾਲ ਪਹਿਲਾਂ, ਜਿਹੜਾ ਮਰਿਆਦਾ ਲਫ਼ਜ਼ ਹੈ ਇਹਦੇ ਤੋਂ ਭੱਜੋ ਨਾ। ਜਿਸ ਦਿਨ ਮਰਿਆਦਾ ਸੰਸਾਰ ਦੀ ਖਤਮ ਹੋ ਜਾਏਗੀ, ਚੇਤੇ ਰੱਖਿਓ ਹਰ ਚੀਜ਼ ਬਣਾ ਹੋ ਜਾਏਗੀ। ਮਰਿਆਦਾ ਦਾ ਲਫ਼ਜ਼ ਅਸਲ 'ਚ ਸੰਸਕ੍ਰਿਤ ਦਾ ਇੱਕ ਲਫ਼ਜ਼ ਹੈ ਜੀ ਮਰੀਆ। ਮਰੀਆ ਦਾ ਅਰਥ ਹੈ ਨਦੀ ਦੇ ਕੰਢੇ, ਨਦੀ ਦੇ ਕਿਨਾਰੇ। ਜਿਹੜਾ ਪਾਣੀ ਕਿਨਾਰਿਆਂ ਵਿੱਚ ਮਰੀਆ ਕਿਨਾਰੇ ਵੀ ਚੱਲੇਗਾ, 2 ਕਿਨਾਰਿਆਂ ਵੀ ਤੁਰੇਗਾ, ਨਦੀ ਦਾ, ਨਹਿਰ ਦਾ, ਆੜ ਦਾ ਪਾਣੀ, ਇੱਕ ਦਿਨ ਉਹ ਪਾਣੀ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚੇਗਾ। ਸੱਚ ਇਵੇਂ ਜਿਹੜਾ ਗੁਰੂ ਦੇ ਦਿੱਤੇ ਕੰਢਿਆਂ ਚੱਲੇ, ਧਰਮ ਚਲਾਏ, ਕਬੁੱਧ ਕਰਨ ਤੇ ਲੋਗ ਹਟਾਏ। ਮਹਾਰਾਜ ਕਹਿੰਦੇ ਆ ਕਿ ਹਮ ਇਹ ਕਾਜ ਜਗਤ ਮੋ ਆਏ। ਫਿਰ ਸੁਣਿਓ, ਇੱਥੇ ਸੀ ਜਾਂ ਤਾਂ ਤੁਮ ਧਰਮ ਚਲਾਏ, ਅਗਲਾ ਫਿਰ ਸ਼ਬਦ ਧਰਮ ਵਰਤਿਆ। ਗੁਰੂ ਗੋਬਿੰਦ ਸਿੰਘ ਕੋਈ ਸੰਸਾਰੀ ਜ਼ਮੀਨ ਤੇ ਕਬਜ਼ਾ ਕਰਨਾ ਹੈ ਸਰ?
ਗੁਰੂ ਗੋਬਿੰਦ ਸਿੰਘ ਕਿਸੇ ਦੁਨੀਆ ਦੀ ਤਾਕਤ ਨੂੰ ਹੜਪਣਾ ਚਾਹੁੰਦੇ ਸਨ? ਮੈਂ ਕੱਲ ਵੀ ਅਰਜ਼ ਕੀਤੀ ਸੀ, ਮਹਿਸੂਸ ਨਾ ਕਰਿਓ ਕਿ ਗੁਰੂ ਗੋਬਿੰਦ ਸਿੰਘ ਨੂੰ ਇੱਕ ਰਾਸ਼ਟਰ ਨਾਲ, ਇੱਕ ਦੇਸ਼ ਨਾਲ, ਇੱਕ ਫਿਰਕੇ ਨਾਲ ਮਤ ਬੰਨਿਓ। ਸੱਚ ਇਹ ਵੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਰੋੜਾਂ ਬ੍ਰਹਿਮੰਡਾਂ ਦਾ ਸਿਰਜਕ ਹੈ। ਅਰਜ਼ ਕਹਿ ਮੇਰੀ, ਉੱਥੇ ਮੇਰੇ ਸ਼ਬਦ ਵਰਤਿਆ ਹਮੇ ਜਗਤ ਮੋ ਆਏ ਧਰਮ ਖੇਤ ਗੁਰਦੇਵ ਪਠਾਏ ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਨ ਪਕੜ ਪਿਛਾਰੋ ਯਹੀ ਕਾਜ ਧਰਾ ਹਮ ਜਨਮੰਗ ਸਮਝ ਲਿਖੋ ਸਾਧੂ ਸਮ ਮਨਮੰਗ। ਮਹਾਰਾਜ ਕਹਿੰਦੇ ਧਰਮ ਚਲਾਵਨ, ਧਰਮ ਨੂੰ ਚਲਾ ਸੰਤਾਂ ਨੂੰ ਉਭਾਰਨ ਲਈ, ਦਸ਼ਟਾਂ ਦੀ ਜੜ ਪੁੱਟਣ ਦੇ ਲਈ ਆਓ। ਥੋੜ੍ਹਾ ਜਿਹਾ ਇੱਕ ਬੇਨਤੀ ਕਹਿ, ਗੁਰੂ ਤੇਗ ਬਹਾਦਰ ਸਾਹਿਬ ਗਏ ਜੀ, ਇਹ ਸੀਸਗੰਜ ਵੀ ਮਹਾਰਾਜ ਕੀਤੀ ਸੀ। ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ, ਤਿਲਕ ਜੰਯੂ ਰਾਖਾ ਪ੍ਰਭ ਤਾਕਾ ਹੈ। ਯਾਦ ਰੱਖਿਓ ਤੇ ਸ਼ਬਦ ਹੈ ਤਾਕਾ ਉਹਨਾਂ ਦਾ। ਇਹ ਬੜੇ ਕਮਾਲ ਦਾ ਸੋਈ ਹੈ ਜੀ ਹਜ਼ੂਰ ਦਾ ਬਚਨ ਅੰਮ੍ਰਿਤ। ਹਜ਼ੂਰ ਕਹਿੰਦੇ ਤਿਲਕ ਜੰਯੂ ਦੀ ਖਾਤਰ, ਉਹਦੇ ਵਿੱਚ ਇੱਕ ਸ਼ਬਦ ਵਰਤਿਆ ਧਰਮ ਖੇਤ ਸਾਕਾ ਜਨਕੀਆ। ਗੁਰਮੁਖੋ ਸੱਚ ਇਹ ਵੇ ਕਿ ਗੁਰੂ ਧਰਮ ਦੇ ਉੱਤੇ ਪਹਿਰਾ ਦੇਣ ਆਇਆ, ਆਖੇ ਮੇਰਾ ਭਾਵੇਂ ਉਹ ਅਕੀਦਾ ਨਹੀਂ, ਉਹ ਗਾਇਤਰੀ ਮੰਤਰ ਪੜ੍ਹਦਾ, ਉਹ ਆਰਤੀ ਉਤਾਰਦਾ ਹੈ, ਪਰ ਕਿਸੇ ਦੀ ਕੀ ਮਜ਼ਾਲ ਕਿ ਗੁਰੂ ਗੋਬਿੰਦ ਸਿੰਘ ਦੇ ਖੁੰਦਿਆਂ ਕਿਸੇ ਦੇ ਧਰਮ ਦੇ ਅਕੀਦੇ ਨੂੰ ਨਸ਼ਟ ਕੀਤਾ ਜਾਏ। ਗੁਰੂ ਗੋਬਿੰਦ ਸਿੰਘ ਧਰਮ ਗਏ ਤਾਂ ਆਪਣੇ ਪਿਤਾ ਨੂੰ ਵੀ ਤੋੜ ਦਿੰਦੇ, ਉਹ ਧਰਮ ਵੀਰ ਨੇ। ਉਹ ਤੇ ਸ਼ਬਦ ਹਜ਼ੂਰ ਨੇ ਤਿਲਕ ਜੰਯੂ ਤੋਂ ਬਾਅਦ ਧਰਮ ਵਰਤਿਆ ਕਿ ਤਿਲਕ ਜੰਯੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਸਾਧਨ ਖੇਤ ਕੀਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਧਰਮ ਖੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਉਸ ਦਿਨ ਅਰਜ਼ ਕੀਤੀ ਸੀ ਜਿਹੜਾ ਸਿਰ ਲਫ਼ਜ਼ ਕਰ ਸੀਸ ਗੱਲ, ਤੇ ਇਹਦੇ ਅਰਥ ਅਸੀਂ ਕਰਨੇ ਆ ਸਿਰ, ਸਾਰੇ ਅਰਥ ਹੀ ਕਰਨੇ ਆ ਹੱਠ ਸਿਰ। ਪਰ ਗੁਰਮੁਖੋ ਸਿਰ ਸ਼ਬਦ ਫਾਰਸੀ ਦਾ ਹੈ, ਇਹ ਅਸਲ 'ਚ ਆਤਮਕ ਅਵਸਥਾ ਦਾ ਉਹ ਸ਼ਬਦ ਹੈ ਜਿਹਨੂੰ ਤੁਸੀਂ ਕੈਵਲਿਆ ਕਹਿੰਦੇ ਹੋ, ਜਿਹਨੂੰ ਤੁਰਿਆ ਕਹਿੰਦੇ ਹੋ, ਜਿਹਨੂੰ ਪਰਮ ਪਦ ਕਹਿੰਦੇ ਹੋ, ਜਿਹਨੂੰ ਆਤਮ ਨੂੰ ਪਰਮਾਤਮ ਵਿੱਚ ਅਭੇਦ ਕਹਿੰਦੇ ਹੋ। ਉਹਨਾਂ ਆਪਣਾ ਸੀਸ ਦੇ ਦਿੱਤਾ, ਪਰ ਸੱਚ ਇਹ ਵੇ ਕਿ ਗੁਰੂ ਤੇਗ ਬਹਾਦਰ ਨੇ ਅਭੇਦਤਾ ਦਾ ਰਾਜ ਮੌਤ ਤੋਂ ਡਰਦੇ ਹੋਏ ਕਿਸੇ ਨੂੰ ਦੱਸਿਆ ਨਹੀਂ, ਸਿਰ ਦਿੱਤਾ ਨਹੀਂ ਉਹਨਾਂ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, 9 ਸਾਲ ਦੀ ਉਮਰ ਹੈ ਪਿਤਾ ਨੂੰ ਤੋਰਦੇ। ਭਾਈ ਸਾਹਿਬ ਨੇ ਜ਼ਿਕਰ ਕੀਤਾ ਗੁਰਦੇਵ ਦਾ ਇੱਥੋਂ ਜਾਣ ਦਾ, ਇਹ 'ਚ ਕੋਈ ਸ਼ੱਕ ਨਹੀਂ ਕਿ ਮਹਾਰਾਜ ਜਦੋਂ ਇੱਥੇ ਰਹੇ ਤਕਰੀਬਨ ਹਜ਼ੂਰ ਜ਼ਿਆਦਾ ਬਿਹਾਰੀ ਬੋਲਦੇ ਸਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਇੱਥੇ ਸਨ, ਮਹਾਰਾਜ ਜਦੋਂ ਇੱਥੋਂ ਜਾਂਦੇ ਆ ਫਿਰ ਪੁੱਛੋ ਇਹਨਾਂ ਨੂੰ, ਉਹ ਆਪਣੀ ਰਚਨਾ 'ਚ ਕਹਿੰਦੇ ਆ, ਕਹਿੰਦੇ ਆ ਮੇਰੇ ਮਾਤਾ ਪਿਤਾ ਮੈਨੂੰ ਮਦਰ ਦੇਸ਼ ਵਿੱਚ ਲੈ ਗਏ। ਕਹਿੰਦੇ ਨੇ ਮੈਨੂੰ ਬੜਾ ਲਾਡ ਲਾਇਆ ਮੇਰੀ ਮਾਂ ਨੇ, ਮੇਰੇ ਪਿਤਾ ਨੇ ਬਹੁਤ ਪਿਆਰ ਕੀਤਾ ਮੈਨੂੰ, ਪਰ ਹਜ਼ੂਰ ਕਹਿੰਦੇ ਨੇ ਜਦੋਂ ਅਸੀਂ ਕਰਮ ਧਰਮ 'ਤੇ ਆਏ ਉਸ ਵੇਲੇ ਮੇਰੇ ਪਿਤਾ ਜੀ ਦੇਵ ਲੋਕ ਨੂੰ ਚਲੇ ਗਏ। ਅਸੀਂ ਉਹ ਬਚਨ ਪੜ੍ਹਨੇ ਹਾਂ ਕਿ ਮਦਰ ਦੇਸ਼ ਹਮਕੋ ਲੈ ਆਏ ਭਾਂਤ ਭਾਂਤ ਦਈਨ ਦੁਲਰਾਏ, ਕਿੰਨੀ ਅਨਕ ਭਾਂਤ ਰਛਾ ਦਿਨੀ ਭਾਂਤ ਭਾਂਤ ਕੀ ਸਿੱਛਾ, ਜਬ ਹਮ ਕਰਮ ਧਰਮ ਉਹ ਆਏ ਦੇਵ ਲੋਕ ਤਾਂ ਪਿਤਾ ਸਿਧਾਏ। ਮੈਂ ਬੇਨਤੀ ਕਰਾਂਗਾ ਕਿ ਧਰਮ ਲਫ਼ਜ਼ ਹੀ ਬੜਾ ਗਹਿਰਾ ਹੈ, ਸੰਪਰਦਾ ਧਰਮ ਨਹੀਂ ਗੁਰਮੁਖੋ। ਵਾਹਿਗੁਰੂ ਜੀ ਬਖਸ਼ ਦਿਆ ਜੇ ਮੈਂ ਖੁੱਲ੍ਹੀ ਜੇ ਗੱਲ ਕਰਨ ਲੱਗਾ, ਧਰਮ ਉਦੋਂ ਵੀ ਸੀ
ਜਦੋਂ ਸ੍ਰਿਸ਼ਟੀ ਵੀ ਨਹੀਂ ਸੀ। ਧਰਮ ਤੋਂ ਬਿਨਾਂ ਤਾਂ ਕੁਛ ਹੋ ਹੀ ਨਹੀਂ ਸਕਦਾ। ਜਿਹੜੇ ਲੋਕ ਕਹਿੰਦੇ ਅਸੀਂ ਧਰਮ ਤੇ ਭਰੋਸਾ ਨਹੀਂ ਰੱਖਦੇ, ਗੁਰੂ ਨਾਨਕ ਸਾਹਿਬ ਕਹਿੰਦਾ ਧਰਮ ਨਾ ਹੁੰਦਾ ਇਸ ਪਲੈਨਟ ਉੱਤੇ ਕਦੀ ਰੌਣਕ ਹੋਣੀ ਨਹੀਂ ਸੀ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਧਰਮ ਤਾਂ ਰੱਬ ਦਾ ਇੱਕ ਆਪਣਾ ਦੈਵੀ ਕਾਨੂੰਨ ਹੈ, ਇੱਕ ਨੇਮ ਹੈ ਪਰਮਾਤਮਾ ਦਾ। ਇਸੇ ਕਰਕੇ ਗੁਰਦੇਵ ਨੇ ਕਿਹਾ ਕਿ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਪਰਿਪੂਰਨ ਪਰਮਾਤਮਾ। ਉਹਨੇ ਧਰਮ ਦੇ ਸਹਾਰੇ ਤਾਂ ਧਰਤੀ ਨੂੰ ਟਿਕਾਇਆ ਹੋਇਆ। ਗੁਰੂ ਗੋਬਿੰਦ ਸਿੰਘ, ਮੈਂ ਅਰਜ਼ ਕੀਤੀ ਕਰਮਵੀਰ, ਦੂਸਰਾ ਲਫ਼ਜ਼ ਵਰਤਿਆ ਹੈ ਧਰਮਵੀਰ। ਥੋੜ੍ਹਾ ਜਿਹਾ ਇੱਕ ਦੋ ਬਚਨ ਹੋਰ ਗੁਰਦੇਵ ਦਾ ਸਾਂਝਾ ਕਰਦਾ। ਧਰਮ ਦੀ ਖਾਤਰ ਪਿਤਾ ਜਰ ਜ਼ੋਰੂ, ਜ਼ਮੀਨ ਦੀ ਖਾਤਰ ਨਹੀਂ, ਪੈਸੇ ਦੀ ਖਾਤਰ ਨਹੀਂ, ਜ਼ਮੀਨ ਦੀ ਖਾਤਰ ਨਹੀਂ। ਖਾਂ ਜੋਰੂ ਦਾ ਜ਼ਿਕਰ ਆਇਆ, ਪਰ ਚੇਤੇ ਰੱਖਿਓ ਜੇ ਕਿਤੇ ਸਿੱਖ ਜੋਰੂ ਦੀ ਖਾਤਰ ਲੜਦਾ ਉਹ ਜੋਰੂ ਦੇ ਅਰਥ ਵਾਸ਼ਨਾ ਵਾਲੇ ਨਹੀਂ। ਇਸਤਰੀ ਦੀ ਖਾਤਰ ਜੇ ਸਿੱਖ ਲੜਨ ਤੁਰਦਾ ਕਿਸੇ ਦੇ ਡੋਲੇ ਨੂੰ ਖੜਪਣ ਵਾਸਤੇ ਨਹੀਂ, ਕਿਸੇ ਦੇ ਡੋਲੇ ਨੂੰ ਬਚਾਉਣ ਵਾਸਤੇ ਜਾਂਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਜਦੋਂ ਧਰਮਵੀਰ ਦੀ ਗੱਲ ਕੀਤੀ, ਉਹਨਾਂ ਨੇ ਸੂਰਮੇ ਦੇ ਅੰਦਰੂਨੀ ਜੀਵਨ ਦਾ ਜ਼ਿਕਰ ਕੀਤਾ ਉਹਨਾਂ ਦੀ ਰਚਨਾ ਵਿੱਚੋਂ। ਮੈਂ ਤਕਰੀਬਨ ਉਹਨਾਂ ਦੀ ਬਾਣੀ ਵਿੱਚੋਂ ਬੇਨਤੀ ਕਰਨੀ ਚਾਹੁੰਦਾ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਪਵਿੱਤਰ ਸਵਈਆ ਕਿ ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਦੇਹ ਅਨਿੱਤ ਨਾ ਨਿੱਤ ਰਹੇ, ਜਸ ਨਾਵ ਚੜ੍ਹੈ ਭਵ ਸਾਗਰ ਤਿਆਰੈ, ਧੀਰਜ ਧਾਮ ਬਣਾਏ ਇਹ ਹੈ ਤਨ, ਬੁੱਧ ਸੋ ਦੀਪਕ ਜਿਉਂ ਜਿਆਰੈ, ਗਿਆਨੈ ਕੀ ਬਡਨੀ ਮਨੋ ਵਹਾਤ ਲੈ, ਕਾਤੁਰਤਾ ਕੁਤਵਾਰ ਬਹਾਰੈ। ਇਹਦੇ ਅਰਥ ਕੀ? ਅਰ ਬੜਾ ਸਰਲ ਜਿਹਾ, ਇਹ ਨਹੀਂ ਕਿ ਮੈਂ ਡੂੰਘੇ ਅਰਥ ਕਰ ਲੱਗਾ। ਧਨ ਜੀਓ ਤੇ ਕੋ ਜਗ ਮੈਂ, ਉਹ ਧੰਤਾ ਯੋਗ ਨੇ ਸੰਸਾਰ ਵਿੱਚ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਮੁਖ ਤੋਂ ਹਰੀ ਕਹੇ ਤੇ ਚਿੱਤ ਵਿੱਚ ਜੁੱਧ ਦੀ ਵਿਚਾਰ ਕਰੇ। ਕੀ ਇਹ ਫਿਰ ਇਹ ਸ਼ਬਦ ਢੁਕੇਗਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ? ਇਹ ਬੇਨਤੀ ਹੈ, ਮੁਖ ਤੋਂ ਹਰ ਬੋਲੇ ਚਿੱਤ ਵਿੱਚ ਜੁੱਧ ਦੀ ਵਿਚਾਰ ਕਰੇ। ਗੁਰਮੁਖੋ ਜਿੰਨੀ ਕੁਛ ਸਮਝ ਪਈ, ਬੜੇ ਵਿਦਵਾਨ ਪੁਰਸ਼ ਬੈਠਿਆ ਸਟੇਜ ਤੇ। ਇਹ ਨਹੀਂ ਕਿ ਮੈਂ ਪਹਿਲਾਂ ਕਿਹਾ ਜੋ ਮੈਂ ਬੋਲ ਰਿਹਾ ਨੂੰ ਆਖਰੀ ਸੱਚ ਗੁਰੂ ਗੋਬਿੰਦ ਸਿੰਘ ਬਾਰੇ ਮਤ ਜਾਣਨਾ, ਕਿਉਂਕਿ ਜਿਹਨੂੰ ਸਾਨੂੰ ਸਮਝ ਅਸੀਂ ਕਹਿ ਦਿੰਦੇ। ਇਹ ਦੋ ਸ਼ਬਦ ਕਿਉਂ? ਮੁੱਖ ਤੋਂ ਹਰੀ, ਚਿੱਤ ਤੋਂ ਜੁੱਧ ਵਿਚਾਰੇ। ਬਾਣੀ ਤਾਂ ਕਹਿੰਦੀ ਚਿੱਤ ਲਾ ਕੇ ਨਾਮ ਜਪੋ, ਚਿੱਤ ਵਿੱਚ ਜੁੱਧ ਦੀ ਵਿਚਾਰ ਕਰੇ। ਦਾਸ ਦੇ ਮਨ ਚ ਇੱਕ ਦਿਨ ਆਇਆ, ਹਜ਼ੂਰ ਨੇ ਭਾਈ ਡੱਲੇ ਨੂੰ ਇਹ ਗੱਲ ਕਹੀ ਸੀ। ਪ੍ਰੋਫੈਸਰ ਪੂਰਨ ਸਿੰਘ ਲਿਖਦਾ, ਹਜ਼ੂਰ ਕਹਿੰਦੇ ਨੇ ਡੱਲਿਆ ਅਧਿਆਤਮਿਕ ਜੀਵਨ ਲਈ ਇੱਕ ਸਰਕਲ ਹੈ। ਮਹਾਰਾਜ ਕੀ? ਮੈਨੂੰ ਸਿੱਧੀ ਜੀ ਭਾਸ਼ਾ ਇਹ ਦੱਸਿਓ। ਕਹਿਣ ਲੱਗੇ ਨਾਮ ਬਾਣੀ ਨਾਮ। ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ। ਕਹਿਣ ਲੱਗੇ ਸਿਮਰਨ ਕਰੋ, ਸਿਮਰਨ ਕਰਨ ਨਾ ਹੀ ਅੰਦਰ ਟਿਕਦਾ, ਬਾਣੀ ਪੜੋ, ਜਦੋਂ ਅੰਦਰ ਟਿਕੇਗਾ ਫਿਰ ਨਾਮ ਜਪੋ। ਇਹਨੂੰ ਥੋੜ੍ਹਾ ਜਿਹਾ ਸੁਣਿਓ, ਮੁੱਖ ਤੋਂ ਕਹੋ ਵਾਹਿਗੁਰੂ, ਚਿੱਤ ਮੈਂ ਜੁੱਧ ਵਿਚਾਰਿਆ ਕੀ ਹੈ। ਆਪ ਜਿੰਨੇ ਸਿਮਰਨ ਕਰਨ ਵਾਲੇ ਬੈਠੇ ਹੋ ਮੇਰੀ ਬੇਨਤੀ ਜ਼ਰੂਰ ਸੁਣੋਗੇ, ਕਿਉਂਕਿ ਸਾਡੀ ਜ਼ਬਾਨ ਬੋਲਦੀ ਵਾਹਿਗੁਰੂ, ਸਾਡਾ ਚਿੱਤ ਕਈ ਵਾਰੀ ਵਾਹਿਗੁਰੂ ਨਹੀਂ ਬੋਲਦਾ, ਚਿੱਤ ਤਾਂ ਬਾਹਰ ਤੁਰਿਆ ਫਿਰਦਾ। ਹੁਣੇ ਭਾਈ ਸਾਹਿਬ ਸਿੰਘ ਸਾਹਿਬ ਜ਼ਿਕਰ ਕਰਕੇ ਗਏ ਸਨ ਮਨ ਦੀ ਰਫਤਾਰ ਦਾ, ਅਤੇ ਮੈਂ ਅਕਸਰ ਬੇਨਤੀ ਕਰਨਾ ਕਿ ਵਿਗਿਆਨਿਕ ਨੇ ਲੱਭਿਆ ਕਿ ਸਾਊਂਡ ਦੀ ਆਵਾਜ਼ ਦੀ ਸਪੀਡ ਨਾਲੋਂ ਜ਼ਿਆਦਾ ਸਪੀਡ ਹੈ ਲਾਈਟ ਦੀ। ਲਾਈਟ ਸਪੀਡ ਬਹੁਤ ਤੇਜ਼ ਹੈ, ਪਰ ਲਾਈਟ ਸਪੀਡ ਤੋਂ, ਰੋਸ਼ਨੀ ਦੀ ਰਫਤਾਰ ਤੋਂ ਤੇਜ਼ ਹੈ ਮਨੁੱਖੀ ਮਨ, ਮਨ ਤੋਂ ਤੇਜ਼ ਹੈ ਗੁਰੂ ਦਾ ਸ਼ਬਦ।
ਫਿਰ ਸੁਣਿਓ, ਰੋਸ਼ਨੀ ਦੀ ਰਫਤਾਰ ਬਹੁਤ ਕਹਿ ਪਰ ਰੋਸ਼ਨੀ ਤੋਂ ਤੇਜ਼ ਕਹਿ ਮਨੁੱਖੀ ਮਨ, ਤੇ ਮਨ ਤੋਂ ਤੇਜ਼ ਕਹਿ ਗੁਰੂ ਦਾ ਸ਼ਬਦ, ਕਿਉਂਕਿ ਸ਼ਬਦ ਦੀ ਰਫਤਾਰ ਹੀ ਇਸ ਮਨ ਨੂੰ ਦੁਬਾਰਾ ਫਿਰ ਸ਼ਬਦ ਸੰਕੋਚ ਕੇ ਲਿਆਉਂਦੀ। ਚਿੱਤ ਮੈਂ ਜੁੱਧ ਵਿਚਾਰ ਹੈ ਕੀ ਕਹਿ, ਧਰਮਵੀਰ ਸਾਨੂੰ ਸਿਖਾ ਰਹੇ ਨੇ ਭਾਈ ਸਿੱਖੋ ਤੁਹਾਡਾ ਅਭਿਆਸ ਕਿਸਾ ਹੋਵੇ, ਕੇਵਲ ਤੁਸੀਂ ਲੋਕਾਂ ਨੂੰ ਡਰਾਇਓ ਨਾ। ਮਹਾਰਾਜ ਨੇ ਸ਼ਬਦ ਵਰਤਿਆ, ਯਾਦ ਰੱਖਿਓ ਜਿਹੜਾ ਬੰਦਾ ਹੰਕਾਰ 'ਚ ਡਰਾਏਗਾ ਉਹ ਬੰਦਾ ਖੁਦ ਆਪਣੇ ਅੰਦਰੋਂ ਡਰਦਾ ਜ਼ਰੂਰ ਹੋਵੇਗਾ। ਬੜੀ ਨਿਸ਼ਾਨੀ ਸਿੱਧੀ ਜੀ, ਜਿਹੜਾ ਡਰਾਏਗਾ ਉਹ ਡਰਿਆ ਜ਼ਰੂਰ ਹੋਵੇਗਾ, ਜਿਹੜਾ ਕਿਸੇ ਨੂੰ ਡਰਾਉਂਦਾ ਨਹੀਂ ਯਾਦ ਰੱਖਿਓ ਕਿਸੇ ਤੋਂ ਡਰਦਾ ਵੀ ਨਹੀਂ, ਜੋ ਹੈ ਉਹ ਹੀ ਵੰਡੇਗਾ ਨਾ। ਹੁਣ ਚਿੱਤ ਮੈਂ ਜੁੱਧ ਵਿਚਾਰ ਹੈ ਕੀ ਹੈ, ਜਿੰਨੇ ਕੁ ਇੱਕ ਦਿਨ ਦਾਤੇ ਨੇ ਸੋਝੀ ਦਿੱਤੀ, ਦੇਖੋ ਸਾਨੂੰ ਗੁਰਬਾਣੀ ਦੀਆਂ ਤੁਕਾਂ ਚੇਤੇ ਨੇ, ਜਦੋਂ ਜ਼ਬਾਨ ਤੋਂ ਬੋਲੋ ਵਾਹਿਗੁਰੂ ਚਿੱਤ ਜਾਂਦਾ ਪਿਆ ਬਾਹਰ, ਕਿੰਨਾ ਚੰਗਾ ਹੋਵੇ ਚਿੱਤ ਦੇ ਵਿੱਚ ਗੁਰਬਾਣੀ ਦੀ ਤੁਕ ਲੈ ਕੇ ਜੁੱਧ ਕਰੀਏ ਤਾਂ ਜੋ ਇਹ ਮਨ ਟਿਕ ਸਕੇ, ਕਿਉਂਕਿ ਸ਼ਬਦ ਦਾ ਸ਼ਸਤਰ ਪਕੜ ਕੇ ਜਦੋਂ ਜੁੱਧ ਕਰੇਗਾ ਮੁੱਖ ਤੋਂ ਵਾਹਿਗੁਰੂ ਬੋਲ, ਅੰਦਰ ਚਿੱਤ ਟਿਕਦਾ ਨਹੀਂ, ਫੁਰਨੇ ਕਰਕੇ ਕਹਿ ਦਾਤਾ ਮੈਨੂੰ ਬਖਸ਼ ਲੈ। ਫਿਰ ਬੇਨਤੀ ਹੈ ਮੁੱਖ ਤੋਂ ਵਾਹਿਗੁਰੂ ਬੋਲ, ਚਿੱਤ ਵਿੱਚ ਜੁੱਧ ਦੀ ਵਿਚਾਰ ਅੰਦਰ ਨੂੰ ਪਕੜਨ ਦਾ ਯਤਨ ਕਰ। ਅੱਗੇ ਦੇਖੋ ਜਿਹੜੇ ਗੁਣ ਦੱਸਿਓ ਸਿੱਖ ਦਾ ਜੀਵਨ ਕਿੰਨਾ ਉੱਚਾ ਨਿਰੂਪਣ ਕੀਤਾ। ਚਿੱਤ ਮੈਂ ਜੁੱਧ ਵਿਚਾਰ ਹੈ ਦੇਹ ਅਨਿਤ ਨਾ ਨਿਤ ਰਹੇ, ਇਹਨੂੰ ਪਤਾ ਅੱਜ ਸਰੀਰ ਹੈ ਕੱਲ੍ਹ ਨਹੀਂ ਰਹਿਣਾ। ਜਸ ਨਾਮ ਚੜ੍ਹੇ ਉਹ ਚੜ੍ਹੇ ਪਰਮਾਤਮਾ ਦੀ ਸਿਫਤ ਦੀ ਬੇੜੀ ਤੇ, ਭਵ ਸਾਗਰ ਤਾਰੈ ਇਸ ਭਵ ਸਾਗਰ ਤੋਂ ਤਰ ਜਾਏਗਾ ਜੇ ਪਰਮਾਤਮਾ ਦੀ ਸਿਵਲ ਸਲਾਹ ਦੀ ਨੌਕਾ ਵਿੱਚ ਸਵਾਰ ਹੋਵੇਗਾ। ਫਿਰ ਬੇਨਤੀ ਹੈ ਧੀਰਜ ਧਾਮ ਬਣਾਏ ਇਹ ਹੈ ਤਨ, ਖੋਛਾਪਨ ਨਾ ਦਿਖਾਏ ਇੰਨਾ ਗੰਭੀਰ ਹੋਵੇ। ਮੈਨੂੰ ਯਾਦ ਹੈ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਹੈ ਕਿ ਅਸੀਂ ਲੋਕ ਤਾਂ ਟੀਨ ਬਣੇ ਹੋਏ, ਆ ਲੋਹੇ ਦੇ ਜਿਹੜੇ ਜਿਨ੍ਹਾਂ 'ਚ ਘਿਓ ਪਾਉਂਦੇ ਹਾਂ ਪੀਪੇ ਖਾਂ, ਅਸੀਂ ਥੋੜ੍ਹੀ ਜਿਹੀ ਅੱਗ ਲੱਗੇ ਤੇ ਮੱਚਣੇ ਵੀ ਬੜੇ ਹਾਂ, ਜੇ ਥੋੜ੍ਹੀ ਜਿਹੀ ਠੰਡ ਪੈ ਜਾਏ ਤੇ ਸੀਤ ਵੀ ਬੜੇ ਹੁੰਦੇ ਹਾਂ। ਪਹਿਲੀ ਗੱਲ ਸਿੱਖ ਨੂੰ ਵੀਰ ਰਸ ਨਹੀਂ ਆਉਂਦਾ, ਜੇ ਤੇ ਰੱਖੋ ਵੀਰ ਰਸ ਦਾ ਅਰਥ ਇਹ ਨਹੀਂ ਕਿ ਕਦੀ ਉਹ ਜੂਝਦਾ ਨਹੀਂ, ਉਹ ਧੀਰਜ ਦਾ ਧਾਮ ਗਏ, ਪਰ ਜਦੋਂ ਉਹਨੂੰ ਵੀਰ ਰਸ ਆ ਜਾਏ ਇੱਕ ਸਦੀ ਲੱਗ ਜਾਂਦੀ ਉਸੇ ਵੀਰ ਰਸ ਨੂੰ ਸ਼ਾਂਤ ਕਰਨ ਵਾਸਤੇ। ਉਹਨੇ ਉਦਾਹਰਨ ਦਿੱਤੀ, ਕਹਿੰਦਾ ਸਾਹਿਬਜ਼ਾਦੇ ਸ਼ਹੀਦ ਹੋਏ, ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀਰ ਰਸ ਆਇਆ, ਚੇਤੇ ਰੱਖਿਓ ਭਾਵੇਂ ਸ਼ਹੀਦ ਹੋ ਗਿਆ ਸਿੱਖ ਦਾ ਆਇਆ ਹੋਇਆ ਵੀਰ ਰਸ ਇੱਕ ਸਦੀ ਤੱਕ ਉਹ ਜੂਝਦਾ ਰਿਹਾ, ਉਨੀ ਦੇਰ ਤੱਕ ਜਿੰਨੀ ਦੇਰ ਤੱਕ ਲਾਹੌਰ ਦਰਬਾਰ ਤੇ ਖਾਲਸੇ ਨਿਸ਼ਾਨ ਨਹੀਂ ਜੂਝ ਗਿਆ। ਮੈਂ ਬੇਨਤੀ ਕਰਾਂਗਾ ਸਿੱਖ ਹੋਛਾ ਥੋੜ੍ਹਾ, ਇਹ ਧੀਰਜ ਵਾਲਾ ਜੀ। ਕੱਲ੍ਹ ਵੀ ਅਰਜ਼ ਕੀਤੀ ਭਾਈ ਸਾਹਿਬ ਨੇ, ਜ਼ਿਕਰ ਵੀ ਕਰ ਦਿੱਤਾ, ਸੱਚ ਏਵੇ ਅਸੀਂ ਇੱਕ ਦੂਜੇ ਨੂੰ ਬਰਦਾਸ਼ਤ ਬਿਲਕੁਲ ਨਹੀਂ ਕਰਦੇ। ਇਹ ਇਹ ਗੱਲਾਂ ਲੁਕ ਲੁਕ ਕੇ ਕਮਰਿਆਂ 'ਚ ਕਰਾਂਗੇ। ਆ ਜੋ ਕੁਝ ਇੱਥੇ ਇਹਨਾਂ ਕਰ ਦਿੱਤਾ, 56,000 ਮੁਲਾਜ਼ਮ ਮੈਨੂੰ ਦੱਸ ਰਹੇ ਸਨ ਇੱਥੇ ਲੱਗਾ ਫਰਕ ਕੇ ਰਾਜੇ ਰਾਜੇ ਵਿੱਚ। ਇੱਕ ਰਾਜਾ ਰਾਜ ਪਦਵੀ 'ਤੇ ਬੈਠਦਾ ਮੱਤ ਮਾਰੀ ਜਾਏ ਅਤੇ ਲੋਕਾਂ ਦਾ ਕਤਲ ਕਰਦਾ, ਦੂਜਾ ਰਾਜ 'ਤੇ ਬੈਠਦਾ ਭਲਾ ਕਰਦਾ। ਚੇਤੇ ਰੱਖਿਓ ਪੂਰਬਲੇ ਕਰਮ ਕਰਕੇ ਰਾਜ ਮਿਲਦਾ, ਜਿਹੜਾ ਪੂਰਬਲੇ ਕੰਮਾਂ ਨੂੰ ਪੁੰਨ ਨੂੰ ਹੋਰ ਵਧਾ ਜਾਏ ਅਤੇ ਰੱਬ ਉਹਦੇ 'ਤੇ ਹੋਰ ਬਖਸ਼ਿਸ਼ ਕਰਦਾ। ਇਹ ਮੇਰੇ ਕੋਲੋਂ ਸ਼ਬਦ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕਿ ਦਾਨਕ ਪਰਾ ਪੂਰਬੇਨ ਪੁਚੰਤੇ ਮਖੀਪਤੇ। ਗੁਰੂ ਅਰਜੁਨ ਦੇਵ ਇਸ ਬੰਦੇ ਨੇ ਕਿਤੇ ਪੂਰਬ ਦਾਨ ਕੀਤਾ। ਮੈਂ ਤਾਂ ਕਹਿੰਦਾ ਗੁਰੂ ਗੋਬਿੰਦ ਸਿੰਘ ਤੁਸੀਂ ਤਰਸ ਕੀਤਾ, ਇਹ ਨਾ ਸਮਝੋ ਕਿਸੇ ਦੁਨੀਆਂ ਦੇ ਬਾਦਸ਼ਾਹ ਦਾ ਜ਼ਿਕਰ ਕਰਨੇ, ਜਿਹੜਾ ਮੇਰੇ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰੇਗਾ ਅਸੀਂ ਮੂੰਹ ਕਿਉਂ ਵੱਟਾਂਗੇ ਉਹਦੇ ਤੋਂ। ਮੇਰੀ ਅਰਜ਼ ਹੈ ਕਿਤੇ ਪੂਰਬਲਾ ਕੀਤਾ, ਅੱਜ ਗੁਰੂ ਗੋਬਿੰਦ ਸਿੰਘ ਨੇ ਉਹਦੇ ਤੋਂ ਸੇਵਾ ਲੈ ਲਈ। ਦਾਨਕ ਪਰਾਂ ਪੂਰਬੇਨ ਪੁਚੰਤੇ ਮਖੀਪਤੇ ਵਪਰੀਤ ਬਿਧ ਬੁੱਧਿਅੰਗ,
ਮਾਰਤ ਲੋਕੈ ਨਾਨਕ ਚਿਰੰਕਾਲ ਦੁੱਖ ਭੋਗਤੇ। ਮੈਂ ਫਿਰ ਵਿਸ਼ੇ ਤੋਂ ਦੂਰ ਨਾ ਜਾਵਾਂ। ਧਰਮਵੀਰ ਧੀਰਜ ਦਾ ਘਰ ਏ ਖੋਸ਼ਾ ਨਹੀਂ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸਿਓਂ ਦੀਪਕ ਜਿਉਂ ਜਿਆ ਰਹਿ, ਤੇਰੀ ਬੁੱਧੀ ਚ ਇਸ ਤਰ੍ਹਾਂ ਚਾਨਣ ਹੋਵੇ ਜਿਵੇਂ ਹਨੇਰੇ ਘਰ ਦੇ ਵਿੱਚ ਦੀਵਾ ਬਲਦਾ। ਇਸ ਸਵਈਏ ਦੀ ਕਥਾ ਕਿ ਕਈ ਦਿਨਾਂ ਦੀ ਇਹ ਜੀ ਵਿਚਾਰ, ਬੁੱਧ ਸਿਓ ਦੀਪਕ ਜਿਉਂ ਜਾ ਰਹਿ। ਮਹਾਰਾਜ ਕਹਿੰਦੇ ਨੇ ਗਿਆਨ ਹੈ ਕਿ ਬਦਲੀ ਮਨੋ ਹੱਥ ਲੈ, ਗਿਆਨ ਦੀ ਬੋਕਰ ਪਕੜ, ਗਿਆਨ ਦਾ ਝਾੜੂ ਪਕੜ ਤੇ ਮਨ ਨੂੰ ਹੱਥ ਬਣਾ, ਤੇ ਕਰ ਕੀ ਜਿੰਨੀ ਤੇਰੇ ਅੰਦਰ ਕਾਤੁਰਤਾ ਹੈ, ਜਿੰਨੀ ਕਮਜ਼ੋਰੀ ਗਏ ਇੱਕੋ ਵਾਰੀ ਗਿਆਨ ਨਾਲ ਖੂੰਝ ਕੇ ਬਾਹਰ ਮਾਰ। ਮਹਾਰਾਜ ਕਹਿੰਦੇ ਨੇ ਮੈਂ ਇਹੋ ਜਿਹਾ ਤੈਨੂੰ ਧਰਮ ਵੀਰ ਬਣਾਉਣ ਵਾਸਤੇ ਆਇਆ। ਗਿਆਨੇ ਕੀ ਬੜਨੀ ਮਨੋ ਹੱਥ ਲੈ, ਕਾਤੁਰਤਾ ਕੁਤਵਾਰ ਬਹਾਰ ਹੈ। ਅਗਲੀ ਗੱਲ ਫਿਰ ਧਰਮਵੀਰ ਦਾ ਕੇਵਲ ਇਹ ਹੀ ਸ਼ਬਦ ਨਹੀਂ, ਮੈਂ ਇੱਕ ਬੇਨਤੀ ਕਰਾਂ। ਅੱਜ ਮੇਰੇ ਮਨ ਸੀ ਗੁਰੂ ਗੋਬਿੰਦ ਸਿੰਘ ਦੇ ਦੋ ਗੱਲਾਂ ਬੜੀਆਂ ਝਲਕਦੀਆਂ ਨੇ, ਇੱਕ ਜਮਾਲ ਤੇ ਇੱਕ ਜਲਾਲ, ਦੋਨੋਂ ਅਰਬੀ ਦੇ ਸ਼ਬਦ ਨੇ। ਜਮਾਲਦਾਰ ਤੇ ਸੁੰਦਰਤਾ ਤੇ ਜਲਾਲਦਾਰ ਤੇ ਤੇਜ ਪੁੰਜ। ਆ ਜਦੋਂ ਜਾਪ ਸਾਹਿਬ ਪੜ੍ਹਦੇ ਹੋ ਰੱਬ ਵੀ ਜਮਾਲ ਤੇ ਜਲਾਲ ਹੈ, ਜਦੋਂ ਉਹ ਜਮਾਲ ਵਿੱਚ ਆਉਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਿ ਹੁਸਨ ਚਿਰਾਗ ਹੈ, ਤੂੰ ਸੁੰਦਰਤਾ ਦਾ ਦੀਵਾ ਹੈ। ਜਦੋਂ ਜਮਾਲ ਵਿੱਚ ਆਉਂਦਾ ਤੇ ਕਹਿੰਦੇ ਨੇ ਕਰੁਣਾਲਿਆ ਹੈ, ਤੂੰ ਕਿਰਪਾ ਦਾ ਘਰ ਹੈ, ਤੇ ਜਦੋਂ ਜਲਾਲ ਵਿੱਚ ਆਉਂਦਾ ਉਦੋਂ ਗੁਰੂ ਬੋਲ ਕੇ ਕਹਿੰਦਾ ਨਮੋ ਜੁੱਧ ਜੁੱਧੇ। ਹਜ਼ੂਰ ਉਦੋਂ ਬੋਲ ਕੇ ਕਹਿੰਦੇ ਜਦੋਂ ਜਲਾਲ ਵਿੱਚ ਆਉਂਦਾ ਕਹਿੰਦੇ ਨਮੋ ਸੂਰਜ ਸੂਰਜੇ, ਤੇ ਜਦੋਂ ਜਮਾਲ ਵਿੱਚ ਆਉਂਦਾ ਉਦੋਂ ਕਹਿੰਦਾ ਨਮੋ ਚੰਦਰ ਚੰਦਰੇ। ਮੈਂ ਬੇਨਤੀ ਕਰਾਂਗਾ ਜਮਾਲ ਤੇ ਜਲਾਲ ਹੈ। ਧੰਨ ਗੁਰੂ ਗੋਬਿੰਦ ਸਿੰਘ ਦਾ ਜੁੱਧ ਵੀਰ ਦੀ ਇੱਕ ਉਦਾਹਰਨ ਦੇ ਕੇ ਦੋ ਕੁ ਗੱਲਾਂ ਸਿਰਫ ਹੋਰ ਕਰਨੀਆਂ ਨੇ ਕਿ ਕਰਮਵੀਰ, ਜੁੱਧਵੀਰ, ਦਾਨਵੀਰ, ਧਰਮਵੀਰ ਅਸੀਂ ਗੱਲ ਕਰ ਰਹੇ ਹਾਂ ਕਿ ਧਰਮਵੀਰ ਤੁਸੀਂ ਦੇਖੋ ਅਸੀਂ ਜਿੰਨੇ ਬੈਠੇ ਹਾਂ ਗ੍ਰਿਸ਼ਤੀਆਂ ਜੀ ਸਾਡੇ 'ਚੋਂ ਜ਼ਿਆਦਾ, ਇੱਕ ਬੱਚੇ ਨੂੰ ਇੰਜੈਕਸ਼ਨ ਲਵਾਉਣਾ ਹੋਵੇ ਨਾ ਤੇ ਕਈ ਵਾਰੀ ਮਾਂ ਆਪਣੀ ਗੋਦ ਵਿੱਚੋਂ ਬੱਚਾ ਪਰਿਵਾਰ ਦੀ ਕਿਸੇ ਹੋਰ ਬੀਬੀ ਨੂੰ ਪਕੜਾ ਦਿੰਦੀ ਹੈ ਕਿ ਇਹ ਪਕੜ ਤੂੰ ਟੀਕਾ ਲਵਾ ਲਈ, ਮੇਰੇ ਤੋਂ ਦੇਖਿਆ ਨਹੀਂ ਜਾਂਦਾ, ਬਾਹਰ ਚਲੀ ਜਾਂਦੀ। ਗੱਲਾਂ ਕਰਨ ਮੁਤਾਬਕ ਨਹੀਂ, ਕੇਵਲ ਕਹਿਣ ਕਹਿਣ ਦੀਆਂ ਗੱਲਾਂ ਨਹੀਂ ਸੱਚ ਏਵੇ। ਮੈਂ ਕਹਿੰਦਾ ਜਦੋਂ ਸਿੱਖਾਂ ਨੂੰ ਕਹਿੰਦੇ ਉਹ ਅੰਮ੍ਰਿਤ ਛਕ ਲਓ, ਉਹ ਕੇਸ ਨਾ ਕੱਟੇ ਹੋਏ ਤਰਲੇ ਮਾਰਨੇ, ਅਸੀਂ ਚਾਹੀਦਾ ਅਸੀਂ ਸਿੱਖ ਤਰਲੇ ਮਾਰ ਕੇ ਕਹਿੰਦਾ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਦਿਓ, ਜਿੰਨੀ ਉਹਨੇ ਬਖਸ਼ਿਸ਼ ਕੀਤੀ। ਸੱਚੀ ਗੱਲ, ਬੱਚੇ ਨੂੰ ਇੰਜੈਕਸ਼ਨ ਲਗਾਉਣਾ ਨਹੀਂ ਦੇਖ ਸਕਦੀ ਮਾਂ। ਆਓ ਇੱਕ ਦ੍ਰਿਸ਼ ਦੇਖੋ, ਅੱਲਾ ਯਾਰ ਖਾਂ ਜੋਗੀ ਕਹਿੰਦਾ ਕਿ ਬਾਬਾ ਜੁਝਾਰ ਸਿੰਘ ਸਾਹਮਣੇ ਆ, ਧਰਮਵੀਰ ਪਿਤਾ ਤੋਰਿਆ ਪੁੱਤਰ ਤੋਰੇ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਪੁੱਤਰ ਨੂੰ ਤਿਆਰ ਕਰਦੇ ਆ, ਉਹਦੇ ਪੱਥੇ ਤੀਰ ਪਾਉਂਦੇ ਆ, ਉਹਦੇ ਕਮਰ ਕੱਸੇ 'ਚ ਖੰਜਰ ਬੰਨਦੇ ਆ, ਉਹਨੂੰ ਸੋਹਣੀ ਤਲਵਾਰ ਕਿਰਪਾਨ ਪਕੜਾਉਂਦੇ ਆ, ਅਤੇ ਨਾਲ ਨਸੀਹਤ ਦੇ ਕੇ ਕਹਿੰਦੇ ਨੇ ਬੇਟਾ ਇੱਕ ਕੰਮ ਕਰੀ, ਜਦੋਂ ਮੈਦਾਨੇ ਜੰਗ ਵਿੱਚ ਦੁਸ਼ਮਣ ਤੈਨੂੰ ਘੇਰੇ, ਤੇਰੇ ਸੀਨੇ ਵਿੱਚ ਬਰਸ਼ੀ ਵੱਜੇ, ਇੱਕ ਵਾਰੀ ਮੁੱਖ ਮੇਰੇ ਵੱਲ ਕਰੀ, ਮੈਂ ਤੈਨੂੰ ਸ਼ਹੀਦ ਹੁੰਦਾ ਦੇਖਣਾ ਚਾਹੁੰਦਾ। ਗੁਰਮੁਖੋ ਧਰਮਵੀਰ ਏਡੇ ਸ਼ਬਦ ਉੱਚੇ, ਉਹ ਅੱਲਾ ਯਾਰ ਖਾਂ ਜੋਗੀ ਕਹਿੰਦਾ ਬੇਟਾ ਹਮ ਦੇਤੇ ਹਾਂ ਖੰਜਰ,
ਇਸੇ ਸ਼ਮਸ਼ੀਰ ਸਮਝਣਾ, ਨੇਜ਼ੋਂ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਨਾ ਨਹੀਂ ਦਲਗੀਰ ਸਮਝਣਾ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਪ ਮੂੰਹ ਸੇ ਮੇਰੀ ਜਾਂ ਕਭੀ ਨਹੀਂ ਉਚਰਨਾ, ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ, ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਵੇ ਦੇਖੇ। ਮੇਰੀ ਅਰਜ਼ ਹੈ ਧਰਮਵੀਰ, ਕਰਮਵੀਰ, ਧਰਮਵੀਰ। ਅਗਲਾ ਸ਼ਬਦ ਮੈਂ ਇੱਕ ਵਰਤਿਆ ਹੈ ਕਿ ਉਹ ਦਾਨਵੀਰ ਹੈ। ਇਹ ਚਾਰ ਸ਼ਬਦਾਂ ਸਿਰ ਵਿਆਖਿਆ। ਜੁੱਧਵੀਰ, ਹੁਣ ਜੁੱਧਵੀਰ ਇਹਨੇ ਤੁਸੀਂ ਦੇਖੋ, ਅੱਜ ਬੰਦਾ ਥੋੜ੍ਹਾ ਜਿਹਾ ਕੋਈ ਲੜ ਪਏ ਨਾ ਮੋਸ਼ਨਲ ਹੋ ਕੇ, ਪਰਤ ਕੇ ਵਕੀਲ ਕਰਕੇ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਸੀ ਕੁਝ ਕੀਤਾ, ਉਹ ਮੈਨੂੰ ਬਖਸ਼ ਦਿਓ। ਉਹ ਗੁਰੂ ਗੋਬਿੰਦ ਸਿੰਘ ਤੀਰ ਚਲਾਉਂਦੇ ਆ, ਜੁੱਧਵੀਰ ਗੁਰੂ ਕਹਿੰਦਾ ਪਿਆ ਉਹ ਔਰੰਗਜ਼ੇਬ ਨਾਰ ਖਾਂ ਮੇਰੇ ਸਾਹਮਣੇ ਆਇਆ, ਮੈਂ ਤੀਰ ਨਾਲ ਉਡਾ ਦਿੱਤਾ, ਜ਼ਖਰ ਵੇਖ ਲੁੱਕ ਕੇ ਆਪਣੀ ਗਰਦਨ ਨੂੰ ਚੁਕਾ ਕੇ ਚਲਾ ਗਿਆ, ਮੈਨੂੰ ਇੱਕੋ ਅਫਸੋਸ ਹੈ ਚਮਕੌਰ ਵਿੱਚ ਕਿ ਜੇ ਮੇਰੇ ਸਾਹਮਣੇ ਆਉਂਦਾ ਮੈਂ ਇਹਦਾ ਸਿਰ ਫੁੰਡ ਦੇਣਾ ਸੀ। ਜ਼ਫਰਨਾਮਾ ਜੀ ਮਹਾਰਾਜ ਦਾ ਕਿ ਆਖ ਵਾਜ਼ਾ ਮਰਦੂਦ ਸਾਇਆ ਏ ਦੀਵਾਰ, ਨਿਆਮਤ ਬੇਮਾਦਾ ਬਾ ਮਰਦਾਨ ਏ ਵਾਰ, ਆਹੇ ਜੁੱਧਵੀਰ। ਕਹਿਣ ਲੱਗੇ ਬੜਕਾ ਮਾਰਦਾ ਸੀ ਪਰ ਦੁੱਖ ਲੱਗਾ ਕਿ ਜਿੰਨੀਆਂ ਵੱਡੀਆਂ ਗੱਲਾਂ ਕਰਦਾ ਸੀ ਉਸ ਜਿਹਾ ਮੈਦਾਨ ਵਿੱਚ ਨਹੀਂ ਉਤਰਿਆ। ਅੱਗੇ ਮਹਾਰਾਜ ਕਹਿੰਦੇ ਦਰੇਗਾ ਅਗਰ ਰੂਵੇ ਆ ਦੀਦ ਮੰਗ, ਮੈਨੂੰ ਅਫਸੋਸ ਜੇ ਦਿਸ ਪੈਂਦਾ, ਦਰੇਗਾ ਅਗਰ ਰੂਵੇ ਆ ਦੀਦ ਮੰਗ, ਬਾ ਯੱਕ ਤੀਰ ਲਾ ਚਾਰ ਬਖਸ਼ੀਦ ਮੰਗ, ਇੱਕ ਤੀਰ ਮੈਂ ਇਹਦੇ ਸੀਨੇ ਵਿੱਚ ਵੀ ਪਰੋ ਦੇਣਾ ਸੀ ਪਰ ਦੱਸਿਆ ਕੋਈ ਨਹੀਂ ਤੇਰਾ ਜਰਨੈਲ। ਮੈਨੂੰ ਦੱਸੋ ਇਹੋ ਜਿਹਾ ਜੁੱਧਵੀਰ ਕੋਈ ਹੋਊਗਾ? ਅਗਲੀ ਮੈਂ ਸਮਾਪਤੀ ਕਰਨ ਲੱਗਾ ਦਾਨਵੀਰ। ਚਲੋ ਸਭ ਦਾ ਧਿਆਨ ਚਲਾ ਗਿਆ ਹੋਣਾ ਸਰਬੰਸ ਦਾਨੀ ਵੱਲ। ਭਾਈ ਸਾਹਿਬ ਵੀ ਕਹਿ ਰਹੇ ਸਨ ਗੁਰਮੁਖੋ ਦਾਨ ਕਰਨਾ ਵੀ ਬੜੀ ਵੱਡੀ ਰੱਬ ਦੀ ਕਿਰਪਾ ਹੈ। ਉਂਝ ਗੁਰਮਤ ਨੇ ਦਾਨ ਨੂੰ ਆਖਰੀ ਸਪਿਰਚੁਅਲਿਟੀ ਦਾ ਅੰਗ ਨਹੀਂ ਮੰਨਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜੇ ਪ੍ਰਸਾਦ ਕਰੈ ਪੁੰਨ ਬੋ ਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ। ਦਾਨ ਤੋਂ ਅੱਗੇ ਨਿਕਲ, ਜਿਹਨੇ ਤੈਨੂੰ ਸਮਰੱਥਾ ਦਿੱਤੀ ਪੁੰਨ ਦਾਨ ਦੀ ਤੂੰ ਉਹਦਾ ਸਿਮਰਨ ਕਰ, ਬੰਦਗੀ ਕਰ। ਇੱਕ ਸਿਰਫ ਝਲਕੀ ਹੈ, 2 ਸਾਲ ਪਹਿਲਾਂ ਵੀ ਅਰਜ਼ ਕੀਤੀ, ਮੈਂ ਸਿੰਗਾਪੁਰ ਵੀ ਅਰਜ਼ ਕਰਕੇ ਆਇਆ। ਸਮਾਪਤੀ ਜੋਲ ਸਾਹਿਬ 2-4 ਮਿੰਟ ਬਸ, ਕਿਉਂਕਿ ਮੈਨੂੰ ਜਦੋਂ ਚਿੱਠੀ ਗਈ ਸੀ 5 ਦਿਨ ਕਿਹਾ ਸੀ, ਦਿਨ ਦਿੱਤੇ 2, ਉਹ ਵੀ ਕੱਟ ਕਟਾ ਕੇ ਜਿਵੇਂ ਭੀੜ 'ਚ ਹੀ ਮਿਲੇ ਆ। ਨਹੀਂ ਝੂਠ ਨਹੀਂ ਹੈਗਾ, ਸੱਚ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦਰਬਾਰ ਸਜਿਆ। ਕਵੀ ਨੇ ਗੁਰੂ ਗੋਬਿੰਦ ਸਿੰਘ ਵਰਗਾ ਕਵੀ, ਉਹਨੇ ਭਾਈ ਸਾਹਿਬ ਪੜ੍ਹ ਰਹੇ ਸਨ ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤਾ ਹੈ। ਕਈਆਂ ਦੇ ਮਨ 'ਚ ਆਉਣਾ ਵੀ ਰਾਸ਼ਟਰ ਵਿਰੋਧੀ ਕਿਤੇ ਗੱਲ ਨਹੀਂ ਕਰ ਦਿੱਤੀ, ਨਹੀਂ ਹੋਏ। ਗੁਰੂ ਗੋਬਿੰਦ ਸਿੰਘ ਜਦੋਂ ਦੇਸ਼ਾਂ ਦੀ ਗੱਲ ਕਰਦਾ ਹਰ ਦੇਸ਼ ਦੀ ਹੱਦ ਨੂੰ ਤੋੜ ਕੇ ਰੱਬ ਦੀ ਗੱਲ ਕਰਦਾ। ਦਰਬਾਰ ਸੱਜਿਆ ਕਵੀ ਦਰਬਾਰ, ਤੇ ਸਾਰੇ ਸੱਜਣ ਕਵਿਤਾ ਸੁਣ ਰਹੇ ਆ। ਇੱਕ ਸੱਜਣ ਆਇਆ ਜੀ, ਉਹਦੇ ਇੱਥੋਂ ਵੀ ਕੱਪੜੇ ਪਾਟੇ ਸਨ, ਉਹਦਾ ਪਜਾਮਾ ਵੀ ਪਾਟਾ ਜਾਂ ਟਾਕੀਆਂ ਲੱਗੀਆਂ। ਉਹ ਜਿਵੇਂ ਭਾਈ ਸਾਹਿਬ ਜੋਲ ਸਾਹਿਬ ਵੰਡਦੇ ਆ ਟਾਈਮ, ਉਹ ਆ ਕੇ ਕਹਿੰਦਾ ਵੀ ਮੈਂ ਕਵਿਤਾ ਕਹਿਣੀ ਚਾਹੁੰਦਾ, ਸਮਾਂ ਵੰਡਦੇ ਸਨ। ਉਹਨੇ ਪਹਿਲਾਂ ਚਿਹਰਾ ਦੇਖਿਆ, ਪਰ ਗੁਰੂ ਘਰ 'ਚ ਕਦੀ ਕਿਸੇ ਦਾ ਮਜ਼ਾਕ ਨਹੀਂ ਉਡਾਇਆ ਜਾਂਦਾ। ਇੱਥੇ ਜੇਕਰ ਕੋਈ ਪਾਟੇ ਕੱਪੜਿਆਂ ਵਾਲਾ ਜੋੜਿਆਂ 'ਚ ਕਿਤੇ ਝਾੜੂ ਪਕੜ ਕੇ ਖਲੋਤਾ, ਮਤ ਜ਼ਬਾਨ ਤੋਂ ਕੁਝ ਬੋਲ ਦਿਓ, ਪਤਾ ਨਹੀਂ ਉਹਦੇ ਅੰਦਰ ਗੁਰੂ ਗੋਬਿੰਦ ਸਿੰਘ ਦੀ ਕਿੰਨੀ ਕਿਰਪਾ ਵਰਤ ਰਹੀ ਹੈ। ਮਜ਼ਾਕ ਨਹੀਂ ਉਡਾਉਣਾ ਕਦੀ ਕਿਹਾ ਹਜ਼ੂਰ ਮਹਾਰਾਜ। ਇਹ ਸੱਜਣ ਕਹਿੰਦਾ ਮੈਂ ਕਵੀ, ਮੈਂ ਕਵਿਤਾ ਸੁਣਾਉਣੀ। ਸਤਿਗੁਰੂ ਕਹਿਣ ਲੱਗੇ ਟਾਈਮ ਦਿਓ। ਜਦੋਂ ਵਕਤ ਦਿੱਤਾ ਉਹ ਸਟੇਜ 'ਤੇ ਨਹੀਂ ਬੋਲਿਆ,
ਮਹਾਰਾਜ ਦੇ ਸਾਹਮਣੇ ਚਲਾ ਗਿਆ ਗੁਰੂ ਗੋਬਿੰਦ ਸਿੰਘ। ਥਾਪੜਾ ਮਾਰੇ ਜੀ ਪੱਟਾਂ 'ਤੇ, ਡੌਲਿਆਂ 'ਤੇ ਮਾਰੇ ਹੱਥ, ਅਤੇ ਸਿੱਖ ਕਹਿੰਦੇ ਨੇ ਪਹਿਲਵਾਨ ਤਾਂ ਲੱਗਦਾ ਕੋਈ ਨਹੀਂ ਪਰ ਹਰਕਤਾਂ ਪਹਿਲਵਾਨ ਵਾਲੀਆਂ ਕਰਦਾ। ਮਹਾਰਾਜ ਹਾਸਰਸ ਬਹੁਤ ਕਰਦੇ ਸਨ ਜੀ ਗੁਰੂ ਗੋਬਿੰਦ ਸਿੰਘ। ਮਹਾਰਾਜ ਹੱਸ ਪਏ, ਕਹਿਣ ਲੱਗੇ ਪਹਿਲਵਾਨ ਕੇ ਕਵੀ, ਕਹਿੰਦਾ ਸਤਿਗੁਰੂ ਕਵੀ। ਮਹਾਰਾਜ ਕਹਿੰਦੇ ਲਲਕਾਰਾ ਸਾਡੇ ਸਾਹਮਣੇ ਮਾਰਨਾ ਪਿਆ। ਉਹ ਫਿਰ ਰੋ ਪਿਆ, ਉਹਨੇ ਕਵਿਤਾ ਕਹੀ ਜੀ ਉਸ ਵੇਲੇ, ਉਸ ਕਵੀ ਦਾ ਨਾਮ ਸੀ ਹੀਰ। ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਰੱਬ ਨੇ ਮੈਨੂੰ ਗੁਣ ਦਿੱਤਾ ਪਰ ਮੈਨੂੰ ਰਿਜ਼ਕ ਨਹੀਂ ਸੀ ਮਿਲਿਆ। ਮੇਰੇ ਕੋਲ ਗਿਆਨ ਹੈ ਪਰ ਮੇਰੇ ਪਰਿਵਾਰ ਦੀ ਰੋਟੀ ਨਹੀਂ ਚੱਲਦੀ। ਅੱਜ ਮੈਂ ਤੇਰੇ ਦਰਬਾਰ 'ਚ ਆਇਆ, ਮੈਂ ਬੈਠਕਾਂ ਥਾਪੜੇ ਤਾਂ ਮਾਰੇ ਨੇ ਮੈਂ ਗਰੀਬੀ ਨੂੰ, ਨਿਰਧਨਤਾ ਨੂੰ, ਕੰਗਾਲਤਾ ਨੂੰ। ਆਵਾਜ਼ ਮਾਰ ਕੇ ਕਹਿਣਾ ਪਿਆ ਗਰੀਬੀ ਅੱਜ ਆ, ਦੇਖ ਗੁਰੂ ਗੋਬਿੰਦ ਸਿੰਘ ਦਾਨਾਂ ਦੇ ਤੀਰ ਮਾਰ ਮਾਰ।